ਔਰ ਤੁਸੀਂ ਸਾਨੂੰ ਪਰਮਿਸ਼ਨ ਦਿਓਗੇ ਅੱਗੇ ਦਿਓਗੇ ਇਹ ਪ੍ਰੋਸੀਡ ਕਰਨ ਦੀ? ਬਿਲਕੁਲ ਜੀ ਬਿਲਕੁਲ। ਓਕੇ ਅਸੀਂ ਪਰਮਿਸ਼ਨ ਲੈ ਚੁੱਕੇ ਹਾਂ ਸੁੱਚਾ ਸਿੰਘ ਸੋਮਲ ਸਾਹਿਬ ਤੋਂ। ਸੋਮਲ ਸਾਹਿਬ ਤੁਸੀਂ ਸਾਨੂੰ ਆਪਣੇ ਹੱਕ ਦੇ ਚੁੱਕੇ ਹੋ, ਅਸੀਂ ਕੋਈ ਵੀ ਸਵਾਲ ਪੁੱਛ ਸਕਦੇ ਹਾਂ, ਮੇਕਸ਼ੋਰ ਤੁਸੀਂ ਜ਼ਿੰਮੇਵਾਰ ਹੋਵੋਗੇ, ਹਰ ਸਵਾਲ ਦਾ ਜਵਾਬ ਦੇਣਾ ਹੈ ਔਰ ਤੁਸੀਂ ਆਪਣੀ ਇੱਛਾ ਮੁਤਾਬਕ ਦੇਣਾ ਹੈ। ਬਿਲਕੁਲ ਜੀ। ਤੁਹਾਡੀ ਉਮਰ ਕਿੰਨੀ ਹੈ ਇਸ ਵੇਲੇ? ਆਈ ਐਮ 70 ਹੋ ਜਾਣਾ 2-4 ਮਹੀਨੇ ਨੂੰ। ਹਾਂ 70 ਸਾਲ ਦੇ ਹੋ। ਹਾਂਜੀ। ਸੋ ਕੈਨੇਡਾ ਚ ਤੁਸੀਂ 2004 ਤੋਂ ਰਹਿ ਰਹੇ ਹੋ? ਹਾਂਜੀ 2004 ਤੋਂ ਇੱਥੇ ਹੀ ਹੈ ਫਿਰ। ਹਾਂਜੀ। ਤੇ ਤੁਹਾਡੇ ਨਾਲ ਠੱਗੀ ਕਦੋਂ ਹੋਈ ਆ? ਇਹ ਠੱਗੀ ਮੇਰੇ ਨਾਲ ਹੋਈ ਹੈ 2002 ਤੋਂ 2017 ਤੱਕ, ਜਦੋਂ ਮੈਂ ਦੁਬਈ ਦੇ ਵਿੱਚ ਇੱਕ ਕੰਪਨੀ ਖੋਲਤੀ, ਸੋਮਲ ਵਾਚ ਸਪੇਅਰ ਪਾਰਟ ਮਿੱਟੀ ਇਸ ਤਰ੍ਹਾਂ ਦੀ ਕੰਪਨੀ ਖੋਲੀ ਸੀ। ਆਪਣੇ ਮਾਮੇ ਦੇ ਮੁੰਡੇ ਨੂੰ ਉੱਥੇ ਮੈਨੇਜਰ ਬਣਾ ਕੇ ਭੇਜਿਆ ਸੀ, ਉਹਨੇ ਕੀਤੀ ਆ ਸਲੋਲੀ ਸਲੋਲੀ। ਮੈਨੂੰ ਆਈ ਸੀ ਵੀ ਹੋਲਡ ਆਨ ਪਲੀਜ਼, ਮੈਂ ਸਵਾਲ ਜਵਾਬ ਦਿਓਗੇ ਸ਼ਾਰਟ। ਤੁਹਾਡੇ ਮਾਮੇ ਦੇ ਮੁੰਡੇ ਨੂੰ ਤੁਸੀਂ ਪਾਰਟਨਰ ਬਣਾਤਾ ਜਾਂ ਉਹਨੂੰ ਸ਼ਾਪ ਖੋਲਦੇ ਦਿੱਤੀ ਦੁਬਈ ਦੇ ਵਿੱਚ? ਦੁਬਈ ਵਿੱਚ ਤੁਸੀਂ ਆਪ ਵੀ ਗਏ? ਮੈਂ ਗਿਆ, ਮੈਂ ਬਹੁਤ, ਮੈਂ 15 ਵਾਰ ਗਿਆ ਹੋਣਾ ਜੀ, ਇੰਨੇ ਚੱਲਣ ਜਾਂਦਾ ਰਹਿੰਦਾ। ਤਾਂ ਬਿਜ਼ਨਸ ਤੋਂ ਦੁਬਈ ਵਿੱਚ ਕਿਹੜੇ ਸਾਲ 'ਚ ਖੁੱਲਿਆ? ਇਹ ਖੁੱਲਿਆ ਜੀ 2002 'ਚ। ਘੜੀਆਂ ਨੇ ਖੋਲਿਆ, ਘੜੀਆਂ ਵੇਚਣ ਦਾ ਜਾਂ ਘੜੀਆਂ ਦੀ ਰਿਪੇਅਰ ਕਰਨ ਦਾ? ਵਾਚ ਸਪੇਅਰ ਪਾਰਟ, ਪਾਰਟ ਵੇਚਣੇ, ਰਿਪੇਅਰ ਕਰਨਾ। ਅੱਛਾ, ਰਿਪੇਅਰ ਕਰਨ ਦਾ। ਤੁਸੀਂ ਰਿਪੇਅਰ ਕਰਨ ਦਾ ਕੰਮ ਸਿੱਖਿਆ ਸੀ ਪਹਿਲਾਂ? ਨਹੀਂ, ਮੇਰਾ ਹਾਂਗਕਾਂਗ ਦੇ ਵਿੱਚ ਨਾ, ਮੈਂ 1983 'ਚ ਮੈਂ ਅਤੇ ਮੇਰੇ ਬ੍ਰਦਰ ਨੇ ਅਸੀਂ ਉੱਥੇ ਘੜੀਆਂ ਦੇ ਪਾਰਟਾਂ ਦਾ ਕੰਮ ਖੋਲਿਆ ਸੀ। ਅਸੀਂ ਸਪੇਅਰ ਪਾਰਟ ਦਾ ਹੀ ਪਾਰਟ ਵੇਚਦੇ, ਅਸੀਂ ਰਿਪੇਅਰ ਨਹੀਂ ਕਰਦੇ ਹਾਂਗਕਾਂਗ 'ਚ। ਤੁਸੀਂ ਘੜੀਆਂ ਦੇ ਪਾਰਟ ਵੇਚਦੇ ਸੀ ਹਾਂਗਕਾਂਗ 'ਚ, ਕਿੰਨੇ ਸਾਲ ਵੇਚੇ? ਹੁਣ ਤੱਕ ਮੇਰਾ ਬੇਟਾ ਉੱਥੇ ਹੀ ਅਜੇ ਵੀ ਹਾਂਗਕਾਂਗ, ਮੇਰਾ ਬੇਟਾ ਮੇਰਾ ਇੱਥੇ ਆ ਗਿਆ, ਮੇਰਾ ਬੇਟਾ ਅਜੇ ਵੀ ਉੱਥੇ ਕਰਦਾ। ਬੋਰਨ ਬੱਚਾ ਹਾਂਗਕਾਂਗ ਦਾ? ਹਾਂਜੀ, ਬੋਰਨ ਹਾਂਗਕਾਂਗ। ਹਾਂਜੀ। ਤੁਹਾਡੇ ਕੋਲ ਪਾਸਪੋਰਟ ਹਾਂਗਕਾਂਗ ਦਾ? ਮੇਰੇ ਕੋਲ ਨਹੀਂ, ਬ੍ਰਿਟਿਸ਼ ਪਾਸਪੋਰਟ ਸੀ, ਹਾਂਗਕਾਂਗ ਅੰਡਰ ਬ੍ਰਿਟਿਸ਼, ਸਾਨੂੰ ਬ੍ਰਿਟਿਸ਼ ਪਾਸਪੋਰਟ ਮਿਲ ਗਿਆ ਜੀ ਮੇਰੀ ਸਾਰੀ ਫੈਮਿਲੀ ਨੂੰ। ਤੁਹਾਡੇ ਬ੍ਰਿਟਿਸ਼ ਪਾਸਪੋਰਟ ਇਸ ਵੇਲੇ? ਹਾਂਜੀ, ਹੁਣ ਵੀ ਕੈਨੇਡੀਅਨ ਵੀ ਹੈ, ਆਈ ਐਮ ਡਿਊਲ ਨੈਸ਼ਨਲ, ਕੈਨੇਡੀਅਨ ਐਂਡ ਬ੍ਰਿਟਿਸ਼। ਅੱਛਾ, ਤੁਹਾਡੇ ਕੋਲ ਕੈਨੇਡੀਅਨ ਵੀ ਹੈ ਅਤੇ ਬ੍ਰਿਟਿਸ਼ ਵੀ ਹੈ? ਹਾਂਜੀ। ਹੁਣ ਤੁਸੀਂ ਰਿਟਾਇਰਮੈਂਟ ਤੇ 70 ਸਾਲ ਦੇ ਹੋ ਗਏ ਹੋ ਜਾਂ ਕੰਮ ਕਰਦੇ ਹਾਲੇ? ਰਿਟਾਇਰ ਹੋ ਹੀ ਗਿਆ ਜੀ ਬਸ। ਹਾਂਜੀ। ਤੁਸੀਂ ਵੀ ਕੈਨੇਡਾ ਆਣ ਕੇ ਕੀ ਕੰਮ ਕੀਤਾ? ਮੈਂ ਕਰਦਾ ਜੀ ਮੋਰਗੇਜ ਦਾ ਕੰਮ ਕਰਦਾ ਸੀ, ਮੈਂ ਲੈਂਡਰ ਸੀ, ਲੋਕਾਂ ਨੂੰ ਪੈਸੇ ਪੂਸੇ ਦੇ ਦਿੰਦਾ ਸੀ, ਸੈਕੰਡ ਮੋਰਗੇਜ, ਥਰਡ ਮੋਰਗੇਜ ਇੱਥੇ ਕੈਨੇਡਾ 'ਚ। ਹਾਂਜੀ। ਬਰੰਪਟਨ 'ਚ ਕਿਹੜੇ ਏਰੀਆ 'ਚ ਰਹਿੰਦੇ ਤੁਸੀਂ? ਕਸਲ ਮੋੜ 'ਚ। ਹਾਂ, ਮੈਂ ਕਦੇ ਸੁਣਿਆ ਆਪ ਜੀ ਦਾ ਨਾਮ, ਮਾਫ਼ ਕਰਨਾ। ਹਾਂਜੀ ਹਾਂਜੀ। ਅੱਛਾ, ਤੁਹਾਡੇ ਨਾਲ ਧੋਖਾ 17 'ਚ ਹੋਇਆ, 7 ਸਾਲ ਬੀਤ ਗਏ ਨੇ, ਤੁਸੀਂ ਔਗਸੋਗ ਨਹੀਂ ਨਿਕਲੀ ਹਾਲੇ ਤਾਈਂ। ਅੱਛਾ, ਤੁਹਾਡੇ ਮਾਮੇ ਦੇ ਮੁੰਡੇ ਨੇ ਕੀਤਾ ਜਾਂ ਭੂਆ ਦੇ ਮੁੰਡੇ ਨੇ? ਮਾਮੇ ਦੇ ਮੁੰਡੇ ਨੇ। ਆਹ, ਤੁਹਾਡੇ ਨਾਨਕੇ ਪਰਿਵਾਰ ਕਿ ਮਾਮੇ ਦੇ ਮੁੰਡੇ ਨੇ? ਹਾਂਜੀ। ਮਾਮੇ ਦਾ ਮੁੰਡੇ ਦਾ ਮਾਮੇ ਦਾ ਨਾਂ ਕੀ ਨਾਮ ਹੈ? ਮਾਮੇ ਦਾ ਨਾਮ ਦਿਆਲ ਸਿੰਘ, ਮਾਮੇ ਦਾ ਦਿਆਲ ਸਿੰਘ, ਉਹਦੀ ਡੈਥ ਹੋ ਗਈ। ਹਾਂਜੀ, ਮਾਫ਼ ਕਰਨਾ। ਉਹਦੇ ਬੱਚੇ ਦਾ ਨਾਂ ਕੀ ਹੈ ਜਾਂ ਠੱਗੀ ਮਾਰੀ ਆ? ਕੁਲਦੀਪ ਸਿੰਘ ਜੀ। ਕੁਲਦੀਪ ਸਿੰਘ। ਕੁਲਦੀਪ ਸਿੰਘ ਨੂੰ ਤੁਸੀਂ ਦੁਬਈ ਸੱਦਿਆ ਸੀ? ਨਹੀਂ, ਉਹਦੀ ਕਹਾਣੀ ਇਸ ਤਰ੍ਹਾਂ ਹੈ, ਮੈਂ ਉਹਦੀ ਥੋੜ੍ਹੀ ਜਿਹੀ ਦੱਸ ਦਿੰਦਾ। ਉਹ 88 'ਚ ਪਹਿਲਾਂ ਜਪਾਨ ਗਿਆ ਸੀਗਾ, ਉਹਨਾਂ ਦਿਨਾਂ ਵਿੱਚ ਲੋਕ ਜਪਾਨ ਪੈਸੇ ਬਣਾਉਂਦੇ ਸੀ, ਉਹ 92 'ਚ ਫੜਿਆ ਗਿਆ, ਉਹ ਸਟੇ ਸੀ। ਇੱਕ ਮਿੰਟ ਹੋਲਡ ਕਰਨ, ਇਹਦਾ ਜ਼ਿਲ੍ਹਾ ਕਿਹੜਾ ਆ ਕੁਲਦੀਪ ਸਿੰਘ ਦਾ? ਇਹ ਬਰਵਾਲਾ ਪਿੰਡ, ਹੁਣ ਤਾਂ ਜੀਰਕਪੁਰ ਰਹਿੰਦਾ, ਪਹਿਲਾਂ ਬਰਵਾਲੇ ਪਿੰਡ ਤੋਂ ਹੈ, ਹਰਿਆਣੇ ਤੋਂ। ਨਾ ਨਾ, ਹਰਿਆਣਾ ਜਿਹੜਾ ਸ਼ਹਿਰ ਆ ਪੰਜਾਬ 'ਚ ਜਾਂ ਹਰਿਆਣਾ ਜਿਹੜਾ ਸਾਡਾ ਸਟੇਟ ਆ? ਸਟੇਟ ਹਰਿਆਣੇ ਵਿੱਚ ਬਰਨਾਲਾ ਪਿੰਡ ਹੈ ਇੱਕ। ਅੱਛਾ, ਹਰਿਆਣਾ ਸਟੇਟ ਦੇ ਵਿੱਚ ਬਰਵਾਲਾ ਪਿੰਡ, ਬਰਵਾਲਾ, ਬਰਵਾਲਾ ਪਿੰਡ ਹੈ, ਮੇਰਾ ਮਾਮਾ ਉੱਥੇ ਰਹਿੰਦਾ ਸੀ। ਅੱਛਾ ਜੀ, ਇਹਦਾ ਜਨਮ ਜਿਹੜਾ ਬਰਵਾਲੇ ਦਾ ਆ? ਹਾਂਜੀ ਹਾਂਜੀ। ਓਕੇ,
ਤੇ ਤੁਹਾਡੇ ਮਾਮੇ ਦਾ ਪਿੰਡ ਜਿਹੜਾ ਉਹ ਕਿਹੜੇ ਜ਼ਿਲ੍ਹੇ ਦਾ ਹੈ? ਮੇਰੇ ਮਾਮੇ ਦਾ ਅਸਲੀ ਪਿੰਡ ਦਾ ਮੇਰੇ ਮਾਮੇ ਦਾ ਧਨੌਰੀ ਸੀਗਾ, ਰੋਪੜ ਦੇ ਕੋਲ, ਪਰ ਉਹ ਮੂਵ ਕਰ ਗਿਆ ਸੀ ਬਰਨਾਲੇ। ਅੱਛਾ, ਇਹ ਮਤਲਬ ਇਹ ਜਰਮੇ ਨੇ ਬੱਚਿਆਂ ਦਾ ਬਰਵਾਲੇ ਹੋਇਆ? ਹਾਂਜੀ ਬਰਵਾਲੇ, ਹਾਂਜੀ ਹਾਂਜੀ। ਓਕੇ, ਉਹ ਤੋਂ ਬਾਅਦ ਕੁਲਦੀਪ ਸਿੰਘ ਕਦੋਂ ਆਏ, ਕਿਵੇਂ ਆਏ, 1982 ਦੀ ਗੱਲ ਕੀ ਦੱਸਣਾ ਚਾਹੁੰਦੇ ਸੀਗੇ? 88 ਚ ਨਾ ਇਹ ਜਪਾਨ ਚਲਾ ਗਿਆ। 88 ਚ ਤੁਸੀਂ ਸਦਿਆ ਜਦ ਇਹ ਆਪਣੇ ਆਪ ਗਿਆ? ਮੈਨੂੰ ਉੱਥੇ ਮੈਂ ਰਹਿੰਦਾ ਸੀ, ਮੈਨੂੰ ਪਤਾ ਸੀ ਵੀ ਜਪਾਨ ਲੋਕ ਪੈਸੇ ਪੂਸੇ ਬਣਾਉਣੇ ਜਾ ਕੇ। ਉਹਨੂੰ ਮੈਂ ਕਿਹਾ ਵੀ ਤੁਸੀਂ ਟੂਰਿਸਟ ਵੀਜ਼ਾ ਲੈ ਕੇ ਆ ਜਾਓ ਇੰਡੀਆ ਤੋਂ ਜਪਾਨ ਦਾ, ਤੁਸੀਂ ਉੱਥੇ ਚਲੇ ਜਾਓ ਤੇ ਕੋਈ ਨਾ ਕੋਈ ਮੇਰਾ ਬੰਦਾ ਹੈ ਜੀ ਜਿਹੜਾ ਸੰਭਾਲ ਲੂਗਾ ਤੁਹਾਨੂੰ, ਥੋੜਾ ਚਲ ਉੱਥੇ ਚਾਰ ਪੈਸੇ ਬਣਾ ਲਿਓ, ਆਏ ਹੁੰਦੇ ਚਲੋ ਰਿਸ਼ਤੇਦਾਰਾਂ ਦੀ ਮਦਦ ਕਰੀ ਦੀ। ਇਹ ਹੁਣ ਕਿਹੜੇ ਸ਼ਹਿਰ ਵਿੱਚ ਕੁਲਦੀਪ ਸਿੰਘ? ਹੁਣ ਡਬਈ ਰਹਿੰਦਾ ਜੀ। ਡਬਈ, ਡਬਈ ਰਹਿੰਦਾ ਹੈ। ਇਹਦੀ ਕਲੀਨ ਪਿਕਚਰ ਕਰ ਦਿਓ ਆਪਣੇ ਗੁਰਪ੍ਰੀਤ ਜੀ, ਸਾਫ ਇਹਦੀ ਸਾਫ ਲਾਓ ਪਿਕਚਰ। ਤੁਹਾਡੇ ਕਿੰਨੇ ਠੱਗੀ ਮਾਰੀ ਹੈ, ਤੁਸੀਂ ਜੋ ਬੋਲੋਗੇ ਸੱਚ ਬੋਲੋਗੇ, ਸੱਚ ਤੋਂ ਸਵਾਈ ਕੁਛ ਨਹੀਂ ਬੋਲੋਗੇ? ਇਮਾਮੇ ਦਾ ਮੁੰਡਾ ਹੀ ਹੈ ਜੀ। ਮੈਂ ਪੁੱਛਾਂ, ਮੈਂ ਆਪ ਜੀ ਨੂੰ ਕਹਿ ਰਿਹਾ ਤੁਸੀਂ ਸੱਚ ਬੋਲੋਗੇ, ਸੱਚ ਤੋਂ ਸਵਾਈ ਕੁਛ ਨਹੀਂ ਬੋਲੋਗੇ? ਬੋਲੋ। ਹਾਂਜੀ ਮੈਂ ਸੱਚ ਬੋਲੂੰਗਾ ਜੀ, ਸੱਚ ਤੋਂ ਸਵਾਈ ਕੁਛ ਨਹੀਂ ਬੋਲੂੰਗਾ। ਠੀਕ ਹੈ, ਵੈਰੀ ਗੁੱਡ। ਹਾਂਜੀ, ਇਹ ਕਹਿੰਦੇ ਸੁੱਚਾ ਸਿੰਘ ਜੀ ਆਓ ਸੱਚੀਆਂ ਗੱਲਾਂ ਕਰਨਗੇ। 1988 ਵਿੱਚ ਇਹ ਆ ਗਿਆ ਹੈ ਜਪਾਨ ਦੇ ਵਿੱਚ, ਫਿਰ ਇਹ ਜਪਾਨ ਚਲਾ ਗਿਆ, ਉੱਥੇ ਜਾ ਕੇ ਕੰਮ ਕਰਦਾ ਰਿਹਾ। ਉੱਥੇ ਓਵਰਸਟੇ ਹੁੰਦੇ ਸੀ ਲੋਕ ਤੇ ਪੈਸੇ ਚੰਗੇ ਬਣਾਉਂਦੇ ਸੀ, ਉਹਨਾਂ ਦਿਨਾਂ ਵਿੱਚ ਲੱਖ ਰੁਪਏ ਮਹੀਨੇ ਦਾ ਕਮਾਲੇ ਕਰਦੇ ਸੀ 1988 ਚ। ਹਾਂਜੀ ਬੜੇ ਪੈਸੇ ਸੀ, 50 ਲੱਖ ਰੁਪਏ ਦੀ ਕਿੱਲਾ ਜ਼ਮੀਨ ਆਉਂਦੀ ਸੀ ਉਦੋਂ, ਇੰਨੇ ਪੈਸੇ ਸੀ ਉੱਥੇ। ਹਾਂਜੀ, ਕਿੰਨੇ ਨੂੰ ਜ਼ਮੀਨ ਸੀ, ਕਿੱਲਾ ਕਿੰਨੇ ਨੂੰ ਸੀ? ਪੰਜਾਬ ਦੇ ਵਿੱਚ ਲੱਖ ਰੁਪਏ ਨੂੰ ਆ ਜਾਂਦੀ ਸੀ 88 ਚ, ਬਹੁਤ ਸਸਤੀ ਜ਼ਮੀਨ ਸੀ ਉਦੋਂ ਤੋਂ। ਅੱਛਾ, ਮਤਲਬ ਤੁਹਾਡਾ ਇਹ ਜਿਹੜਾ ਮਾਮੇ ਦਾ ਮੁੰਡਾ ਆ ਇਹ ਲੱਖ ਰੁਪਏ ਕਮਾਉਂਦਾ ਸੀ? ਹਾਂਜੀ, ਉੱਥੇ ਕੰਸਟਰਕਸ਼ਨ ਚ ਕੰਮ ਕਰਦਾ ਸੀ ਜਿਹੜੇ ਪਹਿਲਾਂ ਦੋਸਤ ਮੇਰੇ। ਕਿੰਨੀ ਉਮਰ ਸੀ ਉਸ ਵੇਲੇ ਜਦੋਂ ਪੰਜਾਬ ਤੋਂ ਗਿਆ ਇਹ, ਹਰਿਆਣਾ ਵੀ ਗਿਆ? 18-19 ਸਾਲ ਦਾ ਸੀ। ਹੁਣ ਕਿੰਨੀ ਉਮਰ ਹੈ ਇਹਦੀ? ਇਹ ਮੇਰੇ ਹੁਣ ਹੋਏਗਾ ਮੇਰੇ ਨਾਲੋਂ ਇਹ 16 ਸਾਲ ਛੋਟਾ, ਇਹ 56 ਸਮਥਿੰਗ। ਕਿੰਨੇ ਬੱਚੇ ਨੇ ਇਹਦੇ? ਇਹਦੇ ਦੋ ਮੁੰਡੇ ਆ ਜੀ। ਇਹ ਕਿੱਥੇ ਰਹਿ ਰਹੇ ਹੁਣ? ਆਪ ਡਬਈ ਰਹਿੰਦਾ, ਇਹਦੇ ਬੇਟਾ ਬੇਟੇ ਤੇ ਘਰ ਵਾਲੀ ਰਹਿੰਦੇ ਨੇ ਇੱਥੇ ਜੀਰਕਪੁਰ। ਓਕੇ, ਆਪ ਡਬਈ ਵੀ ਰਹਿੰਦਾ ਇਹ? ਆਪ ਡਬਈ, ਹਾਂਜੀ, ਮੇਰੀ ਕੰਪਨੀ ਜਿਹੜੀ ਸੰਭਾਲ ਲਈ ਨਾ ਉੱਥੇ ਹੀ ਰਹਿੰਦਾ ਇਹ ਜ਼ਰੂਰ। ਇਹਨੇ ਤੁਹਾਡੇ ਨਾਲ ਹੇਰਾਫੇਰੀ ਕੀਤੀ, ਕਿੰਨੇ ਲੱਖ ਦੀ ਹੇਰਾਫੇਰੀ ਕਰ ਚੁੱਕਾ ਇਹ ਮਾਮੇ ਦਾ ਮੁੰਡਾ? 5 ਲੱਖ ਮੇਰੀ ਕੰਪਨੀ ਜਿਹੜੀ ਵਰਥ ਸੀ ਨਾ ਉਹ $5 ਲੱਖ US ਦੀ ਸੀ ਜਦੋਂ 2017। 5 ਲੱਖ ਡਾਲਰ US? ਹਾਂਜੀ ਹਾਂਜੀ। ਕੈਲਕੂਲੇਟ ਕਰੋ ਆਪਣੇ ਗੁਰਪ੍ਰੀਤ ਜੀ, ਕੈਲਕੂਲੇਸ਼ਨ ਦੇ ਨਾਲ ਕਿੰਨਾ ਮੇਰਾ ਸਾਡਾ ਕੈਨੇਡੀਅਨ ਬਣ ਜਾਂਦਾ? 8-4 ਕਰੋੜ ਕੁਝ ਬਣ ਜਾਂਦਾ ਜੀ। 4 ਕਰੋੜ ਦੀ ਠੱਗੀ ਮਾਰੀ ਹੈ ਕੰਪਨੀ ਦੀ। ਅੱਛਾ, ਹੁਣ ਇਹ ਕਿੱਥੇ ਚਲੇ ਗਿਆ ਠੱਗੀ ਮਾਰ ਕੇ? ਉੱਥੇ ਬਸ ਇਹਨੇ ਕੰਪਨੀ ਟੇਕ ਓਵਰ ਕਰ ਲਈ। ਹਾਂ, ਉਸ ਤੋਂ ਪਹਿਲਾਂ ਤੇ ਉੱਥੇ ਹੀ ਰਹਿੰਦਾ ਰਹਿ ਰਿਹਾ ਮੈਂ ਡਬਈ। ਹੁਣ ਵੀ ਮੈਂ 7 ਅਕਤੂਬਰ ਨੂੰ ਵੀ ਡਬਈ ਗਿਆ ਸੀ ਆਪਣੇ ਜਿਹੜਾ ਸਾਡਾ। ਇਹ ਤੁਸੀਂ ਆਪਣਾ ਬਿਜ਼ਨਸ ਰਜਿਸਟਰ ਕੀਤਾ ਡਬਈ ਦੇ ਵਿੱਚ, ਇਹ ਸਪੇਅਰ ਪਾਰਟਸ ਘੜੀਆਂ ਵੇਚਦੇ ਵੀ ਸੀ ਜਾਂ ਰਿਪੇਅਰ ਕਰਦੇ ਸੀ ਜਾਂ ਪਾਰਟਸ ਵੇਚਦੇ ਸੀ? ਪਾਰਟ ਵੇਚਦੇ ਸੀ, ਮੈਂ ਹਾਂਗਕਾਂਗ ਤੋਂ ਸਪਲਾਈ ਕਰਦਾ ਸੀ ਮੇਰਾ ਬੇਟਾ ਇਹਨੂੰ, ਤੇ ਮੈਂ ਪਹਿਲਾਂ ਮੈਂ ਕਰਦਾ ਸੀ, ਇਹ ਉੱਥੇ ਪਾਰਟ ਜਿਹੜੀਆਂ ਕੰਪਨੀਆਂ ਰਿਪੇਅਰ ਕਰਦੀਆਂ ਨੇ ਉਹਨਾਂ ਨੂੰ ਵੇਚਦਾ ਸੀ। ਅੱਛਾ, ਤੁਸੀਂ ਇਹਨੂੰ ਮਤਲਬ ਕੰਪਨੀ ਦੀ ਜ਼ਿੰਮੇਵਾਰੀ ਦੇ ਦਿੱਤੀ? ਹਾਂਜੀ, ਵੀ ਤੁਸੀਂ ਇੰਨੀ ਤਨਖਾਹ ਤੇ ਮੇਰੇ ਇੰਨੀ ਇਨਵੈਸਟਮੈਂਟ ਹੈ, ਤੁਸੀਂ ਇੰਨੇ ਚਿਰ ਚ ਮੇਰੇ ਪੈਸੇ ਮੋੜੋਗੇ ਫਿਰ ਮੈਂ ਤੁਹਾਨੂੰ ਪਾਰਟਨਰਸ਼ਿਪ ਦਊਂਗਾ। ਇਸ ਤਰ੍ਹਾਂ ਇੱਕ ਐਗਰੀਮੈਂਟ ਕੀਤਾ ਸੀ ਜੋ ਅੰਗਰੇਜ਼ੀ ਵਿੱਚ ਹੈ, ਮੈਂ ਤੁਹਾਨੂੰ ਵੀ ਭੇਜਿਆ ਐਗਰੀਮੈਂਟ ਜੀ ਉਹ। ਅੱਛਾ, ਐਗਰੀਮੈਂਟ ਦੇ ਵਿੱਚ ਹੇਰਾਫੇਰੀ ਕਰ ਲਈ? ਐਗਰੀਮੈਂਟ ਤਾਂ ਹੈ ਸੀ ਪਰ ਇਹ ਚੱਲਿਆ ਨਹੀਂ ਉਹਦੇ ਉੱਤੇ। ਉਹਦੇ 'ਚ ਲਿਖਿਆ ਵੀ ਜਿਹੜਾ ਬੰਦਾ ਵੀ ਕੋਈ ਵੀ ਮੈਂ ਜਾਂ ਉਹ ਅਸੀਂ ਕੋਈ ਠੱਗੀ ਕਰਾਂਗੇ ਤਾਂ ਅਸੀਂ ਸਣੇ ਬੱਚਿਆਂ ਫੈਮਿਲੀ ਸਮੇਤ ਨਰਕਾਂ ਨੂੰ ਜਾਊਂਗੇ, ਇਸ ਤਰ੍ਹਾਂ ਦੀ ਮੇਰੀ ਐਗਰੀਮੈਂਟ ਬਣਾਇਆ ਸੀ ਇਹਦੇ ਨਾਲ ਸਹੁੰ ਖਾ ਕੇ, ਪਰ ਇਹਨੇ ਸਹੁੰ ਤੋੜਤੀ ਠੱਗੀ ਮਾਰਦੀ ਮੇਰੇ ਨਾਲ ਹੌਲੀ ਹੌਲੀ ਕਰਕੇ। ਤਾਂ ਹੁਣ ਤੁਹਾਡੇ ਨਾਲ ਆਖਰੀ ਗੱਲ ਕਦੋਂ ਕੀਤੀ ਇਹਨੇ? ਹੁਣ ਤਾਂ ਗੱਲ ਕਿਤੇ ਹੋਈ ਹੋ ਨਹੀਂ, ਗੱਲ ਕਰਦਾ ਨਹੀਂ ਮੇਰੇ ਨਾਲ ਇਹ ਬਿਲਕੁਲ ਵੀ। ਆਖਰੀ ਗੱਲ ਕਦੋਂ ਕੀਤੀ, ਕਿਹੜੇ ਸਾਲ 'ਚ ਕੀਤੀ ਆ?
ਓਕੇ ਜੀ, ਮੈਂ ਗਿਆ ਸੀ, ਮੈਂ ਦੁਬਈ ਗਿਆ ਸੀ 2020 ਚ ਮਾਰਚ ਵਿੱਚ, ਕਰੋਨਾ ਤੋਂ ਪਹਿਲਾਂ, ਉਦੋਂ ਮੇਰੀ ਗੱਲ ਸਾਹਮਣੇ ਸਾਹਮਣੇ ਹੋਈ ਇਹਦੇ ਨਾਲ, ਮਾਲਕ ਦੇ ਸਾਹਮਣੇ। ਉਹਦੀ ਕੰਪਨੀ ਹੈ ਉਹ ਕਿਹਦੇ ਨਾਂ ਤੇ, ਕਿਹੜੀ ਹੁਣ ਟੇਕ ਓਵਰ ਕੇਨ ਕਰ ਲਈ ਕੰਪਨੀ? ਉਹ ਕੰਪਨੀ, ਅੱਛਾ, ਕੰਪਨੀ ਦੀ ਕਹਾਣੀ ਇਹ ਹੈ ਕਿ ਸ਼ੁਰੂ ਚ ਕੰਪਨੀ ਮੇਰੇ ਇਕੱਲੇ ਦੇ ਨਾਂ ਸੀ, ਸੋਮਲ ਸਪੇਅਰ ਵਾਚ ਐਂਡ ਸਪੇਅਰ ਪਾਰਟ, ਉਹ ਸੀਗੀ ਇਕੱਲੇ ਜਿਹੜੀ ਬਿਨਾਂ ਲਿਮਿਟਡ ਤੋਂ ਹੁੰਦੀ ਹੈ, ਸੋਲ ਪ੍ਰੋਪਰੇਟਰ ਮੇਰੇ ਨਾਲ। ਮੈਂ ਸਮਝ ਗਿਆ। ਹਾਂ ਹਾਂ ਹਾਂ। ਫਿਰ ਇਹਨੇ ਮੈਨੂੰ 2007 ਤੱਕ ਕਹਿੰਦਾ ਵੀ ਆਪਾਂ ਕੰਪਨੀ ਲਿਮਿਟਡ LLC ਕਰਨੀ ਹੈ, ਲਿਮਿਟਡ ਕਰਨੀ ਹੈ, ਆਪਾਂ ਬੰਦੇ ਬੰਦੇ ਬੁਲਾਉਣੇ ਇੰਡੀਆ ਦੇ ਕੰਮਕਾਰ ਵਾਲੇ, ਵੀ ਇਹਨੂੰ ਲਿਮਿਟਡ ਕਰ ਦਈਏ। ਜਦੋਂ ਲਿਮਿਟਡ ਕੰਪਨੀ ਕੀਤੀ, ਇਹਨੇ ਚੁੱਪ ਚਪੀਤੇ, ਮੈਂ ਤਾਂ ਕੈਨੇਡਾ ਬੈਠਾ ਸੀ, ਇਹਨਾਂ ਨੇ ਚੁੱਪ ਚਪੀਤੇ ਆਪਣੇ ਸ਼ੇਅਰ 51% ਕਰ ਲਏ, ਮੈਨੂੰ ਮੇਰੇ 49% ਕਰਦੇ। ਨਹੀਂ, ਇਹਨੇ ਤੁਹਾਡੇ ਤੋਂ ਸਾਈਨ ਵਗੈਰਾ ਲਏ ਨਹੀਂ? ਇੱਥੋਂ ਮੇਰੇ ਪੇਪਰ ਸਾਈਨ ਕਰਾ ਲਏ ਨਾ ਮੈਂ ਆਪਣੀ ਕੰਪਨੀ। ਮੈਂ ਕਿਹਾ ਵੀ ਮੇਰੇ ਨਾਂ ਹੀ ਹੋਗੀ, ਕਹਿੰਦਾ ਕੋਈ ਗੱਲ ਨਹੀਂ ਤੇਰੇ ਨਾਂ ਹੀ ਹੋਗੀ। ਉਹ ਉੱਥੇ ਮੇਰੀ ਗਲਤੀ ਜ਼ਰੂਰ ਹੈ ਵੀ ਮੈਂ ਉੱਥੇ ਆਪ ਜਾ ਕੇ ਆਪਣੇ ਸ਼ੇਅਰ ਵਿੱਚ ਰੱਖਣੇ। ਚਲੋ 51 ਵੀ ਹੋ ਗਿਆ, ਫਿਰ ਵੀ ਇਹਨੇ, ਫਿਰ ਜਦੋਂ ਮੇਰੀ ਕੰਪਨੀ, ਮੈਂ ਕਿਹਾ ਮੈਂ ਤੁਹਾਨੂੰ ਕੰਪਨੀ ਵੇਚ ਦਿੰਦਾ, ਚਲੋ ਮੈਂ, ਤੁਸੀਂ ਮੈਨੂੰ ਮੇਰੇ ਪੈਸੇ, ਇਹ ਮੇਰੇ ਪੈਸੇ ਨਹੀਂ ਦਿੰਦੇ ਸੀ, ਜਿਹੜਾ ਮੈਂ ਮਾਲ ਭੇਜਦਾ ਸੀ ਨਾ ਮੇਰੇ, ਉਹਦੇ ਪੈਸੇ ਜਿਹੜਾ ਐਗਰੀਮੈਂਟ ਕੀਤਾ ਸੀ ਉਹਦੇ ਅਨੁਸਾਰ ਇਹ ਮੈਨੂੰ ਪੈਸੇ, ਮੇਰਾ $2,00,000 ਫਿਰ ਵੀ ਰਹਿੰਦਾ ਸੀ ਇਹਨਾਂ ਦਾ, ਇਨਵਾਈਸਾਂ ਦਾ, ਵੀ ਇਨਵਾਈਸਾਂ ਦੇ ਪੈਸੇ ਰਹਿੰਦੇ ਸੀ, ਐਗਰੀਮੈਂਟ ਪੂਰਾ ਨਹੀਂ ਕੀਤਾ ਇਹਨਾਂ ਨੇ। ਇਹਨੇ ਫਿਰ ਕੰਪਨੀ ਆਪਣੇ ਨਾਲ ਲਵਾ ਲਈ, ਚਲੋ ਫਿਰ ਵੀ ਕੰਮ ਚੱਲਦਾ ਰਿਹਾ। ਮੈਨੂੰ ਪਤਾ ਲੱਗਿਆ ਬਾਅਦ ਚ ਜਦੋਂ ਮੈਂ ਆ ਕੇ ਸੁੱਚਾ ਸਿੰਘ। ਅੱਛਾ, ਤੁਹਾਡਾ ਮਤਲਬ ਕਰੋੜਾਂ ਦਾ, 5 ਕਰੋੜ ਦੀ ਠੱਗੀ ਮਾਰੀ ਹੈ। ਜਿਹੜਾ ਤੁਹਾਡਾ ਹੁਣ ਇਹ ਮਾਮੇ ਦਾ ਮੁੰਡਾ ਕੁਲਦੀਪ ਸਿੰਘ ਆ, ਇਹ ਹੁਣ ਦੁਬਈ ਦੇ ਵਿੱਚ ਰਹਿ ਰਿਹਾ, ਇਹਦੇ ਪਰਿਵਾਰ ਜਿਹੜਾ ਆ ਉਹ ਹਰਿਆਣੇ 'ਚ ਆ, ਠੀਕ ਹੈ ਨਾ? ਅਸੀਂ ਇੱਥੇ ਹੁਣ ਜੀਰਕਪੁਰ ਹੈ, ਪੰਜਾਬ 'ਚ ਹੀ ਹੈ, ਜੀਰਕਪੁਰ 'ਚ। ਅੱਛਾ, ਜੀਰਕਪੁਰ 'ਚ ਆ ਹੁਣ ਇਸ ਵੇਲੇ, ਇੱਥੇ ਆ ਕੇ ਉਹਨੂੰ ਛੱਡਤਾ ਇਹਨਾਂ ਨੇ, ਹਰਿਆਣਾ ਛੱਡ ਦਿੱਤਾ। ਫੜਿਆ ਕਿ ਇਹਨੇ ਪੁਲਿਸ ਨੇ? ਨਹੀਂ ਨਹੀਂ, ਉਹਨੇ ਨਹੀਂ, ਹਰਿਆਣੇ ਤੋਂ ਉੱਥੋਂ ਉਹ ਛੱਡੇ ਆਉਂਦੇ, ਪਿੰਡ ਬਰਵਾਲੇ ਪਿੰਡ ਤੋਂ ਆ ਕੇ ਛੱਡ ਕੇ ਇਹ ਜੀਰਕਪੁਰ ਆ ਗਏ ਨੇ ਹੁਣ। ਹਾਂਜੀ, ਜਪਾਨ ਫੜਿਆ ਗਿਆ, ਓਵਰਸੇ ਇਹ ਡਿਪੋਰਟ ਕਰਤਾ, ਇਹਨੇ ਇੰਡੀਆ ਆ ਕੇ 93 ਵਿੱਚ ਮੇਰੇ ਨਾਂ ਦਾ ਪਾਸਪੋਰਟ ਬਣਾ ਲਿਆ, ਸੁੱਚਾ ਸਿੰਘ ਦੇ ਨਾਂ ਦਾ ਪਾਸਪੋਰਟ ਇਸ ਬੰਦੇ ਨੇ। ਇਹ ਪਾਸਪੋਰਟ, ਇਹਦਾ ਨਾਂ ਕੁਲਦੀਪ ਸਿੰਘ ਹੈ, ਜਿਹੜਾ ਪਹਿਲਾ ਪਾਸਪੋਰਟ ਸੀ ਕੁਲਦੀਪ ਸਿੰਘ ਦੇ ਨਾਂ ਤੇ ਸੀ? ਹਾਂ, ਪਹਿਲਾਂ ਨਾਂ ਕੁਲਦੀਪ ਸਿੰਘ ਦੇ ਸੀ। ਹਾਂਜੀ ਹਾਂਜੀ। ਤਾਂ ਉਹ ਪਾਸਪੋਰਟ ਜੋ ਫੜਿਆ ਗਿਆ, ਇਹ ਫੜਿਆ ਕਿਹੜੀ ਕੰਟਰੀ 'ਚ ਗਿਆ? ਇਹ ਜਪਾਨ ਗਿਆ ਸੀ, ਉੱਥੇ ਓਵਰਸਟੇ ਸੀ, ਉੱਥੇ ਫੜਿਆ ਗਿਆ। ਹਾਂਜੀ। ਤਾਂ ਉੱਥੋਂ ਫਿਰ ਉਹਨਾਂ ਨੇ ਇਹਨੂੰ ਚੜਾ ਦਿੱਤਾ, ਡਿਪੋਰਟ ਕਰ ਦਿੱਤਾ? ਡਿਪੋਰਟ ਕਰ। ਫਿਰ ਇਹਨੇ ਇੰਡੀਆ ਆ ਕੇ ਇੱਕ ਹੋਰ ਪਾਸਪੋਰਟ ਬਣਾ ਲਿਆ ਸੁੱਚਾ ਸਿੰਘ ਦੇ ਨਾਂ ਦਾ, ਮੈਨੂੰ ਵੀ ਨਹੀਂ ਦੱਸਿਆ, ਕੁਝ ਨਹੀਂ ਦੱਸਿਆ ਮੈਨੂੰ। ਤੁਹਾਡੇ ਨਾਂ ਤੇ ਪਾਸਪੋਰਟ ਬਣਾ ਲਿਆ ਤੇ ਆਪਣਾ ਨਾਂ ਜਿਹੜਾ ਆ ਉਹ ਮਤਲਬ ਉਹ ਗਾਇਬ ਕਰ ਲਿਆ, ਉਹ ਪਿੱਛੇ ਕਰਤਾ, ਉਹ ਉਸਦੇ ਦੁਬਾਰਾ ਫਿਰ ਜਪਾਨ ਚਲਾ ਗਿਆ ਹੈ, ਦੁਬਾਰਾ ਫਿਰ ਚਲਾ ਗਿਆ। ਨਹੀਂ ਨਹੀਂ, ਜਿਹੜਾ ਜਪਾਨ ਗਿਆ ਤੁਹਾਡਾ ਜਿਹੜਾ ਪਾਸਪੋਰਟ ਸੀ ਉੱਥੇ ਗਿਆ ਇਹ? ਹਾਂ, ਮੇਰਾ ਨਾਂ ਵਰਤਿਆ ਇਹਨੇ, ਇਹਨੇ ਮੇਰੇ ਕਦੇ ਡਾਕੂਮੈਂਟ ਨਾ ਖਰੜ ਤੋਂ ਕਢਾ ਕਢੂ ਕੇ ਸਕੂਲਾਂ ਸਕਾਲਾਂ ਤੋਂ ਜਿਸ ਤਰ੍ਹਾਂ ਵੀ ਕੀਤਾ ਹੋਊਗਾ ਇਹਨੇ, ਮੈਨੂੰ ਪਤਾ ਲੱਗਦਾ ਬਾਹਰੋਂ ਰਿਸ਼ਤੇਦਾਰ। ਕਦੋਂ ਪਾਸਪੋਰਟ ਬਣਾਇਆ ਇਹਨੇ ਨੇ ਆਪਣੇ ਤੁਹਾਡੇ ਨਾਂ ਤੇ? 1993 ਚ। ਅੱਛਾ, ਤੁਹਾਡਾ ਐਡਰੈਸ ਜਿਹੜਾ ਕਿੱਥੋਂ ਦਿੱਤਾ? ਜੀਰਕਪੁਰ ਦਾ ਐਡਰੈਸ ਨੇ ਬਰਵਾਲੇ ਦੇ ਦਿੱਤਾ ਇਹਨੇ, ਬਾਕੀ ਨਾਂ ਮੇਰਾ ਵਰਤ ਲਿਆ, ਡੇਟ ਆਫ ਬਰਥ ਤੇ ਸੇਮ, ਫਾਦਰ ਦਾ ਨਾਂ ਸੇਮ। ਇੱਕ ਮਿੰਟ, ਤੁਹਾਡੀ ਡੇਟ ਆਫ ਬਰਥ ਜਿਹੜੀ ਹੈ ਸਾਨੂੰ ਭੇਜੀ ਤੁਸੀਂ ਪਾਸਪੋਰਟ ਵਾਲੀ? ਮੈਂ ਡੇਟ ਆਫ ਬਰਥ ਨਹੀਂ, ਮੇਰੀ ਡੇਟ ਆਫ ਬਰਥ, ਮੈਂ ਤਾਂ ਇਹਦੇ ਨਾਲ ਬਹੁਤ ਉਮਰ ਚ ਉਮਰ ਦੇ 16 ਸਾਲ ਵੱਡਾ ਇਹਦੇ ਨਾਲੋਂ, ਮੈਂ ਤਾਂ ਇਹਦੇ ਨਾਲੋਂ ਨਾ। ਮੇਰੇ ਸੁੱਚਾ ਸਿੰਘ ਜੀ, ਹੋਲਡ ਔਨ ਸਲੋ ਡਾਊਨ ਪਲੀਜ਼। ਤੁਹਾਡੀ ਹਰ ਗੱਲ ਮੇਰੀ ਡਾਕੂਮੈਂਟਡ ਹੋ ਰਹੀ ਆ, ਇਹਨੂੰ ਅਸੀਂ ਰਿਕਾਰਡ ਕਰ ਰਹੇ ਹਾਂ।
ਲੋੜ ਪੈਣ ਤੇ ਕੋਰਟ ਵਿੱਚ ਵੀ ਜਾਵੇਗੀ ਅਤੇ ਪੁਲਿਸ ਦੇ ਚਾਰਜਸ ਵੀ ਲੱਗਣਗੇ ਇਹਦੇ ਉੱਪਰ ਕਿ ਕੋਈ ਵਿਅਕਤੀ ਕਿਸੇ ਦੇ ਨਾਂ ਦੇ ਉੱਪਰ ਪਾਸਪੋਰਟ ਬਣਾਉਂਦਾ ਹੈ ਤਾਂ ਉਹ ਬਹੁਤ ਵੱਡਾ ਇੱਕ ਕ੍ਰਾਈਮ ਹੈ। ਤੁਸੀਂ ਵੇਟ ਕਰੋ, ਹੋਲਡ ਆਨ, ਵੇਟ ਕਰੋ, ਵੇਟ ਕਰੋ, ਵੇਟ ਕਰੋ। ਸੋ ਤੁਹਾਡੇ ਨਾਂ ਦੇ ਉੱਪਰ ਪਾਸਪੋਰਟ ਬਣਾਇਆ, ਨੇਮ ਵੀ ਤੁਹਾਡਾ, ਫਾਦਰ ਦਾ ਨਾਮ ਵੀ ਤੁਹਾਡੇ ਫਾਦਰ ਆਪਣੇ ਰੱਖ ਲਿਆ। ਨਹੀਂ, ਇਹਨੇ ਸਿਰਫ ਮੇਰਾ ਨਾਂ ਵਰਤਿਆ, ਬਾਕੀ ਫਾਦਰ ਦਾ ਨਾਂ ਇਹਨਾਂ ਅਸਲੀ, ਆਪਣਾ ਡੇਟ ਆਫ ਬਰਥ ਵੀ ਅਸਲੀ, ਐਡਰੈਸ ਵੀ ਅਸਲੀ। ਉਹਦੀ ਕਾਪੀ ਮੈਂ ਤੁਹਾਨੂੰ ਭੇਜੀ ਵੀ ਹੈ, ਉਹਦੀ ਵੀ। ਸਰ ਨਾਂ ਸੁੱਚਾ ਸਿੰਘ, ਇਹਨੇ ਆਪਣਾ ਨਾਂ ਸੁੱਚਾ ਸਿੰਘ ਰੱਖ ਲਿਆ, ਬਾਕੀ ਡੇਟ ਆਫ ਬਰਥ ਇਹਦੀ ਆਪਣੀ ਉਹ ਵਰਤੀ ਆ। ਬਿਲਕੁਲ ਐਵਰੀਥਿੰਗ ਸੇਮ। ਹਾਂਜੀ, ਤੇ ਪਿੰਡ ਹੀ ਉਹ ਵਰਤਿਆ, ਤੇ ਫਾਦਰ ਦਾ ਨਾਂ ਕੀ ਆ? ਦਿਆਲ ਸਿੰਘ। ਉਹ ਦਿਆਲ ਸਿੰਘ ਲਿਖਿਆ, ਲੇਟ ਫਾਦਰ, ਲੇਟ ਫਾਦਰ ਦਿਆਲ ਸਿੰਘ, ਠੀਕ ਹੈ ਨਾ? ਹਾਂਜੀ ਹਾਂਜੀ। ਤੇ ਇਹ ਫਿਰ ਤੁਸੀਂ ਦੱਸਿਆ ਪੁਲਿਸ ਨੂੰ ਇਨਫੋਰਮ ਕੀਤਾ? ਮੇਰੀ 2020 ਦੀ ਰਿਪੋਰਟ ਚੱਲਦੀ ਹੈ ਪੁਲਿਸ ਰੋਡ ਹਾਈਵੇ ਜੀਰਕਪੁਰ ਕੇਸ ਚੱਲਦਾ। ਜੀਰਕਪੁਰ DSP ਨੇ ਬਣਾ ਕੇ ਦੇਤੀ ਮੈਨੂੰ ਉਹ ਜਿਹੜੀ ਰਿਪੋਰਟ ਬਣਾ ਦਿੱਤੀ। ਹੁਣ DA ਲੀਗਲ ਕੋਲ SSP ਦਫ਼ਤਰ ਪਈ ਆ ਮੋਹਾਲੀ, ਉੱਥੋਂ ਅੱਗੇ ਤੁਰਨੀ ਪਿਆ। ਇੱਕ ਸੈਕਿੰਡ, ਹੋਲਡਰ 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 ਗੁਰਪ੍ਰੀਤ ਜੀ, ਨੋਟ ਕਰੋ, SSP ਮੋਹਾਲੀ ਮੋਹਾਲੀ ਨੇ ਅਸੀਂ ਗੱਲ ਕਰਦੇ ਹਾਂ। ਸੋ ਇਹ ਕਰੋ ਰਿਪੋਰਟ ਕੀਤੀ ਤੁਸੀਂ, ਤੁਸੀਂ ਰਿਪੋਰਟ ਕੀਤੀ ਹੈ ਕਿ ਫੇਕ ਪਾਸਪੋਰਟ ਮੇਰੇ ਨੇ ਨਾਂ ਵਰਤਿਆ ਨਾ, ਮੇਰਾ ਨਾਂ ਖਰਾਬ ਕੀਤਾ। ਸੁੱਚਾ ਸਿੰਘ ਜੀ, ਤੁਸੀਂ ਜੋ ਮੈਂ ਕਹਿੰਦਾ ਉਸ ਜਵਾਬ ਦਿਓ। ਹਾਂਜੀ, ਪੁਲਿਸ ਸਟੇਸ਼ਨ SSP ਦੇ ਦਫ਼ਤਰ ਨੂੰ ਕੰਪਲੇਂਟ ਕਿਹਨੇ ਕੀਤੀ ਆ? ਮੈਂ ਕੀਤੀ ਸੀ। ਕਿਹੜੇ ਸਾਲ ਚ? ਮੈਂ ਕੀਤੀ ਸੀ 2022 ਚ, 2022 ਦੇ ਵਿੱਚ। ਉਸ ਵੇਲੇ ਇਹ ਇੰਡੀਆ ਸੀਗਾ? ਨਹੀਂ, ਇਹਦਾ ਕਦੇ ਉੱਥੇ ਹਾਜ਼ਰੀ ਨਹੀਂ ਹੋਇਆ ਨਾ। ਜਿੰਨੀ ਵਾਰ ਵੀ ਇਹਦੀ ਵਾਈਫ ਆਉਂਦੀ ਰਹੀ ਹੈ, ਜਿੰਮ ਬੁਲਾਉਂਦੇ ਸੀ, ਇਹਦੇ ਦੁਬਈ ਕਦੇ ਵੀ ਨਹੀਂ ਆਇਆ ਇੰਡੀਆ, ਇਹ ਉੱਥੇ ਹਾਜ਼ਰ ਨਹੀਂ ਕਦੇ ਹੋਇਆ। ਨਹੀਂ, ਤੁਸੀਂ ਗੱਲ ਨਹੀਂ ਸਰ, ਤੁਹਾਡੇ ਨਾਂ ਤੇ ਪਾਸਪੋਰਟ, ਸੁੱਚਾ ਸਿੰਘ ਦੇ ਪਾਸਪੋਰਟ ਤੇ ਇਹ ਟਰੈਵਲ ਕਰ ਗਏ ਜਪਾਨ ਨੂੰ ਫਿਰ ਦੁਬਾਰਾ। ਹਾਂਜੀ, ਫਿਰ। ਹਾਂਜੀ, ਤੁਹਾਨੂੰ ਕਦੋਂ, ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਹਾਡੇ ਨਾਂ ਤੇ ਪਾਸਪੋਰਟ ਬਣਾਇਆ? ਜਦੋਂ 17-18 ਚ ਨਾ ਇਹਨੇ ਮੇਰੀਆਂ ਠੱਗੀ ਮਾਰਨੀ, ਫਿਰ ਮੈਨੂੰ ਰਿਸ਼ਤੇਦਾਰਾਂ ਨੇ ਸ਼ੁਰੂ ਦੱਸਣਾ ਸ਼ੁਰੂ ਕਰਤਾ ਵੀ ਇਹ ਪਹਿਲਾਂ ਵੀ ਤੇਰੇ ਪਾਸਪੋਰਟ ਤੇਰੇ ਨਾਂ ਤੇ ਵਰਤ ਕੇ ਗਿਆ ਸੀ ਵੀ। ਜੋ ਠੱਗੀ ਹੋਣ ਤੋਂ ਬਾਅਦ ਪਤਾ ਲੱਗਿਆ, ਪਹਿਲਾਂ ਮੈਨੂੰ ਕੁਛ ਨਹੀਂ ਪਤਾ ਸੀ, ਮੈਂ ਇਤਵਾਰੀ ਕਰਦਾ। ਤੁਸੀਂ ਫਿਰ ਪੁਲਿਸ ਨੂੰ ਕਿਹੜੇ ਸਾਲ ਵਿੱਚ ਸ਼ਿਕਾਇਤ ਕੀਤੀ ਹੈ? ਮੈਂ ਕੀਤੀ ਹੈ 2022 ਚ। ਅੱਛਾ, ਹੁਣ ਕੀਤੀ ਹੈ। ਇਹ ਪਾਸਪੋਰਟ ਬਣਿਆ ਕਿਹੜੇ ਸਾਲ ਸੀਗਾ? ਇਹ 92 ਚ ਬਣਿਆ ਸੀ। 92 ਜਾਣੀ ਕਿ 10 ਸਾਲ ਪਹਿਲਾਂ ਬਣਿਆ ਤੇ 10 ਸਾਲ ਬਾਅਦ ਇਹ ਪਾਸਪੋਰਟ ਐਕਸਪਾਇਰ ਹੋਣ ਵਾਲਾ ਹੋਣਾ। ਉਹਦਾ ਪਾਸਪੋਰਟ ਇਹਨੇ ਇੱਕ ਵਾਰ ਵਰਤਿਆ, ਜਪਾਨ ਗਿਆ, ਇਹ ਉੱਥੇ ਗਿਆ, ਫਿਰ ਰਿਪੋਰਟ ਹੋ ਗਿਆ, ਫਿਰ ਆ ਕੇ ਮੁੜ ਕੇ ਫਿਰ ਕੁਲਦੀਪ ਸਿੰਘ ਬਣ ਗਿਆ ਇਹ। ਫਿਰ ਦਾ ਪਾਸਪੋਰਟ ਫਿਰ ਦੁਆਰਾ ਕੁਲਦੀਪ ਨਾਂ ਤੇ ਬਣਾਇਆ? ਹਾਂਜੀ, ਤੀਜਾ ਪਾਸਪੋਰਟ ਜਿਹੜਾ ਹੁਣ ਜਿਹਦੇ ਅਸਲੀ ਨਾਂ ਇਹਦਾ, ਉਹ ਕੁਲਦੀਪ ਸਿੰਘ ਹੀ ਹੈ ਦੁਬਈ ਦੇ ਵਿੱਚ, ਉਹਦੀ ਕਾਪੀ ਮੈਂ ਤੁਹਾਨੂੰ ਭੇਜੀ ਹੈ। ਨਹੀਂ, ਹੁਣ ਸਹੀ ਪਾਸਪੋਰਟ ਤੇ ਆ? ਹਾਂ, ਸਹੀ ਪਾਸਪੋਰਟ ਤੇ। ਪਰ ਇੱਕ ਵਾਰ ਇਹਨੇ ਗੌਰਮੈਂਟ ਦਾ ਫਰੋਡ ਕੀਤਾ ਤੇ ਮੇਰਾ ਨਾਂ, ਜਿਹੜਾ ਤੁਹਾਡੇ ਨਾਂ ਤੇ ਪਾਸਪੋਰਟ ਬਣਾਇਆ, ਫੋਟੋ ਆਪਣੀ ਲਾਈ ਹੋਈ ਹੈ, ਉਹ ਕਾਪੀ ਹੈ ਕੋਈ ਤੁਹਾਡੇ ਕੋਲ? ਹਾਂ, ਤੁਹਾਨੂੰ ਭੇਜਤੀ ਜੀ ਮੈਂ ਚੰਡੀਗੜ੍ਹ ਦਫ਼ਤਰ ਕਢਾ ਕੇ, ਇੰਡੈਕਸ ਕਾਪੀ ਭੇਜੀ ਵੀ ਤੁਹਾਡੇ ਕੋਲ ਤੋਂ। ਅੱਛਾ, ਉਹ ਕਾਪੀ ਜਿਹੜੀ SSP ਦੇ ਆਫਿਸ ਨੂੰ ਭੇਜੀ ਹੈ? ਭੇਜੀ, ਹਾਂਜੀ, ਉਹ ਫਾਈਲ 'ਚ ਲੱਗੀ ਹੋਈ ਹੈ ਜੀ ਉੱਥੇ। ਤੇ ਪੁਲਿਸ ਨੇ ਐਕਸ਼ਨ ਲਿਆ ਨਹੀਂ ਹਾਲ ਤੇ ਕੋਈ? ਉਹ ਬਸ ਉਹੀ ਹੁਣ DA ਲੀਗਲ ਮੋਹਾਲੀ ਦੀ ਲੱਗਣੀ, ਕਿਹੜੀ ਧਾਰਾ ਲਾਉਣੀ ਇਹਦੇ ਉੱਤੇ, ਉੱਥੇ ਕੇਸ ਗਿਆ ਵਾ। ਓਕੇ, ਡਿਸਟ੍ਰਿਕਟ ਅਟਾਰਨੀ ਨਾਲ ਗੱਲ ਕਰ, ਮੈਂ ਡਿਸਟ੍ਰਿਕਟ ਅਟਾਰਨੀ ਨਾਲ ਗੱਲ ਕਰਾਂਗਾ, ਡੋਂਟ ਵਰੀ। ਸੋ ਡਿਸਟ੍ਰਿਕਟ ਅਟਾਰਨੀ ਨਾਲ ਗੱਲ ਕਰਕੇ ਅਸੀਂ ਤੁਹਾਡਾ ਕੇਸ ਜਿਹੜਾ ਪ੍ਰੋਸੀਡ ਕਰਾਂਗੇ। ਤਾਂ ਤੁਹਾਡੀ ਜਿਹੜੀ ਕੰਪਲੇਂਟ ਨੰਬਰ, ਫਾਈਲ ਨੰਬਰ ਕੀ ਹੈ? ਮੈਂ ਤੁਹਾਨੂੰ ਸਾਰਾ, ਮੈਂ ਨੰਬਰ ਸਭ ਲੱਭ ਕੇ ਦੇ ਦਾਂਗਾ ਜੀ, ਹੁਣ ਮੇਰੇ ਕੋਲ ਨਹੀਂ, ਮੈਂ ਦਵਾਂਗਾ ਤੁਹਾਨੂੰ। ਤੁਸੀਂ ਕਿਹੜੇ ਸਾਲ 'ਚ ਸ਼ਿਕਾਇਤ ਕੀਤੀ ਹੈ? SSP ਸਾਹਿਬ ਕੌਣ? ਤੁਸੀਂ SSP ਆਫਿਸ ਗਏ ਹੋ ਸਿੱਧਾ ਜਾਂ ਤੁਸੀਂ ਥਾਣੇ 'ਚ ਗਏ ਆ? ਮੈਂ ਇੱਥੋਂ ਹੀ ਰਿਪੋਰਟ ਕਰਤੀ ਸੀ, ਕੈਨੇਡਾ ਤੋਂ ਬੈਠੇ। ਕੈਨੇਡਾ ਬੈਠਣ ਨੂੰ ਤੁਸੀਂ NI ਡਿਪਾਰਟਮੈਂਟ ਨੂੰ ਕੀਤੀ ਆ? ਹਾਂ, ਫਿਰ ਮੈਂ ਜੀਰਕਪੁਰ ਜਾ ਕੇ ਹਾਜ਼ਰ ਵੀ ਹੁੰਦਾ ਰਿਹਾ ਜਦੋਂ ਬੁਲਾਉਂਦਾ ਸੀ ਮੈਨੂੰ ਜੀਰਕਪੁਰ DSP ਸਾਹਿਬ। ਤੁਸੀਂ ਜਿਹੜੀ ਐਪਲੀਕੇਸ਼ਨ ਭੇਜੀ ਸੀ, ਕੰਪਲੀਟ ਕੀਤੀ ਕਾਪੀ ਹੈ?
ਹੈਗੀ ਜੀ ਹੈਗੀ ਹਾਂਜੀ ਤੁਸੀਂ ਕਾਪੀ ਸਾਨੂੰ ਪ੍ਰੋਸੀਡ ਕਰੋਗੇ ਪਲੀਜ਼ ਬਿਲਕੁਲ ਭੇਜਾਂਗਾ ਜੀ ਹਾਂਜੀ ਠੀਕ ਹੈ ਹੁਣ ਤੁਸੀਂ ਕੀ ਚਾਹੁੰਦੇ ਮਦਦ ਸਾਡੀ ਮੈਂ ਤਾਂ ਚਾਹੁੰਦਾ ਜੀ ਇਹਦਾ ਨੰਬਰ ਕੰਮ ਕਰਦਾ ਆ ਹਾਂਜੀ ਇਹਦਾ ਕੰਮ ਕਰਦਾ ਟੈਲੀਫੋਨ ਨੰਬਰ ਹੈ ਇਹਦਾ ਹਾਂਜੀ ਤੁਹਾਨੂੰ ਸਾਰੇ ਨੰਬਰ ਇਹਦੀ ਈਮੇਲ ਦੋ ਟੈਲੀਫੋਨ ਦੁਬਈ ਦੇ ਭੇਜਤੇ ਇਹਦੀ ਘਰਵਾਲੀ ਦਾ ਨੰਬਰ ਵੀ ਭੇਜਤਾ ਨਹੀਂ ਇਹਦੀ ਘਰਵਾਲੀ ਨੂੰ ਇਨਵੋਲਵ ਨਹੀਂ ਕਰਾਂਗੇ ਕਿਉਂਕਿ ਚੋਰ ਤਾਂ ਇਹ ਆ ਹਾਂਜੀ ਹਾਂਜੀ ਠੱਗੀ ਇਹ ਮਾਰੀ ਆ ਇਹਨੇ ਮਤਲਬ ਕਾਨੂੰਨ ਦੇ ਮੁਤਾਬਕ ਇੱਕ ਤੁਹਾਡੇ ਠੱਗੀ ਮਾਰੀ ਹੈ ਦੂਜੀ ਜਿਹੜੀ ਗੌਰਮੈਂਟ ਦੇ ਅੱਖੀ ਘੱਟਾ ਪਾਇਆ ਕਿ ਗਲਤ ਪਾਸਵਰਡ ਆਇਆ ਉਹਦੀ ਧਾਰਾ ਕੀ ਨੇ ਉਹ ਡਿਸਟ੍ਰਿਕਟ ਔਰ ਨਹੀਂ ਦੱਸੇਗਾ ਐਨੀਵੇ ਸੋ ਇਸ ਵੇਲੇ ਇਹ ਦੁਬਈ ਦੇ ਵਿੱਚ ਹੈ ਤਾਂ ਇਹਨੂੰ ਪਤਾ ਕਿ ਇਹਦੀ ਸ਼ਿਕਾਇਤ ਕੀਤੀ ਤੁਸੀਂ ਪਤਾ ਜੀ ਪਤਾ ਇਹਨੂੰ ਪਰ ਹਾਜ਼ਰ ਨਹੀਂ ਹੁੰਦਾ ਕਦੇ ਵੀ ਉੱਥੇ ਡੋਂਟ ਵਰੀ ਕਿਉਂ ਹਾਜ਼ਰ ਤਰੇ ਹੋਊਗੇ ਜੇ ਜਾਊ ਤਾਂ ਹਾਂਜੀ ਹਾਂ ਆਉਂਦਾ ਮੁੜ ਜਾਂਦਾ ਇਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਹਾਜ਼ਰ ਨਹੀਂ ਜਾਣ ਕੇ ਨਹੀਂ ਹਾਜ਼ਰ ਹੋ ਡੋਂਟ ਵਰੀ ਹੁਣ ਨਹੀਂ ਜਾਣ ਦਿੰਦੇ ਹੁਣ ਜਦੋਂ ਜਾਊਗਾ ਤਾਂ ਏਅਰਪੋਰਟ 'ਤੇ ਰੈਸਟ ਹੋਊਗਾ ਆਈ ਪ੍ਰੋਮਿਸ ਯੂ ਹਾਂਜੀ ਹਾਂਜੀ ਇਹ ਕਿਸੇ ਵੀ ਏਅਰਪੋਰਟ 'ਤੇ ਪਹੁੰਚੂਗਾ ਇਹ ਹੱਥ ਕੜੀਆਂ ਲਾ ਕੇ ਜੇਲ੍ਹ ਜਾਊਗਾ ਬਿਲਕੁਲ ਜੀ ਜਾਣਾ ਚਾਹੀਦਾ ਤੁਸੀਂ ਇਹ ਚਾਹੁੰਦੇ ਹੋ ਨਾ ਹਾਂਜੀ ਹਾਂਜੀ ਵੀ ਇਹਨੂੰ ਸਜ਼ਾ ਮਿਲਣੀ ਵੀਰੇ ਨੌਂ ਦੀ ਸਜ਼ਾ ਮਿਲਣੀ ਚਾਹੀਦੀ ਸਜ਼ਾ ਜਿਹੜੀ ਇਹ ਜੱਜ ਸਾਹਿਬ ਦੇਣੀ ਹੈ ਪਰ ਅਰੈਸਟ ਜਿਹੜਾ ਕਰਾਉਣਾ ਹੈ ਉਹ ਇਹ ਅਰੈਸਟ ਹੋ ਜਾਊਗਾ ਨੋ ਪ੍ਰੋਬਲਮ ਬਿਲਕੁਲ ਜੀ ਠੀਕ ਹੈ ਜੀ ਹਾਂ ਜੱਜ ਸਾਹਿਬ ਦੀ ਜੱਜਮੈਂਟ ਕੀ ਹੈ ਜੱਜ ਸਾਹਿਬ ਨੇ ਕਰਨੀ ਹੈ ਬਟ ਇਹਨੂੰ ਹੱਥ ਕੜੀਆਂ ਲੱਗ ਕੇ ਇਹ ਜ਼ਰੂਰ ਪਹੁੰਚੂਗਾ ਥਾਣੇ ਉਸ ਤੋਂ ਬਾਅਦ ਇਹ ਜੇਲ੍ਹ ਜਾਊਗਾ ਪੁਲਿਸ ਰਿਮਾਂਡ ਵੀ ਲਊਗੀ ਇਹਦੇ ਡੋਂਟ ਵਰੀ ਹਾਂਜੀ ਸੋ ਇਹਦਾ ਨੰਬਰ ਕੋਈ ਹੈ ਚੱਲਦਾ ਤੁਹਾਨੂੰ ਪਤਾ ਹਾਂਜੀ ਨੰਬਰ ਦੇਤੇ ਮੈਂ ਦੋ ਨੰਬਰ ਭੇਜਤੇ ਦੁਬਈ ਦੇ ਤੀਜਾ ਦਫ਼ਤਰ ਦਾ ਵੀ ਭੇਜਤਾ ਨਹੀਂ ਮੈਨੂੰ ਉਹ ਨੰਬਰ ਦਿਓ ਜਿਹੜਾ ਨੰਬਰ ਇਹ ਚੁੱਕਦਾ ਪਿਕ ਕਰਦਾ ਹੈ ਕੁਛ ਸੰਦੇਸ਼ ਲੈ ਰਹੇ ਹਾਂ ਅੱਜ ਨਾਲ ਨਾਲ ਹੁਣ ਤੁਹਾਡਾ ਰੌਲਾ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਇਹ ਕੇਸ ਮੇਰਾ ਬੜਾ ਡਿਲੇ ਹੋਈ ਜਾਂਦਾ ਪੁਲਿਸ ਕੰਮ ਹੌਲੀ ਸਲੋ ਕਰਦੀ ਹੈ ਬਸ ਜੀ ਕੰਮ ਨਹੀਂ ਹੋ ਰਿਹਾ ਡੋਂਟ ਵਰੀ ਸਭ ਹੋਣਗੇ ਕੰਮ ਤੁਹਾਡੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜੀ NRI ਹੈਲਪਲਾਈਨ ਨੂੰ ਕੰਪਲੇਂਟ ਕੀਤੀ ਸੀਗੀ ਉਹਦੀ ਸਾਨੂੰ ਕਾਪੀ ਮਿਲਣੀ ਬਹੁਤ ਜ਼ਰੂਰੀ ਹੈ ਜ਼ਰੂਰ ਭੇਜਾਂਗਾ ਜੀ ਠੀਕ ਹੈ ਜੀ ਠੀਕ ਹੈ ਜੀ ਨੰਬਰ 1 ਨੰਬਰ 2 ਸਾਨੂੰ ਤੁਸੀਂ ਦੱਸੋ ਕਿ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਈ ਆਖਰੀ ਉਹਦੇ ਵਿੱਚ ਲੈਣ ਦੇਣ ਕੀ ਹੋਇਆ ਕਿੰਨੇ ਪੈਸੇ ਦੇਣ ਨੂੰ ਤਿਆਰ ਹੈ ਤੇ ਕਿੰਨੇ ਨਹੀਂ ਦੇਣ ਨੂੰ ਤਿਆਰ ਇਹ ਕੋਈ ਪੈਸੇ ਨਾ ਮੈਂ ਅਸਲ ਵਿੱਚ ਨਾ ਮੇਰੇ $2,00,000 ਮੇਰਾ ਉਹਨਾਂ ਦਾ ਰਹਿੰਦਾ ਸੀ ਇਨਵਾਈਸਾਂ ਦਾ ਪੈਸੇ ਦੇਣ ਜਿਹੜੀ ਕੰਪਨੀ ਦਾ ਮਾਲ ਖਰੀਦਦਾ ਸੀ ਨਾ ਉਹ ਗੱਲ ਛੱਡੋ ਮੇਰਾ ਸਵਾਲ ਹੈ ਜਵਾਬ ਛੱਡ ਦਿਓ ਹਾਂਜੀ ਇਹ ਹੁਣ ਤੁਹਾਨੂੰ ਕਿੰਨੇ ਪੈਸੇ ਤੁਸੀਂ ਮੰਗਦੇ ਹੋ ਤਾਂ ਇਹ ਕਿੰਨੇ ਦੇਣ ਨੂੰ ਤਿਆਰ ਆ ਇਹ ਤਾਂ ਕਹਿੰਦਾ ਮੈਂ ਕੋਈ ਪੈਸਾ ਦੇਣਾ ਹੀ ਨਹੀਂ ਬਿਲਕੁਲ ਹੀ ਨਹੀਂ ਦੇਣਾ ਕਹਿੰਦਾ ਜੀ ਤੇ ਤੁਹਾਡੇ ਬਣਦਾ ਹੈਗਾ ਕਿ ਆਲਮੋਸਟ ਕੋਈ $4,00,000 ਯਾਨੀ ਕਿ $5,00,000 ਹਾਂਜੀ ਇੰਨੀ ਦੀ ਮੇਰੀ ਕੰਪਨੀ ਵਰਤ ਸੀ ਜਿਹੜੀ ਇਹਨੇ ਫ੍ਰੀ ਆਪਣੇ ਨੌ ਕਰਾ ਲਈ ਅੱਧੀ ਦਿਨ ਪਹਿਲਾਂ ਹੀ ਕਰਾ ਲਈ ਮੇਰੇ ਨਾਲ ਇੱਥੇ ਸਾਈਨ ਕਰਾ ਕੇ ਅੱਧੀ ਜਦੋਂ ਮੈਂ ਪਾਵਰ ਅਟੋਰਨੀ ਭੇਜੀ ਵੀ ਤੁਸੀਂ ਚਲੋ ਮੇਰੇ ਕੋਈ ਸ਼ੇਅਰ ਵੇਚ ਦਿਓ ਤੇ ਮੇਰੇ ਜਿਹੜਾ $2,00,000 ਵਾਪਸ ਕਰ ਦਿਓ ਉਹ ਪਰ ਜਿਹੜਾ ਦੁਬਈ ਦਾ ਜਿਹੜਾ ਲਾਅ ਹੈ ਉਹ ਬਦਲ ਸਖਤ ਹੈ ਤੁਸੀਂ ਦੁਬਈ ਵਿੱਚ ਵਕੀਲ ਨਹੀਂ ਕੀਤਾ ਉੱਥੇ ਕਿਉਂਕਿ ਮੈਂ ਆਪਣੇ ਹੱਥ ਵਧਾ ਕੇ ਇਹਨੂੰ ਪਾਵਰ ਅਟੋਰਨੀ ਦੇ ਚੁੱਕਿਆ ਸੀ ਉੱਥੇ ਕੋਈ ਗੱਲ ਬਣਦੀ ਨਹੀਂ ਹੈਗੀ ਇਹਦਾ ਮਤਲਬ ਇਹ ਆ ਕਿ ਤੁਹਾਡੀ ਵੀ ਗਲਤੀ ਹੈ ਤੁਸੀਂ ਇਹਨੂੰ ਪਾਵਰ ਅਟੋਰਨੀ ਆਲਰੇਡੀ ਦੇ ਚੁੱਕੇ ਹੋ ਹਾਂਜੀ ਦੇਤੀ ਸੀ ਇੱਕ ਵਾਰ ਵੀ ਚਲੋ ਮੇਰੇ ਸ਼ੇਅਰ ਵੇਚ ਕੇ ਨਾ ਮੇਰਾ $2,00,000 ਵਾਪਸ ਕਰੂਗਾ ਯਾਨੀ ਕਿ ਤੁਸੀਂ ਇਹ ਤੁਹਾਨੂੰ ਪਤਾ ਸੀ ਤੁਹਾਨੂੰ ਵਿਸ਼ਵਾਸ ਸੀ ਕਿ ਮੇਰੇ ਮਾਮੇ ਦਾ ਮੁੰਡਾ ਆ ਮੇਰਾ ਹੇਰਾ ਫੇਰ ਨਹੀਂ ਕਰੂਗਾ ਤਾਂ ਤੁਸੀਂ ਲੀਗਲੀ ਤੌਰ ਤੇ ਤੁਸੀਂ ਹੁਣ ਕੁਛ ਕਰ ਨਹੀਂ ਸਕਦੇ ਦੁਬਈ ਵਿੱਚ ਰਹਿ ਕੇ ਦੁਬਈ ਕੁਛ ਨਹੀਂ ਕਰ ਸਕਦਾ ਹਾਂਜੀ ਸਰ ਸਰ ਹੁਣ ਤੁਸੀਂ ਇਹਨੂੰ ਫਸਾਉਣ ਦੀ ਗੱਲ ਤਰ ਕਰ ਰਹੇ ਹੋ ਕਿਉਂਕਿ ਇਹਨੇ ਪਾਸਪੋਰਟ ਗਲਤ ਬਣਾਇਆ ਸੀ ਸਾਡੇ ਕੋਲ ਸਿਰਫ ਇਹ ਇੱਕ ਲਗਾਮ ਦੇਣੀ ਹੈ ਲਗਾਮ ਖਿੱਚਣੀ ਹੈ ਤੇ ਇਹਨੂੰ ਇਹਦੇ ਗੱਲ ਵਿੱਚ ਫਾਹਾ ਪਾਉਣਾ ਤੇ ਸਿਰਫ ਇਹੀ ਹੈ ਤੁਹਾਡੇ ਕੋਲ ਕਿ ਇਹਨੇ ਪਾਸਪੋਰਟ ਗਲਤ ਬਣਾਇਆ ਨਥਿੰਗ ਐਲਸ ਹੋਰ ਤੁਹਾਡੇ ਕੋਲ ਕੋਈ ਐਸਾ ਪ੍ਰੂਫ ਨਹੀਂ ਹੈ ਹਾਂਜੀ ਹਾਂਜੀ ਦੁਬਈ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਉਦਾਂ ਕੰਪਨੀ ਮੈਂ ਪਾਵਰ ਅਟੋਰਨੀ ਦਿੱਤੀ ਨਾ ਵੀ ਤੂੰ ਮੇਰਾ ਆਹ ਕੰਮ ਕਰ ਸ਼ੇਅਰ ਵੇਚ ਮੇਰੇ ਤੇ ਮੇਰੇ ਪੈਸੇ ਦੇ ਪਰ ਤੁਸੀਂ ਪਾਵਰ ਅਟੋਰਨੀ ਦਿੱਤੀ ਕਿਉਂ ਮੈਂ ਹੈਰਾਨ ਹਾਂ ਤੁਹਾਡੇ ਤੋਂ ਜਦੋਂ ਮੇਰੇ $2,00,000 ਰਹਿੰਦਾ ਸੀ ਨਾ US ਦੇਣ ਨੂੰ ਇਨਵਾਈਸਾਂ ਦਾ ਮੈਂ ਕਿਹਾ ਤੁਸੀਂ ਜਾਣੋ ਤੁਸੀਂ ਮੇਰੇ ਇਨਵਾਈਸਾਂ ਦੇ ਪੈਸੇ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਮੈਂ ਤੁਸੀਂ ਮੇਰੇ ਸ਼ੇਅਰ ਵੇਚ ਦਿਓ ਕਿਸੇ ਨੂੰ
ਕਹਿੰਦੇ ਸਾਨੂੰ ਪਾਵਰ ਅਟੋਰਨੀ ਦੇ ਦੇ ਵੀ ਅਸੀਂ ਵੇਚ ਦਾਂਗੇ ਤੇਰੇ, ਬਾਕੀ ਤੇਰੇ ਪਏ ਰਹੋਗੇ 80% 20% ਵੇਚਾਂਗੇ। ਤੇ ਇਹਨੇ ਸਾਰੇ ਹੀ ਸ਼ੇਅਰ ਆਪਣੇ ਨਾਲ ਵਾਲੇ ਆਪਣੇ ਨਾਲ ਕੰਪਨੀ ਕਰਾ ਲਈ, ਜਿਹੜਾ ਮੇਰੇ ਨਵਾਇਸ਼ਾਂ ਦਾ ਪੈਸਾ ਸੀ ਉਹ ਇਹਨੇ ਮੈਨੂੰ। ਜਿਹੜੀ ਤੁਸੀਂ ਪਾਵਰ ਅਟਾਰਨੀ ਤਿਆਰ ਕੀਤੀ ਸੀ ਵਕੀਲ ਨੇ ਕੀਤੀ ਜਾਂ ਤੁਸੀਂ ਆਪਣੇ ਆਪ ਬਣਾ ਲਈ? ਇਹਨੇ ਇਹਨੇ ਉੱਥੋਂ ਬਣਾ ਕੇ ਭੇਜੀ ਸੀ, ਦੁਬਈ ਤੋਂ। ਦੁਬਈ ਤੋਂ ਬਣਾ ਕੇ ਭੇਜੀ ਹੈ, ਕਿਹੜੀ ਲੈਂਗੁਏਜ ਵਿੱਚ? ਇੰਗਲਿਸ਼ ਵਿੱਚ ਸੀ। ਇੱਥੇ ਫਿਰ ਮੈਂ ਜਿਹੜੀ ਯੂਏ ਦੀ ਕੌਂਸਲੇਟ ਹੈ ਉੱਥੋਂ ਉਹਨੂੰ ਐਂਡੋਰਸਮੈਂਟ ਕਰਾ ਕੇ, ਸਾਈਨ ਕਰਾ ਕੇ ਵਕੀਲ ਤੋਂ ਫਿਰ ਵਾਪਸ ਭੇਜੀ ਸੀ 2017 ਨਵੰਬਰ 'ਚ, ਐਂਡ 2017। ਤੁਸੀਂ ਦੁਬਈ ਦੀ ਅੰਬੈਸੀ ਉੱਥੇ ਗਏ ਸੀ? ਹਾਂਜੀ ਹਾਂਜੀ। ਅਤੇ ਪਾਸਪੋਰਟ ਜਿਹੜੀ ਹੈ ਤੁਸੀਂ ਕਿਹੜਾ ਵਰਤੋਂ 'ਚ ਲੈਂਦਾ, ਬ੍ਰਿਟਿਸ਼ ਜਾਂ ਫਿਰ ਕੈਨੇਡੀਅਨ? ਮੈਂ ਉਦੋਂ 17 ਵੀ ਤਾਂ ਬ੍ਰਿਟਿਸ਼ ਵਰਤਦਾ ਸੀ, ਮੈਂ ਹੁਣ 19 ਤੋਂ ਬਾਅਦ ਮੈਂ ਕੈਨੇਡੀਅਨ ਪਾਸਪੋਰਟ ਵਰਤਦਾ। ਨਹੀਂ ਵਰਤਣ ਦੀ ਗੱਲ ਨਹੀਂ ਹੈ, ਤੁਹਾਡੇ ਕੋਲ ਸਿਟੀਜ਼ਨ ਕਦੋਂ ਆਈ ਕੈਨੇਡਾ ਦੀ? 2019 'ਚ। ਪਹਿਲਾਂ ਜਦੋਂ ਪਾਵਰ ਅਟਾਰਨੀ ਬਣਾਈ ਉਦੋਂ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਨਹੀਂ ਸੀ? ਨਹੀਂ ਸੀ, ਬ੍ਰਿਟਿਸ਼ ਪਾਸਪੋਰਟ ਸੀ। ਹੁਣ ਦੇਖੋ ਕਾਨੂੰਨੀ ਤੌਰ 'ਤੇ ਵੇਖਿਆ ਜਾਵੇ ਕਿ ਅਸੀਂ ਵੀ ਕੁਛ ਨਹੀਂ ਕਰ ਸਕਦੇ ਕਿਉਂਕਿ ਦੁਬਈ ਦੇ ਵਿੱਚ ਵੀ ਰੂਲ ਸਖਤ ਨੇ, ਬਟ ਤੁਸੀਂ ਆਪਣੇ ਹੱਥ ਵੱਢ ਕੇ ਦੇ ਦਿੱਤੇ ਆ, ਤੁਹਾਡੀ ਬਹੁਤ ਵੱਡੀ ਮਿਸਟੇਕ ਹੈ। ਤੁਸੀਂ ਕਿਉਂ ਮਿਸਟੇਕ ਕੀਤੀ ਹੈ? ਤੁਸੀਂ ਇਹ ਸਭ ਕੁਛ ਜਿਹੜਾ ਤੁਹਾਡੇ ਘਰ ਦਾ ਡਿਸਪਿਊਟ ਸੀ, ਤੁਸੀਂ ਸਿਆਣੇ ਸੀਗੇ, ਤੁਸੀਂ ਪਰਿਵਾਰ ਦੇ ਮੈਂਬਰ ਬੈਠ ਕੇ ਗੱਲਬਾਤ ਕਰਦੇ, ਇੰਡੀਆ ਜਾਂਦੇ, ਇਹਨਾਂ ਦੀ ਵਾਈਫ ਬੱਚਿਆਂ ਨਾਲ ਗੱਲਬਾਤ ਕਰਦੇ, ਤਾਂ ਤੁਹਾਡਾ ਜਦੋਂ 2 ਲੱਖ ਨਹੀਂ 1 ਲੱਖ ਮਿਲ ਜਾਂਦਾ ਤੁਹਾਨੂੰ ਐਟਲੀਸਟ, ਇਹ ਤੁਸੀਂ ਆਪਸ ਵਿੱਚ ਹੀ ਇੰਨਾ ਲਿਜਾ ਰਿਹਾ, ਤਾਣਾ ਬਾਣਾ ਸਾਰਾ ਕੁਛ ਤੁਸੀਂ ਇਕੱਠਾ ਕਰ ਲਿਆ, ਇਹ ਤੁਹਾਡੀ ਮਿਸਟੇਕ ਹੈ। ਔਰ ਦੂਸਰਾ ਕਿ ਤੁਹਾਡੀ ਦੂਜੀ ਮਿਸਟੇਕ ਇਹ ਹੈ ਕਿ ਤੁਸੀਂ ਇਹ ਪ੍ਰੋਬਲਮ ਜਿਹੜੀ ਖੜੀ ਕੀਤੀ ਹੈ ਇਹ ਕਿਉਂ ਕੀਤੀ ਹੈ ਕਿ ਤੁਸੀਂ ਪਾਵਰ ਅਟਾਰਨੀ ਤੁਹਾਨੂੰ ਦੇਣੀ ਨਹੀਂ ਚਾਹੀਦੀ? ਹੁਣ ਤੁਸੀਂ ਪਾਵਰ ਅਟਾਰਨੀ ਦੇ ਚੁੱਕੇ ਹੋ, ਉਹ ਕਿਹੜਾ ਕੇਸ ਤੁਹਾਡਾ, ਉਹਦੇ ਵਿੱਚ ਵੀ ਕੈਨ ਹੈਲਪ ਯੂ ਐਟ ਆਲ, ਉਹਦੇ ਵਿੱਚ ਕੁਛ ਵੀ ਅਸੀਂ ਕਰ ਨਹੀਂ ਸਕਦੇ? ਹਾਂਜੀ, ਦੁਬਈ ਵਾਲੇ ਕੇਸ 'ਚ ਕੁਛ ਨਹੀਂ ਹੋ ਸਕਦਾ। ਹਾਂ ਅਸੀਂ ਹਾਂ ਆਹ ਤੁਹਾਡਾ ਇਹਦੇ ਵਿੱਚ ਮਦਦ ਕਰਾਂਗੇ, ਜਿਹੜਾ ਪਾਸਪੋਰਟ ਗਲਤ ਬਣਾਇਆ ਇਹਦੀ ਢੁਕਵੀਂ ਸਜ਼ਾ ਜਿਹੜੀ ਹੈ ਉਹ ਡਿਸਟ੍ਰਿਕਟ ਅਟਾਰਨੀ ਨਾਲ ਗੱਲ ਕਰਕੇ ਤਾਂ ਉਹ ਬਣਦੀ ਕਾਰਵਾਈ ਜਿਹੜੀ ਉਹ ਜ਼ਰੂਰ ਜਲਦੀ ਕਰਾਈ ਜਾਵੇਗੀ, ਨੋ ਐਂਡ ਇਸ਼ੂ। ਹੁਣ ਇਹਦਾ ਨੰਬਰ ਤੁਹਾਡੇ ਕੋਲ ਜਿਹੜਾ, ਅਗਰਪ੍ਰੀਤ ਜੀ ਇਹਨਾਂ ਦਾ ਨੰਬਰ ਕੋਈ ਹੈ ਜਿਹੜਾ ਕਿ ਚੱਲਦਾ, ਤੁਸੀਂ ਕੋਸ਼ਿਸ਼ ਕੀਤੀ ਗੱਲ ਕਰਨ ਦੀ? ਜੀ ਮੈਂ ਵੇਟ ਕਰ ਰਿਹਾ ਸੀਗਾ, ਹੁਣ ਹੀ ਕਰ ਲੈਂਦੇ ਜੀ ਆਪਾਂ। ਅਸੀਂ ਕੁਛ ਸੰਦੇਸ਼ ਲੈ ਰਹੇ ਹਾਂ, ਲਾਈਨ ਹੋਲਡ ਰੱਖੋ। ਅਸੀਂ ਤੁਹਾਡੇ ਮਾਮਾ, ਇਹਦਾ ਫਾਦਰ ਇੱਕੋ ਹੀ ਹੈ ਜਾਂ ਤੁਹਾਡੇ ਮਾਮੇ ਦਾ ਭਰਾ ਹੋਰ ਵੀ ਹੈ ਕੋਈ? ਮੇਰੇ ਮਾਮੇ 3 ਭਰਾ ਸੀ, ਉਹ ਸਭ ਦੀ ਡੈਥ ਹੋ ਗਈ ਜੀ, ਇਹਦੇ ਮਾਮੇ ਦੀ ਸਭ 3 ਮਾਮੇ। ਇਹਦਾ ਭਰਾ ਕੁਲਦੀਪ ਦਾ ਵੀ ਹੈ ਕੋਈ ਵੱਡਾ? ਉਹਦੇ ਘਰ ਕੋਈ ਨਹੀਂ, ਕੋਈ ਨਹੀਂ, ਦੀ ਘਰ ਵਾਲੀ ਉਹ ਬਸ ਉੱਥੇ ਹੁੰਦੀ ਹੈ, ਕੋਈ ਘਰ ਵਾਲੀ ਸਾਥ ਦਿੰਦੀ ਹੈ ਤੁਹਾਡਾ? ਨਹੀਂ ਉਹ ਵੀ ਮੇਰੇ ਖਿਲਾਫ ਹੀ, ਇਹਨੇ ਕਹਿੰਦੀ ਵੀ ਤੁਸੀਂ ਸਾਡੇ 'ਤੇ ਕੇਸ ਕਾਹਦੇ ਕਰਿਆ, ਉਹ ਵੀ ਖਿਲਾਫ ਹੈ। ਆਏ ਸੀ, ਹੁਣ ਅਸੀਂ ਹੁਣ ਗੱਲ ਨਹੀਂ ਕਰ ਸਕਦੇ ਕਿਉਂਕਿ ਉਹਦਾ ਵੀ ਕੋਈ ਰੌਲਾ ਨਹੀਂ ਹੈ, ਕਿਉਂਕਿ ਰੌਲਾ ਤਾਂ ਇਸ ਬੰਦੇ ਦਾ, ਪਾਸਪੋਰਟ ਇਹਨੇ ਬਣਾਇਆ, ਇਹਦੀ ਘਰ ਵਾਲੀ ਨੇ ਬਣਾਇਆ, ਇੱਕ ਬਹੁਤ ਵੱਡਾ ਫਰੋਡ ਹੈ ਜਿਹੜਾ ਕਿ ਉਹਨੇ ਉਹਦੀ ਕਾਪੀ ਜਿਹੜੀ ਹੈ, ਉਹਦੀ ਕਾਪੀ ਤੁਸੀਂ ਕਿੱਦਾਂ ਲਈ ਪਾਸਪੋਰਟ ਦੀ? ਤੁਸੀਂ ਅੱਛਾ ਕਢਾ ਲਈ ਇੱਥੋਂ ਚੰਡੀਗੜ੍ਹ ਤੋਂ? ਇਹਨੇ ਮੈਨੂੰ ਇਹਨੇ ਜਦੋਂ ਪਾਵਰ ਅਟਾਰਨੀ ਬਣਾਉਣੀ ਸੀ ਨਾ ਮੇਤੋਂ, ਉਦੋਂ ਮੈਨੂੰ ਇਹਨੇ ਗਲਤੀ ਨਾਲ ਭੇਜਤੀ ਸੀ, ਮੈਨੂੰ ਮੇਰੇ ਭਾਈ ਪਹਿਲਾਂ ਨਹੀਂ ਸੀ, ਇਹਨੇ ਭੇਜੀ ਸੀ। ਆਹ ਅੱਛਾ ਅੱਛਾ, ਉਸ ਵੇਲੇ ਇਹਨੇ ਪਾਵਰ ਅਟਾਰਨੀ ਭੇਜ ਦਿੱਤੀ ਸੁੱਚਾ ਸਿੰਘ ਦੇ? ਇਹਨੇ ਮੈਨੂੰ ਭੇਜਤੀ ਇਹ ਤਾਂ ਮੈਂ ਨਹੀਂ, ਜਿਹੜੀ ਸੁੱਚਾ ਸਿੰਘ ਦੇ ਪਾਸਪੋਰਟ ਵਾਲੀ ਇੰਡੈਕਸ ਕਾਪੀ ਹੈ ਉਹ ਮੈਂ ਮੋਹਾਲੀ ਚੰਡੀਗੜ੍ਹ ਆਫਿਸ ਤੋਂ RTI ਪਾ ਕੇ ਕਢਾਇਆ, ਮੈਂ ਆਪ ਕਢਾਈ ਹੈ 2020 'ਚ। ਓਕੇ, ਸੁੱਚਾ ਸਿੰਘ ਦੀ ਇੰਡੈਕਸ ਕਾਪੀ। ਤੁਸੀਂ ਕੋਈ ਵਕੀਲ ਵੀ ਕੀਤਾ ਇੰਡੀਆ 'ਚ ਜਾਂ ਨਹੀਂ? ਨਹੀਂ, ਮੈਂ ਪੁਲਿਸ ਦਾ ਕੇਸ ਹੈ ਉਹਦਾ, ਮੈਂ ਆਪੇ ਉੱਥੇ ਹਾਜ਼ਰ ਹੋ ਜਾਣਾ ਜਾ ਕੇ। ਹਾਂਜੀ, ਹੁਣ ਤੁਹਾਨੂੰ ਪੁਲਿਸ ਜਵਾਬ ਕੀ ਦੇ ਰਹੀ ਹੈ, ਇੰਨਾ ਲੰਬਾ ਟਾਈਮ ਹੋ ਗਿਆ, ਪੁਲਿਸ ਕਹਿੰਦੀ ਕੀ ਹੈ? ਉਹਨਾਂ DSP ਜੀਰਕਪੁਰ ਨੇ ਬਣਾਤੀ ਜੀ ਉਹ ਰਿਪੋਰਟ, ਸਿਰਫ DA ਲੀਗਲ ਦੀ ਕਿਹੜੀ ਧਾਰਾ ਲੱਗਣੀ ਉਹ SSP ਦਫ਼ਤਰ ਵੇਟ ਹੋ ਉੱਥੇ ਫਾਈਲ ਚੱਲਦੀ ਹੈ। DSP ਕੌਣ ਨੇ ਇਸ ਵੇਲੇ ਮੌਜੂਦਾ, ਕੌਣ ਸੀ ਉਸ ਵੇਲੇ?
ਉੱਥੇ ਹੁਣ ਵੀ ਉਹੀ ਹੈ, ਕੀ ਨਾਂ ਉਹਨਾਂ ਦਾ, ਬਾਜਵਾ ਬਰਾੜ, ਬਰਾੜ ਹੈ ਮੇਰੇ ਘਰ, ਬਰਾੜ ਦਾ ਬਾਜਵਾ, ਬਰਾੜ ਹੈ, ਬਰਾੜ ਸੀ ਉਦੋਂ ਜਦੋਂ ਮੈਂ ਉੱਥੇ ਪਿਛਲੇ ਸਾਲ ਗਿਆ ਸੀ ਨਵੰਬਰ ਚ, ਜਿਹੜਾ ਜਿਹੜਾ ਉਹਨਾਂ ਨੂੰ ਜਿਹੜਾ ਇਨਕਾਊਂਟਰ ਕਰਦਾ ਗੈਂਗਸਟਰਾਂ ਦਾ, ਉਹ ਬੰਦਾ ਉੱਥੇ, ਕੀ ਨਾਂ ਉਹਦਾ ਹੁਣ ਮੈਂ, ਨਹੀਂ ਤੁਸੀਂ NRI ਡਿਪਾਰਟਮੈਂਟ ਗਏ ਜਾਂ ਤੁਸੀਂ ਗਏ ਆ ਆਪਣੇ ਥਾਣੇ ਚ? ਇਹ SSP ਦਫ਼ਤਰ ਦੇ ਮੋਹਾਲੀ ਦੇ ਥਰੂ ਜੀਰਕਪੁਰ ਹੈ, ਕਿਉਂਕਿ ਉਹਦਾ ਐਡਰੈਸ ਜੀਰਕਪੁਰ ਸੀ, ਉਹਨਾਂ ਨੇ ਜੀਰਕਪੁਰ DSP ਨੂੰ ਭੇਜਤੀ ਸੀ, ਫਿਰ ਜੀਰਕਪੁਰ DSP ਨੂੰ ਭੇਜੀ ਆ, ਹਾਂਜੀ, ਉਸ ਵੇਲੇ ਬਰਾੜ ਸੀ ਪਿਛਲੇ ਸਾਲ, ਉਹਦਾ ਹੁਣ ਬਦਲ ਗਏ ਹੋਣਗੇ ਫਰਸ਼, ਲੱਗਦਾ ਉੱਥੇ ਹੋਏਗਾ ਜੀ ਵੀ ਹੈਗਾ ਹਾਲੀ ਵਜਾ, ਮੈਂ ਨੰਬਰ ਭੇਜ ਦਾਂਗਾ ਤੁਹਾਨੂੰ ਉਹਨਾਂ ਦਾ, ਉਹਨਾਂ ਦਾ ਨੰਬਰ ਭੇਜ ਦੂੰਗਾ ਮੇਰੇ ਪਾਸ ਹੈਗਾ। ਤੁਹਾਡੇ ਨਾਲ ਕਦੋਂ ਗੱਲਬਾਤ ਹੋਈ ਹੈ ਡਿਪਟੀ ਸਾਹਿਬ ਦੀ? ਮੈਂ ਜਦੋਂ ਮੈਂ ਅਕਤੂਬਰ ਚ ਇੰਡੀਆ ਗਿਆ ਸੀ ਉਦੋਂ ਮੈਂ ਉਹਦੇ ਦਫ਼ਤਰ, ਨਹੀਂ ਨਹੀਂ ਬਹੁਤ ਵੱਡੀ ਤਬਦੀਲੀਆਂ ਹੋਈਆਂ ਨੇ, ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਸਾਰੇ ਪੰਜਾਬ ਦੇ ਜਿੰਨੇ ਵੀ ਡਿਪਟੀ ਨੇ ਜਾਂ ਫਿਰ ਇੰਸਪੈਕਟਰ ਨੇ ਇਲੈਕਸ਼ਨ ਕਰਕੇ ਸਾਰੇ ਬਦਲੀਆਂ ਕੀਤੀਆਂ ਇਹਨਾਂ ਨੇ। ਹਾਂਜੀ ਹਾਂਜੀ, ਸੋ ਉੱਥੇ ਨਹੀਂ ਹੁਣ ਕਹਿ ਰਹੇ ਨੇ, ਮੇ ਬੀ ਫਾਈਂਡ ਆਊਟ, ਅਸੀਂ ਤੁਹਾਡੀ ਮਦਦ ਕਰਾਂਗੇ, ਹੋਰ ਕੁਝ ਕੋਸ਼ਿਸ਼ ਕਰਦੇ ਹਾਂ ਕਿ ਕੁਲਦੀਪ ਨਾਲ ਗੱਲਬਾਤ ਕਰਨੀ, ਕਿ ਉਹ ਕੀ ਕਹਿੰਦੇ ਨੇ, ਹੋਲਡ ਕਰੋ। ਹਾਂਜੀ ਹਾਂਜੀ, ਓਕੇ ਜੀ। ਜਾਣਦੇ ਹੋ ਕਿ ਉਹਨਾਂ ਦਾ ਲਾਸਟ ਨੇਮ ਆ, ਉਹਨਾਂ ਨੇ ਇੱਕ ਕੰਪਨੀ ਰਜਿਸਟਰ ਕੀਤੀ, ਉਹਨੂੰ ਲਿਮਿਟਡ ਬਣਾਇਆ, ਸ਼ੇਅਰਾਂ ਦਾ ਰੌਲਾ ਪਿਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਮਾਮੇ ਦਾ ਮੁੰਡਾ ਸਕਾ ਜਿਸ ਦਾ ਨਾਮ ਕੁਲਦੀਪ ਸਿੰਘ ਹੈ ਜੀ, ਅਤੇ ਕੁਲਦੀਪ ਸਿੰਘ ਨੂੰ ਬਸ ਅਸੀਂ ਡਾਇਲ ਕੀਤਾ, ਉਹਨਾਂ ਨੇ ਫੋਨ ਚੱਕਿਆ, ਉਹਨਾਂ ਨੇ ਵਧੀਆ ਗੱਲਬਾਤ ਕੀਤੀ ਸਾਡੇ ਨਾਲ, ਪਰ ਜਦੋਂ ਉਹਨਾਂ ਨੂੰ ਕਿਹਾ ਕਿ ਅਸੀਂ ਸੁੱਚਾ ਸਿੰਘ ਦੇ ਕੇਸ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਆ, ਤਾਂ ਉਹਨਾਂ ਨੇ ਫੋਨ ਕੱਟ ਦਿੱਤਾ, ਅਤੇ ਹੁਣ ਉਹ 900 ਫੋਨ ਲਾਇਆ ਸੀ ਅਤੇ ਬਾਅਦ 'ਚੋਂ ਚੱਕ ਨਹੀਂ ਰਹੇ। ਕੁਲਦੀਪ ਜੀ, ਤੁਹਾਡਾ ਫਰਜ਼ ਬਣਦਾ ਕਿ ਫੋਨ ਨੂੰ ਅਟੈਂਡ ਕਰੋ, ਤੁਸੀਂ ਗੱਲਬਾਤ ਕੀਤੀ, ਗੱਲਬਾਤ ਦੇ ਦੌਰਾਨ ਕੀ ਕਿਹਾ ਉਹਨਾਂ ਨੇ ਅਤੇ ਕਿ ਬੰਦ ਕਿਉਂ ਕਰ ਦਿੱਤਾ? ਪਤਾ ਨਹੀਂ ਜੀ, ਉਹਨਾਂ ਨੇ ਵਧੀਆ ਗੱਲਬਾਤ ਕੀਤੀ, ਉਹਨਾਂ ਨੇ ਮੈਨੂੰ ਪੁੱਛਿਆ ਕੌਣ ਹੋ, ਕਿੱਥੋਂ ਬੋਲਦੇ ਹੋ, ਕਾਹਦੇ ਬਾਰੇ ਗੱਲ ਕਰਨੀ, ਜਦੋਂ ਕਾਹਦੇ ਬਾਰੇ ਗੱਲ ਕਰਨੀ ਤੇ ਆਈ ਅਤੇ ਉਦੋਂ ਬਾਅਦ ਫਿਰ ਉਹ ਕੱਟ ਗਏ। ਕੁਲਦੀਪ ਜੀ, ਸਾਡੇ ਕੋਲ ਆਪਣੇ ਹੱਕ ਨੇ, ਹੁਣ ਅਸੀਂ ਆਪਣੇ ਹੱਕਾਂ ਦੀ ਵਰਤੋਂ ਕਰਾਂਗੇ, ਨਾਲ ਨਾਲ ਤੁਹਾਡੇ ਅਤੇ ਕੇਸ ਜਿਹੜਾ ਕੀਤਾ ਹੋਇਆ, ਕਿਉਂਕਿ ਤੁਸੀਂ ਗੌਰਮੈਂਟ ਇੰਡੀਆ ਦੇ ਨਾਲ ਫਰੋਡ ਕੀਤਾ ਹੈ, ਇੰਡੀਆ ਗਵਰਨਮੈਂਟ ਨਾਲ ਫਰੋਡ ਕੀਤਾ, ਇਹਦੇ ਚਾਰਜਿਸ ਡਿਸਟ੍ਰਿਕਟ ਅਟੋਰਨੀ ਦੇ ਨਾਲ ਮੈਂ ਗੱਲਬਾਤ ਕਰਕੇ ਕੱਲ੍ਹ ਨੂੰ ਸਾਂਝੇ ਕਰਾਂਗੇ ਕਿ ਕਾਰਨ ਕੀ ਹੈ ਕਿ ਇਹ ਇੰਨੀ ਸਮੇਂ ਦੀ ਕੰਪਲੇਂਟ ਹੈ, ਹਾਲੇ ਤੱਕ ਇਸ ਕੰਪਲੇਂਟ 'ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ। ਲੋੜ ਪੈਣ 'ਤੇ DGP ਤੱਕ ਵੀ ਮੈਂ ਅਪਰੋਚ ਕਰਾਂਗਾ ਤਾਂ ਕਿ ਬਣਨ ਦੀ ਕਾਰਵਾਈ ਤੁਹਾਡੇ 'ਤੇ ਕੀਤੀ ਜਾ ਸਕੇ। ਡਜ਼ਨਟ ਮੈਟਰ ਤੁਸੀਂ ਜੇ ਡਿਵੇ ਵਿੱਚ ਹੋ, ਜਦੋਂ ਕਦੇ ਵੀ ਤੁਸੀਂ ਆਏ ਤਾਂ ਤੁਸੀਂ ਉਸ ਵੇਲੇ ਅਰੈਸਟ ਹੋਵੋਗੇ, ਅਤੇ ਉਸ ਤੋਂ ਬਾਅਦ ਜੱਜ ਸਾਹਿਬ ਦੀ ਜੱਜਮੈਂਟ ਕੀ ਆਉਂਦੀ ਹੈ, ਕਿੰਨੇ ਸਮੇਂ ਲਈ ਤੁਹਾਨੂੰ ਜੇਲ੍ਹ ਭੇਜਦੇ ਆ, ਫਾਈਨ ਕਰਦੇ ਆ, ਇਹ ਜੱਜ ਸਾਹਿਬ ਨੇ ਤੁਹਾਨੂੰ ਸਜ਼ਾ ਸੁਣਾਉਣੀ ਆ। ਅਸੀਂ ਤਾਂ ਸਿਰਫ ਜਿਹੜੀ ਸਜ਼ਾ ਸੁਣਾਈ ਗਈ ਹੋਈ ਹੈ ਹੋਣੀ ਆ, ਉਹਦੀ ਅਸੀਂ ਖਬਰ ਨੂੰ ਟੈਲੀਕਾਸਟ ਕਰਨਾ ਆ। ਤੁਸੀਂ ਜਾਣਦੇ ਹੋ ਕਿ ਅਸੀਂ ਖਬਰ ਨੂੰ ਟੈਲੀਕਾਸਟ ਕਰਨਾ ਸਾਡਾ ਮਕਸਦ ਹੈ, ਔਰ ਜਿਹੜੇ ਲੋਕ ਫਰੋਡ ਕਰਦੇ ਨੇ, ਚਾਹੇ ਉਹ ਕੋਈ ਆਮ ਵਿਅਕਤੀ ਹੈ, ਚਾਹੇ ਕੋਈ ਵਿਅਕਤੀ ਪੋਲੀਟੀਕਲ ਫੀਲਡ ਦਾ ਹੈ ਜਾਂ ਕਿਸੇ ਫੀਲਡ ਵਿੱਚ ਹੈ, ਸੋ ਸਾਡਾ ਜੋ ਫਰਜ਼ ਬਣਦਾ ਲੋਕਾਂ ਤੱਕ ਖਬਰ ਤੱਕ ਹੀ ਅਸੀਂ ਸੀਮਤ ਹੁੰਦੇ ਹਾਂ। ਸੋ ਕੁਲਦੀਪ ਜੀ, ਜਿਸ ਗੱਲਬਾਤ ਕੀਤੀ ਆ ਗੁਰਪ੍ਰੀਤ ਜੀ ਨਾਲ, ਤੁਸੀਂ ਉਸ ਤੋਂ ਬਾਅਦ ਹੈਂਗ ਅਪ ਫੋਨ ਕੀਤਾ, ਇਜ਼ ਨੋਟ ਐਕਸੈਪਟੇਬਲ, ਇਹ ਠੀਕ ਨਹੀਂ ਹੈ। ਤੁਸੀਂ ਇੱਕ ਪਾਸੇ ਖੁਦ ਆਪ ਅਸੀਂ ਕਹਿ ਸਕਦੇ ਹਾਂ ਕਿ ਚੋਰ ਹੋ, ਅਤੇ ਦੂਜੇ ਪਾਸੇ ਤੁਸੀਂ ਮਿਸਬਿਹੇਵ ਕਰਦੇ ਹੋ, ਔਰ ਉਸ ਤੋਂ ਬਾਅਦ ਫੋਨ ਕੀ ਕਹਿ ਕੱਟਿਆ ਕਿ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਗੱਲ ਨਹੀਂ ਕਰਨੀ? ਨਹੀਂ, ਫੋਨ ਕੱਟ ਹੀ ਦਿੱਤਾ ਜੀ ਜਦੋਂ ਮੈਂ ਕਿਹਾ ਸੁੱਚਾ ਸਿੰਘ ਦੇ ਕੇਸ ਬਾਰੇ ਗੱਲ ਕਰਨੀ ਹੈ ਤਾਂ ਕੱਟ ਤਾ। ਕਿੰਨਾ ਸਮਾਂ ਗੱਲ ਕੀਤੀ ਤੁਹਾਡੇ ਨਾਲ ਉਹਨਾਂ ਨੇ, ਇਹ ਪੁੱਛਿਆ ਕਿੱਥੋਂ ਬੋਲ ਰਹੇ ਹੋ? 40-45 ਸਕਿੰਟ ਗੱਲ ਹੋਈ ਹੈ। ਹਾਂਜੀ, ਪੁੱਛਿਆ ਉਹਨਾਂ ਨੇ ਬਕਾਇਦਾ, ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਕਿ ਕੌਣ ਆ, ਕਿੱਥੋਂ ਬੋਲਦੇ ਹੈ ਜੀ। ਤੇ ਜਦੋਂ ਪੁੱਛਿਆ ਕਿ ਤੁਸੀਂ ਕਿਉਂ ਗੱਲ ਕੀਤੀ, ਕਿਉਂ ਕੀਤਾ ਫੋਨ? ਹਾਂਜੀ, ਉਹ ਪੁੱਛਦੇ ਸੀ ਕਿ ਕਾਹਦੇ ਬਾਰੇ ਗੱਲ ਕਰਨੀ, ਡਿਟੇਲ ਦੱਸੋ ਕਿ ਤੁਹਾਡੀ ਕਨਵਰਸੇਸ਼ਨ ਕੀ ਤੇ ਉਹਦਾ ਜਵਾਬ ਕੀ ਸੀ। ਹਾਂਜੀ, ਉਹਨਾਂ ਨੂੰ ਮੈਂ ਦੱਸਿਆ ਕਿ ਅਸੀਂ ਗਾਉਂਦਾ ਪੰਜਾਬ ਤੋਂ ਬੋਲਦੇ ਹਾਂ, ਜੋਗਿੰਦਰ ਬਾਜ ਸਾਹਿਬ ਦੇ ਆਫਿਸ ਤੋਂ, ਰੇਡੀਓ TV ਤੋਂ, ਅਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨਾ ਚਾਹੁੰਦੇ ਨੇ ਜੋਗਿੰਦਰ ਬਾਜੀ ਸਾਹਿਬ। ਉਹ ਕਹਿੰਦੇ ਕਾਹਦੇ ਬਾਰੇ ਗੱਲ ਕਰਨੀ, ਮੈਂ ਕਿਹਾ ਜੀ ਸੁੱਚਾ ਸਿੰਘ ਦੇ ਕੇਸ ਬਾਰੇ ਗੱਲ ਕਰਨੀ, ਤਾਂ ਫੋਨ ਕੱਟਤਾ ਉਹਨਾਂ ਨੇ।
ਫਿਰ ਚੱਕਿਆ ਨਹੀਂ। ਤੁਸੀਂ ਦੇਖ ਲਓ ਕਿ ਹੁਣ ਅਸੀਂ ਕਰ ਕੀ ਸਕਦੇ ਹਾਂ। ਸੁੱਚਾ ਸਿੰਘ ਜੀ ਉਹਨਾਂ ਨੇ ਸਾਨੂੰ ਵੀ ਦੇਖਿਆ ਜਾਵੇ ਕਿ ਜਵਾਬ ਦਿੱਤਾ, ਔਰ ਇਹ ਜਿਹੜਾ ਜਵਾਬ ਹੈ ਇਹ ਹੁਣ ਕਾਨੂੰਨ ਦੇ ਮੁਤਾਬਕ ਬਣਦੀ ਜਿਹੜੀ ਹੈ ਕਾਰਵਾਈ ਕਰਨ ਦੇ ਵਿੱਚ ਅਸੀਂ ਤੁਹਾਡੀ ਪਹਿਲਾਂ ਮਦਦ ਕਰਨੀ ਸੀ, ਹੁਣ ਵੀ ਕਰਾਂਗੇ ਅਤੇ ਜ਼ਰੂਰ ਅਸੀਂ ਕਰਦੇ ਹਾਂ ਅਤੇ ਕਰਦੇ ਰਹਿੰਦੇ ਹਾਂ। ਪਿਛਲੇ ਸ਼ਨੀਵਾਰ ਨੂੰ ਵੀ ਇੱਕ ਅਸੀਂ ਸ਼ੋਅ ਲੈ ਕੇ ਆਏ ਸੀ, ਉਹ ਵੀ ਬਿਨੀਪੈਗ ਦਾ ਸੀਗਾ, ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜੀ ਇੱਕ ਵਿਧਵਾ ਔਰਤ ਤੋਂ 4 ਲੱਖ ਰੁਪਈਏ ਲੈ ਕੇ ਆ ਗਿਆ। ਉਹਨੇ ਬਿਆਨਾ ਲੈ ਲਿਆ ਜਦਕਿ ਜ਼ਮੀਨ ਹੈ ਹੀ ਨਹੀਂ ਸੀ, ਜ਼ਮੀਨ ਤੋਂ ਬਗੈਰ ਹੀ ਬਿਆਨਾ ਜਿਹੜਾ ਕਰਾ ਲਿਆ, ਤਾਂ ਉਹਨਾਂ ਨੇ ਹੇਰਾਫੇਰੀ ਕੀਤੀ ਹੈ। ਉਹ ਹੇਰਾਫੇਰੀ ਇੱਕ ਤੋਂ ਵੱਧ ਲੋਕਾਂ ਨੇ ਕੀਤੀ ਹੈ, ਤਾਂ ਉਹ ਅਸੀਂ ਕੇਸ ਜਿਹੜਾ ਹੈ ਉਹ ਪੁਲਿਸ ਤੱਕ ਆਲਰੇਡੀ ਦੇ ਚੁੱਕੇ ਹਾਂ, ਅਤੇ ਮੈਂ ਕਿ ਜਦੋਂ ਵੀ ਉਹ ਜਾਣਗੇ ਬਣਦੀ ਕਾਰਵਾਈ ਜਿਹੜੀ ਹੈ ਪੁਲਿਸ ਕਰੇਗੀ, ਤਾਂ ਇਹ ਰਿਪੋਰਟ ਤੋਂ ਉਹ ਵੀ ਅਰੈਸਟ ਹੋਣਗੇ। ਇਹ ਲੋਕਾਂ ਨੇ ਸਮਝਿਆ ਕਿ ਇੱਕ ਮਜ਼ਾਕ ਹੈ, ਔਰ ਤੁਸੀਂ ਪਾਸਪੋਰਟ ਜਿਹੜਾ ਹੈ ਕਿਸੇ ਦੂਜੇ ਨਾਂ 'ਤੇ ਬਣਾ ਕੇ ਹਵਾਈ ਉਡਾਣ ਲੈ ਲੈਂਦੇ ਹੋ, ਤੁਸੀਂ ਅੱਖੀ ਘੱਟਾ ਪਾ ਕੇ ਕਈ ਵਾਰ ਨੇਪਾਲ ਰਾਹੀਂ ਚੱਲ ਜਾਂਦੇ ਹੋ, ਪਰ ਕੋਈ ਨਾ ਕੋਈ ਦਿਨ ਹੁੰਦਾ ਜਦੋਂ ਤੁਸੀਂ ਫਿਰ ਫੜ ਹੋ ਜਾਂਦੇ ਹੋ, ਔਰ ਸਜ਼ਾ ਜਿਹੜੀ ਹੈ ਔਰ ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਹੁਣ ਸੁੱਚਾ ਸਿੰਘ ਜੀ ਅਸੀਂ ਕੀ ਕਰੀਏ, ਤੁਹਾਡਾ ਲਗਭਗ 4 ਕਰੋੜ ਦੇ ਨਾਲ ਠੱਗੀ ਮਾਰਨ ਵਾਲਾ ਸਕਾ ਮਾਮੇ ਦਾ ਪੁੱਤ ਹੈ, ਅਤੇ ਤੁਹਾਡੇ ਜਿਹੜੇ ਦੂਜੇ ਮਾਮੇ ਦੇ ਪਰਿਵਾਰ ਨੇ ਉਹਨਾਂ ਨੂੰ ਪਤਾ ਇਸ ਚੀਜ਼ ਦਾ? ਸੁੱਚਾ ਸਿੰਘ ਲਾਈਨ 'ਤੇ ਹੋ? ਹਾਂਜੀ ਮੈਂ ਲਾਈਨ 'ਤੇ ਹੀ ਹਾਂ ਜੀ। ਤੁਹਾਡੇ ਜਿਹੜੇ ਦੂਜੇ ਨਾਨਕਾ ਪਰਿਵਾਰ ਹੈ ਉਹਨਾਂ ਨੂੰ ਪਤਾ ਆ? ਉਹ ਵਿਚਾਰੇ ਸਾਰੇ ਅਲੱਗ ਅਲੱਗ ਨੇ, ਕੋਈ ਕਿਸੇ ਨੂੰ ਉਹ ਇਹਨੂੰ ਇਹ ਗੱਲੇ ਕਿਸੇ ਨਾਲ ਗੱਲ ਨਹੀਂ ਕਰਦਾ, ਅਤੇ ਇਹਦਾ ਇੱਕ ਛੋਟਾ ਭਾਈ ਹੈ ਕੁਲਦੀਪ ਸਿੰਘ ਦਾ, ਉਹ ਹਾਂਗਕਾਂਗ ਦੇ ਵਿੱਚ ਮੇਰੇ ਬੇਟੇ ਕੋਲ ਕੰਮ ਕਰਦਾ ਹੈ, ਉੱਥੇ ਹੀ ਉਹਨੇ ਵਰਕ ਵਿਜ਼ਿਟ 'ਤੇ ਬੁਲਾਇਆ ਵਾ, ਟੈਕਨੀਕਲ ਬੰਦਾ ਜੀ ਉਹ, ਅਤੇ ਇਹ ਆਪ ਡਬਈ ਹੈ ਅਤੇ ਇਹਦੇ ਬੇਟੇ ਦੋਵੇਂ ਇੰਡੀਆ ਵਿੱਚ ਹੈ ਜੀ ਬਸ, ਹੋਰ ਕੋਈ। ਮੈਂ ਆਪਣੀ ਭੈਣ ਇੰਡੀਆ ਕਦੋਂ ਲਾਸਟ ਇੰਡੀਆ ਕਦੋਂ ਗਿਆ ਇਹ? ਇਹ ਮੈਨੂੰ ਕੁਛ ਪਤਾ ਨਹੀਂ ਜੀ, ਇਹ ਆਉਂਦਾ ਤਾਂ ਹਰ ਦਿਵਾਲੀ ਨੂੰ ਆਉਂਦਾ, ਪਰ ਆਉਂਦਾ ਚਲੇ ਜਾਂਦਾ। ਜੀਰਖਪੁਰ ਜਿੱਥੇ ਪੁਲਿਸ ਸਟੇਸ਼ਨ ਰਿਪੋਰਟ ਗਈ ਜੀ, ਕਦੇ ਹਾਜ਼ਰ ਨਹੀਂ ਹੋਇਆ ਉੱਥੇ ਕਦੇ ਵੀ, ਇਹਦੀ ਵਾਈਫਾਈ ਕਰਦੀ ਸੀ। ਉਹ ਤਾਂ ਹੁਣ ਤੁਹਾਡਾ ਕੇਸ ਜਿਹੜਾ ਹੈ ਹਾਲ ਤੱਕ ਰਜਿਸਟਰ ਨਹੀਂ ਹੋਇਆ ਨਾ, ਤੁਸੀਂ ਪੁਲਿਸ ਨੂੰ ਕੰਪਲੇਂਟ 2 ਸਾਲ ਹੋ ਗਏ ਦਿੱਤੀ ਨੂੰ? ਹਾਂਜੀ ਹਾਂਜੀ ਹੋ ਰਿਹਾ ਜੀ, ਹੁਣ ਕੰਮ ਹੋ ਰਿਹਾ ਜੀ, ਹੁਣ ਬਸ ਲੀਗਲੀ ਏਡ ਦੇ ਬਾਅਦ ਹੋ ਜਾਏਗਾ, ਲੀਗਲ ਡੀਏ ਤੋਂ ਬਾਅਦ ਫਿਰ ਹੋਏਗਾ ਜੀ, ਲੀਗਲ ਜਿਹੜਾ ਉਹ ਤਾਰਾ ਦੱਸਣਗੇ ਕਿਹੜੀ ਲੱਗਣੀ, ਉਹ ਕੰਮ ਸਲੋ ਕਰਦੇ ਜੀ, ਫੈਲ ਚੱਲਦੀ ਹੋਣੀ ਉੱਥੇ ਬੈਠੀ ਹੈ ਜੀ। ਪਰ ਇੰਨਾ ਸਮਾਂ 2022 ਦੇ ਵਿੱਚ ਤੁਸੀਂ ਕੰਪਲੇਂਟ ਭੇਜੀ ਹੈ, ਤਾਂ ਕੰਪਲੇਂਟ ਦੀ ਕਾਪੀ ਤੁਹਾਡੇ ਕੋਲ ਹੈ, ਸਾਡੇ ਕੋਲ ਆਈ ਹੈ ਆਪਣੇ ਗੁਰਪ੍ਰੀਤ ਜੀ, ਤੁਹਾਨੂੰ ਕੰਪਲੇਂਟ ਦੀ ਕਾਪੀ ਭੇਜੀ ਇਹਨਾਂ ਨੇ? ਕਈ ਪੇਪਰ ਭੇਜੇ ਜੀ ਇਹਨਾਂ ਨੇ ਕਾਫੀ ਸਾਰੇ, ਪਰ ਉਹਨਾਂ ਵਿੱਚ ਤੁਸੀਂ ਭੇਜੀ ਹੈ ਜਿਹੜੀ ਅਜੇ ਭੇਜੀ ਨਹੀਂ ਜੀ, ਉਹ ਹੋਰ ਪਾਸੇ ਪਈ ਹੈ, ਮੈਂ ਲੱਭ ਕੇ ਨਾ ਫਿਰ ਮੈਂ ਤੁਹਾਨੂੰ ਈਮੇਲ ਕਰ ਦਾਂਗਾ ਜੀ। ਸਾਨੂੰ ਉਹ ਡਾਕੂਮੈਂਟ ਦਿਓ ਜਿਸ ਦੀ ਸਾਨੂੰ ਜ਼ਰੂਰਤ ਹੈ। ਬਿਲਕੁਲ ਦਊਂਗਾ ਜੀ, ਸਾਨੂੰ ਇਨੀਸ਼ਲੀ ਜ਼ਰੂਰਤ ਇਸ ਚੀਜ਼ ਦੀ ਆ ਕਿ ਜਿਹੜੀ ਤੁਸੀਂ ਕੰਪਲੇਂਟ ਕੀਤੀ ਹੈ ਕਿਹੜੇ ਸਾਲ ਵਿੱਚ ਕੀਤੀ ਆ, ਤਾਂ ਉਸ ਤੋਂ ਬਾਅਦ ਅਸੀਂ ਪੁਲਿਸ ਨੇ ਤੁਹਾਨੂੰ ਕੀ ਦੱਸਿਆ ਕਿ ਉਹਨਾਂ ਨੇ ਐਫ ਆਰ ਆਈ ਜਿਹੜੀ ਆ ਉਹ ਕੱਟ ਦਿੱਤੀ ਆ? ਨਹੀਂ, ਉਹ ਐਫ ਆਰ ਆਈ ਵਾਸਤੇ ਤਿਆਰੀ ਹੈ ਜੀ, ਹੁਣ ਉਹਨਾਂ ਦੀ ਡੀਏ ਲੀਗਲ ਦੀ ਸਲਾਹ ਲੈਣੀ ਹੈ ਉਹਨਾਂ ਨੇ। ਨਹੀਂ ਪਰ 2 ਸਾਲ ਹੈ, ਰੀਜਨ ਕੀ ਹੈ ਪਿੱਛੇ? ਬਸ ਕੰਮ ਤਾਂ ਹੁੰਦਾ ਹੀ ਨਹੀਂ ਜੀ, ਕੰਮ ਮੈਂ ਇਸ ਵਰੇ ਨੂੰ ਆ ਜਾਂਦਾ ਸੀ, ਜਾ ਕੇ ਫਿਰ ਚੱਲ ਪੈਂਦਾ ਸੀ, ਮੈਂ ਚਲੇ ਜਾਂਦਾ ਸੀ, ਐਂਡ ਆਫ ਦਾ ਈਅਰ ਫਿਰ ਮਾੜਾ ਮੋਟਾ ਤੁਰ ਪੈਂਦਾ ਸੀ ਅੱਗੇ, ਹੁਣ ਅੱਗੇ ਥੋੜ੍ਹੀ ਤੁਰੀ ਹੈ ਬਸ, ਹੁਣ ਮੋਹਾਲੀ ਐਸ ਐਸ ਪੀ ਆਫ ਦੀ ਦਫ਼ਤਰ 'ਚ ਪਈ ਹੈ। ਨਹੀਂ ਹੁਣ ਕਿ ਦਫ਼ਤਰ ਹੈ, ਡਿਪਟੀ ਸਾਹਿਬ ਦਫ਼ਤਰ ਹੈ ਜਾਂ ਐਸ ਐਸ ਪੀ ਦਫ਼ਤਰ ਹੈ? ਐਸ ਐਸ ਪੀ ਮੋਹਾਲੀ। ਐਸ ਐਸ ਪੀ ਮੋਹਾਲੀ ਜਿਹੜੇ ਐਨ ਆਰ ਆਈ ਦੇ ਨੇ ਉਹਨਾਂ ਦੇ ਦਫ਼ਤਰ 'ਚ? ਐਸ ਐਸ ਪੀ ਜਿਹੜਾ ਨੋਰਮਲ ਐਸ ਐਸ ਪੀ ਦਫ਼ਤਰ ਹੈ ਜੀ ਮੋਹਾਲੀ, ਉੱਥੇ ਹੈ। ਓਕੇ, ਕਚਹਿਰੀ ਹਾਂਜੀ। ਮੈਂ ਪਿੱਛੇ ਆਪਣੀ ਭੈਣ ਨੂੰ ਆਸਟ੍ਰੇਲੀਆ ਤੋਂ ਵੀ ਵਿੱਚ ਇਨਵੋਲਵ ਕੀਤਾ ਸੀ ਵੀ ਤੁਸੀਂ ਮੇਰਾ ਫੈਸਲਾ ਕਰਾ ਦਿਓ ਵੀ ਇਹ ਨਹੀਂ ਤਾਂ ਮੈਂ ਵੀ ਇਸ ਤਰ੍ਹਾਂ ਕੇਸ ਹੋ ਜੂਗਾ। ਉਹ ਇਹ ਉਹਦਾ ਮੇਰੀ ਭੈਣ ਦਾ ਫੋਨ ਵੀ, ਮੈਂ ਨਹੀਂ ਕਿਹਾ ਚੱਲ ਤੂੰ ਗੁਰਦੁਆਰਾ ਤੂੰ ਅੰਮ੍ਰਿਤਸਰ ਜਾ ਕੇ ਨਾ ਆਪਣੇ ਬੱਚੇ ਲੈ ਕੇ ਸਹੁੰ ਚੱਕ ਲੈ, ਤਾਂ ਵੀ ਮੈਂ ਤੈਨੂੰ ਛੱਡ ਦੂੰਗਾ, ਚੱਲ ਉਹਦੇ ਵੀ ਕਿਸੇ ਪਾਸੇ ਆਉਂਦਾ ਹੀ ਨਹੀਂ ਕੁਲਦੀਪ ਸਿੰਘ। ਇਹਦੇ ਬੱਚੇ ਕਿੰਨੇ ਨੇ? 2 ਮੁੰਡੇ ਆ ਜੀ ਇਹਦੇ। ਕਿੰਨੀ ਉਮਰ ਦੇ ਨੇ? ਉਹ
22-23-24-25 ਸਾਲ ਦੇ ਇੰਨੇ ਹੋਣਗੇ। ਉਹ ਬੱਚੇ ਇੰਡੀਆ ਵਿੱਚ ਪੜ੍ਹਦੇ ਨੇ? ਹਾਂਜੀ ਇੰਡੀਆ ਹੀ। ਹਾਂਜੀ। ਤੇ ਇਹ ਵਾਈਫ ਕੀ ਕੰਮ ਕਰਦੀ ਆ? ਬਸ ਘਰੇ ਹੈ ਜੀ, ਉਦਾਂ ਲੱਗਦਾ ਉਹਨੂੰ। ਉਹਨੂੰ ਪਤਾ ਸਭ ਕੁਛ ਦਾ ਇਸ ਕੰਮ ਬਾਰੇ? ਪਤਾ ਜੀ, ਪਤਾ ਪਤਾ ਜੀ। ਹਾਂਜੀ। ਉਹ ਵੀ ਹਾਮੀ ਭਰਦੀ ਆ ਨਾਲੇ ਜੀ? ਉਹ ਇਹ ਰਿਕਾਸਟ ਕੀ ਆ? ਇਹ ਉਹੀ ਆਪਣੇ ਜੱਟ ਸਿੱਖ ਹੈ ਜੀ। ਇਹ ਜੱਟ ਸਿੱਖ ਹੈ? ਹਾਂਜੀ। ਪਰ ਇਹ ਸ਼ਰਮ ਨਹੀਂ ਮਹਿਸੂਸ ਕਰਿਆ ਕਿ ਮੈਂ ਆਪਣੇ ਸਾਡੇ ਰਿਸ਼ਤਾ ਮਾਮੇ ਭੂਆ ਦੇ ਮੁੰਡੇ ਦਾ ਆਇਆ ਅਤੇ ਮੈਂ ਹੇਰਾਫੇਰੀ ਕਰ ਰਿਹਾ ਔਰ ਤੁਸੀਂ ਉਹ ਤੋਂ ਵੱਡੇ ਹੋ, ਤੁਸੀਂ ਇਹਨੂੰ ਮੰਗਾਇਆ, ਇਹਨੂੰ ਰੋਟੀ ਪਾਇਆ, ਉਸ ਤੋਂ ਬਾਅਦ ਅਸੈਪਟ ਕੀਤਾ ਔਰ ਤੁਸੀਂ ਟਰੱਸਟ ਕਰਕੇ ਇਹਨੂੰ ਪਾਵਰ ਅਟਾਰਨੀ 'ਤੇ ਸਾਈਨ ਕਰ ਦਿੱਤੇ? ਹਾਂਜੀ। ਇਹਨੇ ਫਿਰ ਸਾਰੀ ਕੰਪਨੀ ਨੋਨ ਵਾਲੀ ਅਤੇ ਮੇਰਾ ਹਿਸਾਬ ਵੀ ਕਰਨਾ ਹੁੰਦਾ ਤਾਂ ਵੀ ਮੈਂ ਚਲੋ ਵੀ ਥੋੜ੍ਹੇ ਬਹੁਤੇ ਪੈਸੇ ਦੇ ਦਿੰਦਾ, ਮੈਂ ਤਾਂ ਵੀ ਕੰਪਨੀ ਵੀ ਦੇ ਦਿੰਦਾ। ਪਰ ਇਹਨੇ ਠੱਗੀ ਕੀਤੀ ਹੈ, ਮਤਲਬ ਮੇਰੇ ਡਿਸਓਨੈਸਟੀ ਕੀਤੀ ਹੈ। ਅਸੀਂ 5 ਮਿੰਟ ਵਾਸਤੇ ਪਬਲਿਕ ਅਪੀਲ ਲੈਣੀ ਚਾਹਾਂਗੇ, ਪਬਲਿਕ ਤੋਂ ਪੁੱਛਣਾ ਚਾਹਾਂਗੇ ਕਿ ਕਸੂਰ ਇਹਦੇ ਵਿੱਚ ਤੁਹਾਡਾ, ਇਹ ਬਹੁਤ ਵੱਡਾ ਹੈ, ਤੁਸੀਂ ਪਾਵਰ ਆਫ ਅਟਾਰਨੀ ਦਿੱਤੀ ਕਿਉਂ ਇਹਨੂੰ? ਮੈਂ ਆਪਣੇ ਸ਼ੇਅਰ ਵੇਚ ਕੇ ਨਾ ਵੀ ਮੇਰਾ 2 ਲੱਖ ਨਿਵਾਸਾਂ ਦਾ ਰਹਿੰਦਾ ਸੀ ਵੀ ਵਾਪਸ। ਆਈ ਅੰਡਰਸਟੈਂਡ, ਪਰ ਤੁਸੀਂ ਕਾਨੂੰਨ ਦੇ ਮੁਤਾਬਕ ਸਭ ਕੁਛ ਨੂੰ ਲਿਖਤੀ ਰੂਪ ਦੇ ਚੁੱਕੇ ਹੋ, ਹੁਣ ਦੁਬਈ ਦੀ ਸਰਕਾਰ ਕੁਛ ਕਰ ਨਹੀਂ ਸਕਦੀ। ਨਹੀਂ, ਇੱਕ ਕੇਸ ਬਣਦਾ ਇਹਦੇ ਦੁਬਈ ਵੀ ਮੈਨੂੰ ਇਹਨੇ 17 ਸਾਲ ਜਾਂ 15 ਸਾਲ ਕੋਈ ਹਿਸਾਬ ਨਹੀਂ ਦਿੱਤਾ, ਪੈਸਾ ਨਹੀਂ ਦਿੱਤਾ ਪ੍ਰੋਫਿਟ, ਕਿਉਂਕਿ ਮੇਰਾ ਸ਼ੇਅਰ ਦਾ ਹੋਲਡਿੰਗ ਤਾਂ ਹੈ ਸੀ ਨਾ ਕੰਪਨੀ 'ਚ, ਮੇਰੀ ਮਾਲਕਤਾ ਸੀ ਉਹਦਾ। ਮੈਂ ਉਹ ਕਰਾ ਕੇ ਨਾ ਗੌਰਮੈਂਟ ਦੇ ਥਰੂ ਕੋਰਟ 'ਚ ਪਾ ਕੇ ਇਹਦੋਂ ਉਹਦਾ ਪ੍ਰੋਫਿਟ ਮੰਗ ਸਕਦਾ ਜਿੰਨਾ ਵੀ ਮੇਰਾ ਬਣਦਾ। ਉਹ ਕੇਸ ਲੰਮਾ ਹੋ ਜਾਂਦਾ, ਮੈਂ ਉਹ ਬਾਰੇ ਬਾਅਦ ਮੈਂ ਸੋਚੂੰਗਾ ਜੀ। ਪਰ ਪਹਿਲਾਂ ਮੈਂ ਇੱਧਰ ਇਹ ਸੋਚਦਾ ਸੀ ਵੀ ਇਹਨੂੰ ਪਾਸਪੋਰਟ ਵਾਲੇ ਚੱਕਰ 'ਚ ਮੇਰਾ ਨਾਂ ਕਿਉਂ ਵਰਤਿਆ, ਉਹ ਵੀ 'ਚ ਫਸਾਉਣਾ ਚਾਹੁੰਦਾ ਸੀ ਮੈਂ। ਨਹੀਂ, ਇਹ ਤਾਂ ਦੇਖੋ, ਇਹ ਤਾਂ ਗੌਰਮੈਂਟ ਦੇ ਨਾਲ ਇਹਨਾਂ ਨੇ ਝੂਠ ਬੋਲਿਆ, ਗੌਰਮੈਂਟ ਨਾਲ ਬਹੁਤ ਵੱਡਾ ਫਰੋਡ ਕੀਤਾ ਕਿ ਕਿਸੇ ਦਾ ਨਾਮ ਲੈ ਕੇ ਤੁਸੀਂ ਪਾਸਪੋਰਟ ਬਣਾ ਲੈਣਾ, ਇਹ ਬਹੁਤ ਵੱਡਾ ਕ੍ਰਾਈਮ ਹੈ। ਹਾਂਜੀ। ਔਰ ਜੇ ਕੋਈ ਬੰਦਾ ਇਸ ਤਰ੍ਹਾਂ ਕਰਦਾ ਆ ਜਾਂ ਕਰਾਉਂਦਾ ਆ ਤਾਂ ਦੋਨੇ ਲੋਕ, ਉਹਨਾਂ ਨੂੰ ਦੋਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ। ਔਰ ਅਸੀਂ ਇਸ ਦੇ ਹੱਕ ਵਿੱਚ, ਅਸੀਂ ਤੁਹਾਡੀ ਮਦਦ ਨਹੀਂ ਕਰ ਰਹੇ, ਅਸੀਂ ਕਾਨੂੰਨ ਦੀ ਜਿਹੜੇ ਲੋਕ ਧੱਜੀਆਂ ਉਡਾਉਂਦੇ ਆ ਉਹਨਾਂ ਨੂੰ ਲੰਮੇ ਹੱਥੀ ਲੈਣ ਦੀ ਕੋਸ਼ਿਸ਼ ਕਰਦੇ ਤਾਂ ਕਿ ਕ੍ਰਾਈਮ ਨੂੰ ਰੋਕਿਆ ਜਾ ਸਕੇ। ਅਸੀਂ ਚਾਹੁੰਦੇ ਕਿ ਇਸ ਦੇਸ਼ ਹੋਵੇ, ਕੋਈ ਵੀ ਦੇਸ਼ ਹੋਵੇ, ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਹਾਂਜੀ ਹਾਂਜੀ। ਔਰ ਮੈਂ ਹੁਣ ਜਾਣਨਾ ਚਾਹੁੰਦਾ, ਸਾਡੇ ਕੋਈ ਵੀ ਸਾਡੇ ਭੈਣ ਭਰਾ ਤੁਹਾਨੂੰ ਜਾਣਦਾ ਨਹੀਂ ਜਾਣਦਾ, ਪਰ ਹੈਰਾਨੀ ਵਾਲੀ ਗੱਲ ਹੈ ਕਿ 5 ਕਰੋੜ ਦੀ ਠੱਗੀ ਤੁਹਾਡੇ ਮਾਮੇ ਭੂਆ ਦੇ ਮੁੰਡੇ ਹੋ ਗਏ ਤੁਸੀਂ ਨਾ? ਹਾਂਜੀ ਹਾਂਜੀ। ਸਰ ਤੁਹਾਡੇ ਮਾਤਾ ਜੀ ਤਾਂ ਮੇਰੇ ਖਿਆਲ ਮਤਲਬ ਠੀਕ ਹੈ ਜਾਂ ਨਹੀਂ? ਮੇਰੇ ਮਾਤਾ ਜੀ ਤੱਕ, ਹਾਂਜੀ ਇੱਥੇ ਤਕੜੇ ਨੇ ਮੇਰੇ ਮਾਤਾ ਜੀ। ਹਾਂਜੀ, ਮੇਰੀ ਮਾਤਾ ਜੀ ਇੱਥੇ ਸਾਡੇ ਕੋਲੇ ਨੇ, ਇੱਥੇ ਹੀ ਨੇ, ਠੀਕ ਨੇ। ਤੁਹਾਡੇ ਗੱਲਬਾਤ ਕਰਦੇ ਆ ਉਹ? ਹਾਂ ਬੋਲਦੇ, ਥੋੜ੍ਹੇ ਬੋਲਦੇ ਜੀ, ਕਰ ਲੈਂਦੇ। ਤੁਹਾਡੇ ਗੱਲ ਕਰ ਸਕਦੇ ਆ? ਹੁਣ ਨਹੀਂ, ਹੁਣ ਤਾਂ ਮੇਰੇ ਭਰਾ ਕੋਲ ਗਏ ਵੀ ਦੂਜੇ ਪਾਸੇ। ਹਾਂਜੀ, ਦੂਜੇ ਪਾਸੇ ਗਏ ਆ। ਕਿੰਨੀ ਉਮਰ ਹੋ ਗਈ ਮਾਤਾ ਜੀ ਦੀ? ਅਬਾਊਟ 90 ਹੈ ਜੀ, 90। ਅੱਛਾ, ਉਹਨਾਂ ਨੇ ਨੀ ਕਿਹਾ ਆਪਣੇ ਭਾਣਜਾ ਲੱਗਾ, ਉਹਨਾਂ ਦਾ ਭਤੀਜਾ ਲੱਗਾ, ਸੋਰੀ ਭਤੀਜਾ। ਉਹ ਉਹਦੀ ਗੱਲ ਹੀ ਨਹੀਂ ਸੁਣਦਾ, ਗੱਲ ਹੀ ਨਹੀਂ ਕਰਦਾ। ਮੇਰੀ ਭੈਣ ਨੇ ਬੜੀ ਕੋਸ਼ਿਸ਼ ਕੀਤੀ ਹੈ ਲਾਸਟ ਈਅਰ ਨਵੰਬਰ ਦੇ ਵਿੱਚ, ਨਵੰਬਰ ਤੇ ਅਕਤੂਬਰ 'ਚ ਪਿਛਲੇ ਸਾਲ, ਕਿਉਂਕਿ ਅਮਾਊਂਟ ਬਹੁਤ ਜ਼ਿਆਦਾ, 4 ਕਰੋੜ ਦੀ ਠੱਗੀ ਆ, ਥੋੜ੍ਹੀ ਨਾ ਬਹੁਤ ਹੀ, ਔਰ 4 ਕਰੋੜ ਦੀ ਠੱਗੀ ਮਾਰੋ ਪਾਸੇ। ਦੂਜੀ ਹੈਰਾਨੀ ਵਾਲੀ ਗੱਲ ਹੈ ਕਿ ਇਹਨੇ ਪਾਸਪੋਰਟ ਤੁਹਾਡੇ ਨਾਂ ਦਾ ਕਿਵੇਂ ਬਣਾ ਲਿਆ, ਹੈਰਾਨੀ ਵਾਲੀ ਗੱਲ ਇਹ ਵੀ ਆ। ਹਾਂਜੀ, ਇਹ ਨੇ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਨੂੰ ਸ਼ਿਕਾਇਤ ਤੁਸੀਂ 20-22 ਵਜੇ ਦਿੱਤੀ ਹੋਈ ਤੇ ਹਾਲੇ ਤਾਈਂ ਉਹਨਾਂ ਨੇ FRI ਕੱਟੀ ਨਹੀਂ, ਇਹ ਕੀ ਕਾਰਨ ਆ? ਇੱਕ ਮਤਲਬ ਕਿਸੇ ਪ੍ਰੈਸ਼ਰ ਪਾਇਆ ਹੋਇਆ ਪੋਲੀਟੀਕਲ? ਹੋ ਸਕਦਾ ਹੋਵੇ ਜੀ, ਉਹ ਆਪਣਾ ਜ਼ੋਰ ਲਾਉਂਦੇ ਹੋਣੇ ਨਾ ਵੀ ਕੰਮ ਸਲੋ ਅੱਗੇ ਚੱਲੇ ਨਾ ਫਾਇਲ। ਹਾਂਜੀ। ਨਹੀਂ, ਤੁਹਾਨੂੰ ਪੁਲਿਸ ਨੇ ਕੋਆਪਰੇਟ ਨਹੀਂ ਕੀਤਾ? ਨਹੀਂ, DSP ਸਾਹਿਬ ਤਾਂ ਬੜੀ ਚੰਗੇ ਜੀ, ਬਰਾੜ ਸਾਹਿਬ, ਉਹ ਕਹਿੰਦੇ ਕੋਈ ਨਹੀਂ ਕਰਾਂਗੇ। ਹੁਣ ਉਹਨਾਂ ਨੇ ਫਿਰ ਭੇਜਤੀ SSP ਦਫ਼ਤਰ ਨੂੰ, ਭੇਜਤੀ ਬਣਾ ਕੇ ਰਿਪੋਰਟ ਮੇਰੇ ਹੱਕ 'ਚ ਬਣਾ ਕੇ ਭੇਜਤੀ, ਇਹ ਤੇ FRI ਹੋਣੀ ਚਾਹੀਦੀ ਆ।
ਤੁਹਾਡੇ ਕੋਲ ਡਿਪਟੀ ਸਾਹਿਬ ਦਾ ਨੰਬਰ ਹੈ? ਹੈਗਾ ਜੀ, ਹਾਂਜੀ ਹਾਂਜੀ, ਤੁਹਾਡੇ ਕੋਲ ਹੈ ਇਸ ਵੇਲੇ? ਹੁਣ ਮੈਂ ਵਿੱਚੋਂ ਕੱਢ ਕੇ ਇੱਕ ਮਿੰਟ ਅਸੀਂ ਕਮਰਸ਼ ਆਪਣੇ ਸਿਲਸਿਲਾ ਕਮਰਸ਼ੀਅਲ ਬ੍ਰੇਕ ਲਓ ਔਰ ਡਿਪਟੀ ਸਾਹਿਬ ਨੰਬਰ ਲੈ ਕੇ ਡਾਇਲ ਕਰਨਾ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੱਲਬਾਤ ਕੀਤੀ ਜਾ ਸਕੇ। ਆਓ ਅਸੀਂ ਤੁਹਾਨੂੰ ਪੰਜਾਬ ਟੈਕਸਟਾਈਲ ਦੇ ਸ਼ੋਰੂਮ 'ਚ ਲੈ ਕੇ ਚੱਲਦੇ, ਜਿਹੜੇ ਕਿ ਮਾਰਟ ਗੁਰੂ ਸਾਹਿਬ ਦੇ ਨਾਲ ਜਿਹੜਾ ਪਲਾਜ਼ਾ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਸ਼ੋਪਸ ਨੇ, ਪਰ ਇੱਕ ਐਸੀ ਸ਼ੋਪ ਹੈ ਜਿਹੜੀ ਕਿ ਹੋਸ ਭਾਅ ਵਿੱਚ ਖੁਦ ਆਪ ਖੁੱਲ੍ਹਾ ਕੱਪੜਾ, ਰੈਡੀਮੇਡ ਕੱਪੜਾ ਅਤੇ ਇੰਗਲੈਂਡ ਦੀਆਂ ਬਣੀਆਂ ਹੋਈ ਕੋਟੀਆਂ ਫੈਕਟਰੀ ਵਿੱਚੋਂ ਮੰਗਵਾਉਂਦੀ, ਜਿਹੜੀ ਕਿ ਫੈਕਟਰੀ ਜਿਹੜੀ ਹੈ ਵੂਲ ਦੀਆਂ ਮਰਦਾਂ ਔਰਤਾਂ ਦੀਆਂ ਕੋਟੀਆਂ ਤਿਆਰ ਕਰਦੀ ਹੈ। ਕੋਟੀਆਂ ਬਹੁਤ ਕਿਸਮੀਆਂ ਨੇ, ਇਹ ਉਹ ਕੋਟੀਆਂ ਨੇ ਜਿਹੜੀਆਂ ਕਿ ਗਰਮ ਰਹਿੰਦੀਆਂ ਨੇ, ਜਿਹਨਾਂ ਦਾ ਵਜ਼ਨ ਬਹੁਤ ਘੱਟ ਹੈ। ਆਓ ਤੁਸੀਂ $100 ਦੇ ਵਿੱਚ 5 ਕੋਟੀਆਂ ਲਓ, ਜਿਹੜੀ ਕਿ $65 ਦੀ ਇੱਕ ਕੋਟੀ ਸੀ। ਇਹ ਕੋਟੀਆਂ ਬਟਨਾਂ ਵਾਲੀਆਂ ਨੇ, ਜੇਬਾਂ ਵਾਲੀਆਂ ਨੇ, ਜੈਪ ਵਾਲੀਆਂ ਨੇ, ਕੋਲਰ ਵਾਲੀਆਂ ਨੇ, ਕੋਲਰ ਤੋਂ ਬਗੈਰ ਨੇ, ਅਤੇ ਇਹਨਾਂ ਨੂੰ ਪੋਕਟਾਂ ਲੱਗੀਆਂ ਹੋਈਆਂ ਔਰ 2 ਪੋਕਟਾਂ ਵਾਲੀਆਂ ਨੇ, ਸਿੰਗਲ ਪੋਕਟਾਂ ਵਾਲੀਆਂ ਨੇ, ਇਹ ਲੌਂਗ ਵੀ ਨੇ ਅਤੇ ਇਹ ਸ਼ੋਰਟ ਵੀ ਨੇ, ਅਤੇ ਇਹਦੇ ਵਿੱਚ 7 ਤੋਂ 8 ਰੰਗ ਨੇ, ਮਰਦਾਂ ਦੇ ਵਾਸਤੇ, ਔਰਤਾਂ ਦੇ ਵਾਸਤੇ। ਜੇ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹੀ ਕੋਟੀ ਹੋਵੇ ਜਿਹੜੀ ਕਿ ਲੌਂਗ ਕੋਟ ਪਹਿਨਣਾ ਨਾ ਪਵੇ, ਇੰਨੀ ਗਰਮ ਹੋਵੇ, ਵਜ਼ਨ ਵਿੱਚ ਬਹੁਤ ਹਲਕੀ ਹੋਵੇ, ਜਦੋਂ ਪਹਿਨੋ 'ਚ ਮਹਿਸੂਸ ਨਾ ਹੋਵੇ ਕਿ ਅਸੀਂ ਕੋਟੀ ਪਾਈ ਹੋਈ ਹੈ। ਸੋ ਐਸੀਆਂ ਕੋਟੀਆਂ ਸੋਹਣੇ ਰੰਗਾਂ ਡਿਜ਼ਾਈਨਾਂ ਦੇ ਵਿੱਚ ਲੈਣੇ ਚਾਹੁੰਦੇ ਹੋ ਤਾਂ ਕਿਸੇ ਨੂੰ ਗਿਫਟ ਦੇਣਾ, $100 ਦੇ ਵਿੱਚ 5 ਨੇ, ਜਿਹੜੀ ਕਿ $65 ਦੀ ਇੱਕ ਸੀ। ਸੋ ਇਹ ਸੇਲ ਸਿਰਫ ਇਸ ਐਤਵਾਰ ਤੱਕ ਹੈ। ਸੋ ਮੈਂ ਕੀ ਚਾਹਾਂਗਾ ਕਿ ਤੁਸੀਂ ਆਓ, ਇੰਗਲੈਂਡ ਦੀਆਂ ਬੜੀਆਂ ਕੋਟੀਆਂ ਲੋਕ $65 ਨੂੰ ਵੇਚਦੇ ਨੇ, ਇਹ ਹੁਣ $100 ਦੀਆਂ 5 ਦੇ ਰਹੇ ਨੇ। ਕੋਈ ਵੀ ਲਓ, ਮਰਦਾਂ ਦੀਆਂ ਲਓ ਚਾਹੇ ਤੁਸੀਂ ਔਰਤਾਂ ਦੇ ਲਓ, ਬਟਨਾਂ ਵੀ ਲੱਗੇ ਹੋਏ ਨੇ, ਜਿੱਪਾਂ ਵੀ ਨੇ, ਅਤੇ ਨਾਲ ਨਾਲ ਇਹ ਲੰਬੀਆਂ ਕੋਟੀਆਂ ਵੀ ਨੇ। ਸਾਈਜ਼ ਕਈਆਂ ਲੰਬਾ ਹੁੰਦਾ, ਕਈਆਂ ਨੇ ਸ਼ੋਰਟ ਹੁੰਦਾ, ਜੇਬਾਂ ਵਾਲੀਆਂ ਵੀ ਨੇ, ਕੋਲਰ ਵਾਲੀਆਂ ਨੇ, ਕੋਲਰ ਤੋਂ ਬਗੈਰ ਵੀ ਨੇ। ਹੁਣ ਅਸੀਂ ਗੱਲ ਕਵਰ ਕਰਨੀ ਕਿ ਪੰਜਾਬ ਟੈਕਸਟਾਈਲ ਦੇ ਉੱਪਰ ਵੈਲਵਟ ਦੇ ਸੂਟ ਜਿਹੜਾ $100 ਇੱਕ ਸੀ, ਕਈ ਸੂਟ ਨੇ, ਕਈ ਲੋਕ $10 ਦੇ ਸੂਟ ਵੇਚਦੇ ਆ, ਪਰ ਇਹ ਵੈਲਵਟ ਅਸਲੀ ਹੈ, ਪਿਓਰ ਹੈ। ਇਹ ਤੁਸੀਂ ਹੁਣ $50 ਲੈ ਸਕਦੇ ਹੋ। ਕੀ ਤੁਸੀਂ ਜਾਣਦੇ ਹੋ ਕੋਟਨ ਦੇ ਸੂਟ $100 ਦੇ ਵਿੱਚ, ਇਹ ਪਹਿਲਾਂ 3 ਵੇਚਦੇ ਸੀ, ਹੁਣ ਇਹਨਾਂ ਨੇ 5 ਕਰ ਦਿੱਤੇ ਆ, 2 ਨਾਲ ਫ੍ਰੀ ਹੈ। ਕੋਟਨ ਦੇ ਸੂਟ 10 ਰੰਗ ਨੇ, 10 ਪ੍ਰਿੰਟ ਦੇ ਮਾਰੀ ਆ। ਅਸੀਂ ਕਹਿੰਦੇ ਸੀਗੇ ਕਿ ਹਾਂ ਉਹ ਆਪਣਾ ਪੱਖ ਨਹੀਂ ਜਿੰਝਕ ਰੱਖਦਾ, ਉਹਨਾਂ 'ਚ ਅਸੀਂ ਕਿਸੇ ਦੋਸ਼ ਨਹੀਂ ਲਾ ਸਕਦੇ, ਪਰ ਜੇ ਵਿਅਕਤੀ ਸੱਚਾ ਆ ਤਾਂ ਉਹਨੂੰ ਗੱਲ ਕਰਨੀ ਚਾਹੀਦੀ ਸੀ। ਕੀ ਗੱਲ ਤੁਹਾਡਾ, ਜਿਹੜਾ ਵਿਅਕਤੀ ਸੱਚਾ ਉਹ ਗੱਲ ਕਰਦਾ ਆ, ਜਾਂ ਐਟਲੀਸਟ ਆਪਣਾ ਪੱਖ ਪੇਸ਼ ਕਰਨ ਨੂੰ ਸਮਾਂ ਦੇ ਰਹੇ ਹਾਂ, ਪਰ ਸਮਾਂ ਹੁਣ ਲੈਣ ਨੂੰ ਤਿਆਰ ਨਹੀਂ ਹੈ। ਜਦੋਂ ਹੁਣ ਤਸਵੀਰਾਂ ਟੈਲੀਵਿਜ਼ਨ 'ਤੇ ਜਾਂ ਫਿਰ ਯੂਟਿਊਬ ਫੇਸਬੁੱਕ 'ਤੇ ਲੋਕ ਕਲੈਕਟ ਕਰਨਗੇ, ਵੇਖਣਗੇ, ਤਾਂ ਉਸ ਤੋਂ ਬਾਅਦ ਫਿਰ ਖਫਾ ਹੁੰਦੇ ਨੇ ਲੋਕ, ਫਿਰ ਸਿਰ ਡਰਾਉਂਦੇ ਨੇ ਧਮਕਾਉਂਦੇ ਨੇ, ਫਿਰ ਇਸ ਤਰ੍ਹਾਂ ਇਹ ਡਰਾਉਂਦੇ ਆ। ਮੁੜ ਸਾਨੂੰ ਕਹਿੰਦੇ ਜੀ ਉਹ ਸਾਨੂੰ ਮਿਨਿਸਟਰ ਜਾਣਦਾ, ਆਈ ਡੋਂਟ ਕੇਅਰ ਤੁਹਾਨੂੰ ਮਿਨਿਸਟਰ ਜਾਣਦਾ ਜਾਂ ਤੁਹਾਨੂੰ ਕੋਈ ਵੀ ਵਿਅਕਤੀ ਜਾਣਦਾ, ਸਾਡੀ ਸਿਹਤ 'ਤੇ ਕੋਈ ਸਲਾਬਾ ਨਹੀਂ ਹੈ, ਅਸੀਂ ਆਪਣੀ ਜੋਬ ਕਰਦੇ ਹਾਂ, ਕਾਨੂੰਨ ਦੇ ਮੁਤਾਬਕ ਅਸੀਂ ਕੰਮ ਕਰਦੇ ਹਾਂ। ਇੱਕ ਵਾਰ ਤੁਸੀਂ ਫਰੋਡ ਕਰਦੇ ਹੋ, ਦੂਜੇ ਪਾਸੇ ਫਰੋਡੀ ਸਾਨੂੰ ਖਬਰ ਨਹੀਂ ਲਾਉਣ ਦਿੰਦੇ, ਸ਼ੇਮ ਫਾਰ ਯੂ। ਸ਼ਰਮ ਚਾਹੀਦੀ ਹੈ ਕਿ ਮਾਮੇ ਭਾਣਜਾ ਜਾਂ ਫਿਰ ਮਾਮੇ ਭੂਆ ਦਾ ਲੜਕਾ ਹੋਵੇ, ਰੀਅਲ ਹੋਵੇ, ਤਾਂ 5 ਕਰੋੜੀ ਠੱਗੀ ਮਾਰੀ ਹੋਵੇ। ਸੋ ਇਸ ਉਮਰ ਦੇ ਵਿੱਚ ਪੂਰੇ ਸਿੱਖੀ ਰੂਪ ਦੇ ਵਿੱਚ ਨੇ, ਤਾਂ ਦਿਖਾ ਰਹੇ ਹਾਂ ਇਹ ਨੇ ਸੁੱਚਾ ਸਿੰਘ ਸੋਮਲ ਸਾਹਿਬ, ਜਿਹੜੇ ਕਿ 17 ਸਾਲ ਦੀ ਉਮਰ ਵਿੱਚ ਜਪਾਨ ਵਿੱਚ ਆਣ ਕੇ ਕੰਮ ਕਾਰ ਕੀਤਾ, ਵਾਚਿਸ ਕੜੀਆਂ, ਇਹ ਕੜੀਆਂ ਜਿਹਨਾਂ ਨੇ ਪਾਰਟ ਵੇਚੇ, ਜਿਹਨਾਂ ਨੇ ਰਿਪੇਅਰ ਕੀਤੀ, ਉਸ ਤੋਂ ਬਾਅਦ ਬਿਜ਼ਨਸ ਇਹਨਾਂ ਨੇ ਡਿਵਾਈਸ ਸ਼ੁਰੂ ਕੀਤਾ। ਔਰ ਇਹਨਾਂ ਕੋਲ ਇਸ ਵੇਲੇ 2 ਕੰਟਰੀਆਂ ਦੇ ਪਾਸਪੋਰਟ ਨੇ, ਇੰਗਲੈਂਡ ਦਾ ਅਤੇ ਦੂਜਾ ਸਾਡੇ ਕੈਨੇਡਾ ਦਾ ਹੈ, ਅਤੇ ਇਹਨਾਂ ਨਾਲ 5 ਕਰੋੜ ਦੀ ਠੱਗੀ ਮਾਰੀ ਹੈ। ਕਸੂਰ ਇਹਨਾਂ ਦਾ ਵੀ ਹੈ, ਇਹਨਾਂ ਨੇ ਪਾਵਰ ਆਫ ਅਟਾਰਨੀ ਕਿਉਂ ਦਿੱਤੀ ਹੈ ਔਰ ਟੈਸਟ ਕਰਕੇ ਦਿੱਤੀ ਹੈ, ਪਾਵਰ ਆਫ ਅਟਾਰਨੀ ਬਣ ਕੇ ਦੁਬਈ ਤੋਂ ਆਉਂਦੀ ਹੈ, ਅਟੈਸਟ ਇੱਥੋਂ ਕਰਵਾਉਂਦੇ ਨੇ, ਸਾਈਨ ਇਹ ਕਰਦੇ ਨੇ,
ਤੁਹਾਡੇ ਵਕੀਲ ਨੇ ਤੁਹਾਨੂੰ ਪੜ੍ਹ ਕੇ ਸੁਣਾਈ ਨੀ ਪਾਵਰ ਅਟਾਰਨੀ? ਨਹੀਂ ਮੈਂ ਪੜ੍ਹ ਲਈ ਸੀਗੀ, ਬਿਲਕੁਲ ਮੈਂ ਪੜ੍ਹੀ ਸੀ ਆ ਮੈਂ, ਕਿਉਂਕਿ ਮੈਨੂੰ ਟਰਸਟ ਇੰਨਾ ਸੀ ਉਹ ਕੰਮ ਕਰਦੇ ਸੀ ਪਿਛਲੇ। ਤੁਸੀਂ ਕਿੰਨਾ ਪੜ੍ਹੇ ਹੋ? ਮੈਂ ਇੰਡੀਆ ਦਾ ਸਿਰਫ 10ਵੀਂ ਪੜ੍ਹਿਆ ਮੈਂ ਜੀ। ਪਰ ਇੰਗਲਿਸ਼ ਤੁਸੀਂ ਚੰਗੀ ਤਰ੍ਹਾਂ ਸਮਝ ਲੈਂਦੇ ਹੋ? ਹਾਂਜੀ ਹਾਂਜੀ, ਮੈਂ ਹਾਂਗਕਾਂਗ ਗੌਰਮੈਂਟ ਦੀ ਨੌਕਰੀ ਵੀ ਕੀਤੀ ਹੈ, ਹਾਂਗਕਾਂਗ ਗੌਰਮੈਂਟ ਦੀ ਜੇਲ੍ਹ ਮਹਿਕਮੇ 'ਚ ਨੌਕਰੀ ਕੀਤੀ 10 ਸਾਲ। ਹਾਂਜੀ ਹਾਂਗਕਾਂਗ, ਮੈਂ ਹਾਂਗਕਾਂਗ ਜੇਲ੍ਹ ਮਹਿਕਮੇ 'ਚ ਵੀ ਨੌਕਰੀ ਕੀਤੀ ਹੈ 10 ਸਾਲ, ਡਿਟੈਂਸ਼ਨ ਸੈਂਟਰ 'ਚ। ਹਾਂਜੀ ਹਾਂਜੀ, ਪ੍ਰਿਜ਼ਨ ਡਿਪਾਰਟਮੈਂਟ 'ਚ ਮੈਂ ਹਾਂਜੀ ਨੌਕਰੀ ਕੀਤੀ। ਜੇਲ੍ਹ 'ਚ ਕੀ ਕਰਦੇ ਸੀ ਤੁਸੀਂ? ਮੈਂ ਮੈਂ ਸਰਜੈਂਟ, ਫਿਰ ਮੈਂ ਨੌਕਰੀ ਛੱਡਤੀ ਸੀ, ਸਰਜੈਂਟ ਬਣ ਗਿਆ ਸੀ ਜੇਲ੍ਹ ਦੇ ਵਿੱਚ। ਤੁਸੀਂ ਸਰਜੈਂਟ ਸੀ? ਹਾਂਜੀ ਹਾਂਗਕਾਂਗ 'ਚ। ਹਾਂਜੀ ਓਕੇ। ਉਸ ਜੇਲ੍ਹ ਵਿੱਚ ਕਿੰਨੇ ਹੋਰ ਪੰਜਾਬੀ ਸੀ ਇਹਦੇ ਵਰਗੇ? ਹਾਂਗਕਾਂਗ ਦੇ ਵਿੱਚ ਲੋਕ ਦੇਖੇ ਪੰਜਾਬੀ ਜਿਹੜੇ ਡਰੱਗ ਦਾ ਧੰਦਾ ਕਰਦੇ ਜੇਲ੍ਹ ਵਿੱਚ ਬੰਦ ਸੀ? ਹਾਂਜੀ ਹਾਂਜੀ, ਕੁਛ ਨਾ ਕੁਛ ਜ਼ਿਆਦਾਤਰ ਲੋਕ ਬੰਦ ਡਰੱਗ ਦਾ ਧੰਦਾ ਕਰਦੇ ਸੀ ਜਾਂ ਹੋਰ ਵੀ ਕੋਈ ਐਸਾ ਧੰਦਾ ਜਿਹੜਾ ਕਿ ਆਮ ਲੋਕ ਕਰਦੇ ਉੱਥੇ? ਜੇਲ੍ਹ ਵੀ ਹਰ ਤਰ੍ਹਾਂ ਦੇ ਬੰਦੇ ਹੀ ਤਕਰੀਬਨ ਆਉਂਦੇ ਸੀ ਨਾ, ਲੋਕਲ ਜਿਹੜੇ ਡਾਕੇ ਡੁਕੇ ਮਾਰਦੇ ਸੀ, ਜ਼ਿਆਦਾ ਚੀਨੇ ਹੁੰਦੇ 95% ਤਾਂ ਉੱਥੇ, ਬਾਕੀ ਆਪਣੇ ਬੰਦੇ ਥੋੜ੍ਹੇ ਜਿਹੇ 100-150 ਹੁੰਦੇ ਬੰਦੇ ਆਪਣੇ ਸਾਰੀ ਜੇਲ੍ਹਾਂ 'ਚ। ਜਿਹੜੇ ਆਪਣੇ ਬੰਦੇ ਵੀ ਕਾਫੀ ਸੀ ਜੇਲ੍ਹ ਦੇ ਵਿੱਚ? ਹਾਂਜੀ ਹਾਂਜੀ, ਜਿਹੜੇ ਓਵਰਸਟੇ ਹੋ ਜਾਂਦੇ ਉਹਨਾਂ ਨੂੰ ਫੜ ਕੇ ਜੇਲ੍ਹ ਕਰਕੇ ਬੰਦ ਫਿਰ ਇੰਡੀਆ ਭੇਜੇ ਕਰਦੇ ਸੀ, ਉਹ ਵੀ ਹੁੰਦੇ ਸੀ। ਅੱਛਾ, ਮੈਂ ਹੈਰਾਨ ਇਸ ਚੀਜ਼ ਤੋਂ ਆ ਕਿ ਤੁਸੀਂ ਇੰਨਾ ਵੱਡਾ ਫਰੋਡ ਜਿਹੜਾ ਤੁਹਾਡੇ ਨਾਲ ਹੋਇਆ ਤੇ ਤੁਸੀਂ ਇੰਨਾ ਲੰਬਾ ਸਮਾਂ ਕਿਉਂ ਲਾਇਆ ਇਹ ਫਰੋਡ ਨੂੰ ਬਾਹਰ ਲਿਆਉਣ 'ਚ? ਮੈਂ 17 ਦੀ ਲੱਗਿਆ ਵਾਂ, ਮੈਂ 18 'ਚ ਵੀ ਉੱਥੇ ਗਿਆ, ਇਹਦੀ ਮਾਲਕ ਨਾਲ ਗੱਲ ਕੀਤੀ ਜਿਹੜਾ ਸਾਡਾ ਸਪੋਂਸਰ ਸੀ, ਇਹਨੇ ਕਿਸੇ ਮੈਂ 18 'ਚ ਵੀ ਗਿਆ, ਮੈਂ 20 'ਚ ਵੀ ਦੁਬਈ ਗਿਆ, ਮੈਂ 23 'ਚ 7 ਅਕਤੂਬਰ ਨੂੰ ਜਿਹਦੇ ਨਾਲ ਇਜ਼ਰਾਇਲ 'ਤੇ ਹਮਲਾ ਹੁੰਦਾ ਹੈ ਫਲਸਤੀਨੀਆਂ ਦਾ, ਉੱਦਣ ਵੀ ਮੈਂ ਦੁਬਈ ਸੀਗਾ, ਮਾਲਕ ਨਾਲ ਗੱਲ ਕੀਤੀ, 12 ਘੰਟੇ ਸਟੇ ਪਾ ਕੇ ਮੈਂ। ਤੁਸੀਂ ਦੱਸਿਆ ਸੀ ਕਿ ਅਸੀਂ ਬਾਸੀ ਸ਼ੋਅ ਜਾ ਰਹੇ ਹਾਂ ਔਰ ਅਸੀਂ ਇੰਟਰਵਿਊ ਕਰਾਂਗੇ ਔਰ ਤੁਹਾਡੀ ਨਾਲ ਗੱਲਬਾਤ ਕੀਤੀ ਜਾਊਗੀ, ਕੋਈ ਇਹਨੂੰ ਕਲੂ ਹੈ? ਅਸੀਂ ਨਹੀਂ ਇਹਨੂੰ ਪਤਾ ਕੁਛ ਵੀ ਨਹੀਂ, ਇਹਨੂੰ ਕੁਛ ਨਹੀਂ, ਇਹ ਬਿਨਾ ਗੱਲ ਹੀ ਨਹੀਂ ਕਰਦਾ, ਮੈਨੂੰ ਇਹਨੂੰ ਬਲੌਕ ਕੀਤਾ ਵਾ, ਕਿਉਂਕਿ ਅੱਜ ਅਸੀਂ ਕਾਲ ਕੀਤਾ ਪਹਿਲਾਂ ਗੱਲਬਾਤ ਕੀ ਸਾਡੇ ਨਾਲ, ਉਸ ਤੋਂ ਬਾਅਦ ਜਵਾਬ ਦੇ ਗਿਆ, ਪਟਕ ਦੇ ਫੋਨ ਬੰਦ ਕਰ ਗਿਆ। ਹਾਂਜੀ, ਤੁਹਾਨੂੰ ਹਾਂ ਤੁਹਾਡਾ ਵੀ ਜਵਾਬ ਨਹੀਂ, ਇਹਨੂੰ ਮੈਂ ਆਪਣੀ ਭੈਣ ਨੂੰ ਕਿਹਾ ਸੀ ਵੀ ਅੰਮ੍ਰਿਤਸਰ ਜਾ ਕੇ ਦੋਵੇਂ ਬੱਚੇ ਲਿਜਾ ਕੇ ਆਪਣੇ ਘਰੇ ਲਿਜਾ ਕੇ ਸੌਂ ਲਾਈਨ ਹੋਲਡਰ ਕੁਝ ਕਮਰਸ਼ੀਅਲ ਲੈ ਰਹੇ ਸੇਮ ਟਾਈਮ ਤੇ ਡਿਪਟੀ ਸਾਹਿਬ ਨੰਬਰ ਆ ਚੁੱਕਾ ਤੁਹਾਨੂੰ, ਨੰਬਰ ਡਾਲ ਕਹੋਗੇ ਤੁਸੀਂ ਡਾਲ ਕਰ ਲਓ ਆਪਣੇ ਵਟਸਐਪ ਤੇ ਪਹਿਲਾਂ, ਉਸ ਤੋਂ ਮੈਂ ਗੱਲ ਕਰਾਂਗਾ, ਲਾਈਨ ਤੇ ਲੈ ਕੇ ਆਉਂਦੇ ਆ। ਹੋਲਡ ਰੱਖੋ ਲਾਈਨ ਨੂੰ, ਹਾਂਜੀ ਹੋਲਡ ਰੱਖੋ ਲਾਈਨ ਨੂੰ, ਅਸੀਂ ਕਮਰਸ਼ੀਅਲ ਲੈ ਕੇ ਵਾਪਸ ਆਉਂਦੇ ਹਾਂ। ਡਿਪਟੀ ਮਾਫ ਕਰਨਾ ਸੁੱਚਾ ਸਿੰਘ, ਆਪ ਜੀ ਵੱਲੋਂ ਜਿਹੜਾ ਸਾਨੂੰ ਨੰਬਰ ਪ੍ਰੋਵਾਈਡ ਕੀਤਾ ਗਿਆ ਹੈ ਡਿਪਟੀ ਸਾਹਿਬ ਦਾ, ਔਰ ਸਾਨੂੰ ਇਹ ਹੁਣ ਪੂਰਾ ਗਿਆਨ ਨਹੀਂ ਕਿ ਡਿਪਟੀ ਸਾਹਿਬ ਦਾ ਪੂਰਾ ਨਾਮ ਕੀ ਹੈ ਔਰ ਕਿੱਥੇ ਇਹਨਾਂ ਦੀ ਪੋਸਟਿੰਗ ਹੈ, ਔਰ ਤੁਸੀਂ ਨਵੰਬਰ ਮਹੀਨੇ ਦੀ ਗੱਲ ਕਰ ਰਹੇ ਹੋ, ਉਸ ਤੋਂ ਬਾਅਦ ਕਾਫੀ ਸ਼ਫਲਿੰਗ ਹੋਈ ਹੈ ਇਲੈਕਸ਼ਨ ਕਰਕੇ, ਡਿਊ ਟੂ ਇਲੈਕਸ਼ਨ ਚੇਂਜਸ ਜਿਹੜੀ ਹੈ, ਹਰ ਡਿਸਟ੍ਰਿਕਟ ਤੋਂ ਦੂਜੇ ਡਿਸਟ੍ਰਿਕਟ ਜਿਹੜੇ ਨੇ ਇਹ ਅਫਸਰ ਜੋ ਸਾਹਿਬਾਨ ਇਹ ਬਦਲ ਗਏ ਨੇ, ਔਰ ਆਈ ਵਿਲ ਫਾਈਂਡ ਆਊਟ ਟੁਮਾਰੋ, ਔਰ ਇਹ ਤੁਹਾਡੇ ਕੋਲ ਤੁਸੀਂ ਸਾਨੂੰ ਕੰਪਲੇਂਟ ਦੀ ਕਾਪੀ, ਤੁਸੀਂ ਕੰਪਲੇਂਟ ਦੀ ਕਾਪੀ ਸਾਨੂੰ ਭੇਜੋ ਐਸ ਐਮ ਐਸ ਪੋਸੀਬਲ, ਉਸ ਬਾਰੇ ਅਸੀਂ ਕੋਸ਼ਿਸ਼ ਕਰਦੇ ਹਾਂ ਲੱਭਣ ਦੀ ਕਿ ਕਿਹਦੇ ਕੋਲ ਫਾਈਲ ਹੈ ਔਰ ਇਸ ਫਾਈਲ 'ਤੇ ਕੌਣ ਕੰਮ ਕਰ ਰਿਹਾ, ਤੁਹਾਨੂੰ ਅਸੀਂ ਜ਼ਰੂਰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਥੈਂਕ ਯੂ ਜੀ। ਔਰ ਤੁਸੀਂ ਅੰਤ ਵਿੱਚ ਕੁਛ ਕਹਿਣਾ ਚਾਹੁੰਦੇ ਹੋ? ਔਰ ਆਈ ਗਿਵ ਟਾਈਮ, ਬਟ ਸ਼ਰਮ ਵਾਲੀ ਗੱਲ ਹੈ ਕੁਲਦੀਪ ਵਾਸਤੇ ਕਿ ਸਾਡੇ ਨਾਲ ਗੱਲਬਾਤ ਕਰਕੇ ਫੋਨ ਕੱਟ ਜਾਣਾ, ਦਿਸ ਇਜ਼ ਨੌਨਸੈਂਸ।
ਹਾਂਜੀ ਇਸ ਵਿਅਕਤੀ ਨੂੰ ਚਾਹੀਦਾ ਆ ਔਰ ਇਹਨੇ ਜਿਹੜਾ ਪਾਸਪੋਰਟ ਬਣਾਇਆ ਸੋ ਇਹਦੀ ਕਾਪੀ ਆਲਰੇਡੀ ਤੁਹਾਡੇ ਕੋਲ ਹੈ ਸੁੱਚਾ ਸਿੰਘ ਦਾ ਜਿਹਦੇ ਉੱਪਰ ਲਿਖਿਆ ਸੁੱਚਾ ਸਿੰਘ ਹੈ ਅਤੇ ਇਹਦੇ ਉੱਪਰ ਉਹਦੇ ਉੱਪਰ ਫੋਟੋ ਲੱਗੀ ਹੋਈ ਇਹਦੀ ਹਾਂਜੀ ਹਾਂਜੀ ਲੱਗੀ ਹਾਂਜੀ ਫੋਟੋ ਲੱਗੀ ਬਿਲਕੁਲ ਹਾਂ ਅਤੇ ਇਹਦੇ ਫਾਦਰ ਦਾ ਨਾਮ ਅਤੇ ਡੇਟ ਆਫ ਬਰਥ ਜਿਹੜੀ ਆ ਉਹ ਸੇਮ ਹੈ ਬਿਲਕੁਲ ਆਪਣਾ ਆਪਣੇ ਇਹਦੇ ਆਪਣੇ ਹੀ ਹੈ ਸਹੀ ਹੈ ਜੀ ਬਿਲਕੁਲ ਤਾਂ ਜਿਹੜਾ ਪਿੰਡ ਬੋਰਨ ਪਲੇਸ ਕਿੱਥੇ ਕਿਹੜਾ ਲਿਖਿਆ ਹੋਇਆ ਬਰਵਾਲਾ ਲਿਖਿਆ ਬਰਵਾਲਾ ਜੀ ਮੇਰਾ ਖਿਆਲ ਖਿਆਲ ਹੈ ਜਾਂ ਤੁਹਾਨੂੰ ਸ਼ੋਰ ਨਹੀਂ ਗਿਆ ਤੁਹਾਡੇ ਨਾਲ ਕੀਤਾ ਇਕੱਲਾ ਮੇਰੇ ਨਾਲ ਤਾਂ ਜੀ ਕੰਪਨੀ ਇਹਨੇ ਪਹਿਲਾਂ ਆਪਣੇ ਨਾਂ ਬਿਨੈ ਦਸੀ ਤੋਂ ਲਵਾ ਲਈ ਬਾਕੀ ਜਬ ਪਾਵਰ ਅਟੋਰਨੀ ਭੇਜਤੀ ਇਹਨੇ ਸਾਰੀ ਲਵਾ ਲਈ ਇਲਜ਼ਾਮ ਲਾਏ ਸੀ ਪੁਲਿਸ ਸਟੇਸ਼ਨ ਵਿਚ ਵੀ ਇਹ ਸਾਨੂੰ ਘਰੇ ਬੁਲਾਉਂਦਾ ਸੀ ਇਹਦੀ ਤੀਵੀ ਮੇਰੇ ਝੂਠੇ ਇਲਜ਼ਾਮ ਲਾਉਂਦੀ ਸੀ ਆਪਣੇ ਨਾਲ ਸੰਬੰਧ ਬਣਾਉਣ ਦੇ ਝੂਠੇ ਮੈਂ ਇਹਨਾਂ ਤੇ ਮਾਨਹਾਨੀ ਦਾ ਵੀ ਕੀਤਾ ਵਾ ਇੰਡੀਆ ਦੇ ਵਿਚ ਇੱਕ ਮਿੰਟ ਤੁਸੀਂ ਗੱਲ ਲੈ ਲੋ ਨਾ ਸਾਹਿਬ ਦੱਸੋ ਇਹਦੀ ਵਾਈਫ ਨੇ ਤੁਹਾਡੇ ਤੇ ਐਲੀਗੇਸ਼ਨ ਲਾਏ ਆ ਹਾਂਜੀ ਪੁਲਿਸ ਸਟੇਸ਼ਨ ਲਾਏ ਸੀ ਜਦੋਂ ਇਹ ਤਰੀਕਾਂ ਤੇ ਆਉਂਦੀ ਸੀ ਨਾ DSP ਸਾਹਿਬ ਦੇ ਦਫ਼ਤਰ ਹਾਂ ਉਦੋਂ ਐਲੀਗੇਸ਼ਨ ਲਾਤੇ ਸੀ ਮੇਰੇ ਤੇ ਵੀ ਇਹ ਮੇਰੇ ਨਾਲ ਸੰਬੰਧ ਬਣਾਉਣੇ ਚਾਹੁੰਦਾ ਸੀ ਐਂ ਬਣਾਉਣੇ ਚਾਹੁੰਦਾ ਸੀ ਮੇਰੇ ਦੋ ਗਵਾਹ ਬੈਠੇ ਸੀ ਉੱਤੇ ਉਹ ਮੈਂ ਕੇਸ ਇਹਦੇ ਕੀਤਾ ਹੋਇਆ ਹੈ ਇਹਦੇ ਵਿੱਚ ਕੋਰਟ ਦੇ ਵਿੱਚ ਮੋਹਾਲੀ ਤੇ ਇਹਦੀ ਵਾਈਫ ਦੀ ਉਮਰ ਕਿੰਨੀ ਆ ਹੁਣੀ 50 ਸਾਲ ਦੀ ਹੋਏਗੀ ਮੇਰਾ ਖਿਆਲ ਅੱਛਾ 50 ਸਾਲ ਦੀ ਹੈ ਤੁਹਾਡੀ ਉਮਰ ਹੈ 70 ਸਾਲ ਦੀ ਆ 70 ਹਾਂਜੀ ਤਾਂ ਇਹ ਵਾਈਫ ਇਹਦੀ ਪੁਲਿਸ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਇਹ ਸੰਬੰਧ ਬਣਾਉਣਾ ਚਾਹੁੰਦਾ ਆ ਹਾਂਜੀ ਹਾਂਜੀ ਵੀ ਇਹ ਮੈਨੂੰ ਫੋਨ ਕਰਦਾ ਸੀ ਐਂ ਕਰਦਾ ਸੀ ਪਰ ਉਹਨਾਂ ਨੇ ਇਹਦੀ ਗੱਲ ਮੰਨੀ ਨੂੰ ਘੂਰਤਾ ਉਹਨੂੰ ਪਰ ਮੈਨੂੰ ਗੁੱਸਾ ਲੱਗਿਆ ਬੜਾ ਮਾੜਾ ਲੱਗਿਆ ਮੇਰੇ ਬੰਦੇ ਬੈਠੇ ਸੀ ਉੱਥੇ ਮੇਰੀ ਵੀ ਮੇਰੇ ਤੇ ਹਜੇ ਜਾਂ ਫਿਰ ਮੈਂ ਉਹ ਕੇਸ ਅਲੱਗ ਕੀਤਾ ਵਾ ਹਾਂਜੀ ਕਿੰਨੀ ਸ਼ਰਮ ਦੀ ਗੱਲ ਹੈ ਕਿ ਤੁਸੀਂ ਪੈਸੇ ਦੇਣੇ ਜਾਂ ਨਹੀਂ ਦੇਣੇ ਪਰ ਤੁਸੀਂ ਗਲਤ ਰਸਤੇ ਕੋਲ ਜਾਂਦੇ ਹੋ ਇਹ ਪਤਾ ਨਹੀਂ ਕੀ ਕਾਰਨ ਹੈ ਲੋਕਾਂ ਨੂੰ ਪ੍ਰੋਬਲਮ ਇਹੀ ਹੈ ਕਿ ਔਰਤਾਂ ਮੂਹਰੇ ਕਰ ਦਿੰਦੇ ਆ ਕਿ ਤੁਸੀਂ ਕਹਿ ਦਿਓ ਜੀ ਮੇਰੇ ਕੱਪੜੇ ਪਾੜ ਦਿੱਤੇ ਆ ਜੀ ਮੇਰੇ ਨਾਲ ਜੀ ਛੇੜਖਾਨੀ ਕੀਤੀ ਹੈ ਇਹ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਜ਼ਬਰਦਸਤ ਕਰਨੀ ਚਾਹੁੰਦਾ ਸੀਗਾ ਇਹ ਸਾਰਾ ਫਰਾਡ ਹੈ ਪੁਲਿਸ ਨੂੰ ਪਤਾ ਇਸ ਚੀਜ਼ ਦਾ ਔਰ ਕੋਈ ਘਬਰਾਉਣ ਦੀ ਲੋੜ ਨਹੀਂ ਜੇ ਤਾਂ ਸੱਚ ਸੱਚ ਹੈ ਤੁਸੀਂ ਇਸ ਉਮਰ ਦੇ ਵਿੱਚ ਹੋ ਕਿਵੇਂ ਕਹਿੰਦੇ ਤੁਸੀਂ ਕਿਸੇ ਔਰਤ ਨੂੰ ਟੱਚ ਕਰ ਸਕਦੇ ਹੋ ਹਾਂਜੀ ਬਿਲਕੁਲ ਇਹਦੀ ਸੋਰੀ ਨਹੀਂ ਪੈਦਾ ਹੁੰਦਾ ਹਾਂਜੀ ਤਾਂ ਮੈਨੂੰ ਸ਼ਰਮ ਨਹੀਂ ਆ ਰਹੀ ਇਹਨਾਂ ਨੂੰ ਕਿ ਇਹਦਾ ਉਦੋਂ ਕੁਲਦੀਪ ਨਾਲ ਸੀਗਾ ਪੁਲਿਸ ਸਟੇਸ਼ਨ ਗਿਆ ਨਹੀਂ ਨਹੀਂ ਉਹਦਾ ਕਦੇ ਹਾਜ਼ਰ ਹੋਇਆ ਹੀ ਨਹੀਂ ਜੀ ਨਹੀਂ ਸੀ ਅੱਛਾ ਸਿਰਫ ਇਹਦੀ ਵਾਈਫ ਹੁੰਦੀ ਰਹੀ ਹੈ ਇਹਦੀ ਵਾਈਫ ਤੇ ਇੱਕ ਬੰਦਾ ਹੋਰ ਸੀ ਉਹਦਾ ਦੋਸਤ ਸੀ ਕੋਈ ਉਹਦਾ ਵੀ ਮੇਰੇ ਕੋਲ ਨਾਂ ਤੇ ਟੈਲੀਫੋਨ ਹੈਗਾ ਉਹਦਾ ਵੀ ਮੈਂ ਨਾਂ ਵਿੱਚ ਪਾਇਆ ਵਾ ਮਾਨਹਾਨੀ ਕੇਸ ਵਿੱਚ ਐਸੀ ਮਤਲਬ ਤੁਹਾਡੇ ਤੇ ਇਹਨਾਂ ਨੇ ਮਤਲਬ ਕੰਪਲੀਟ ਕੀਤੀ ਸੀ ਪੁਲਿਸ ਡਿਪਾਰਟਮੈਂਟ ਨੂੰ ਕਿ ਇਹ ਤੁਹਾਡੇ ਨਾਲ ਮਤਲਬ ਸੰਬੰਧ ਬਣਾਉਣੇ ਚਾਹੁੰਦਾ ਆ ਨਹੀਂ ਉਹਨੇ ਮੇਰੇ ਕੇਸ ਤਾਂ ਇਹੋ ਕੇਸ ਮੇਰਾ ਕੇਸ ਚੱਲਦਾ ਸੀ ਉੱਥੇ ਆਈ ਸੀ ਉੱਥੇ ਜਾਣ ਕੇ ਮੇਰੇ ਤੇ ਇਲਜ਼ਾਮ ਲਾਉਂਦੀ ਸੀ ਆਪ ਸੱਚੀ ਹੋਣ ਵਾਸਤੇ ਐਲੀਗੇਸ਼ਨ ਤੁਹਾਡੇ ਤੇ ਝੂਠੇ ਲਾਉਣੇ ਸੀ ਹਾਂਜੀ ਹਾਂਜੀ ਤਾਂ ਹੁਣ ਤੁਸੀਂ ਇਹਨਾਂ ਉੱਪਰ ਕੇਸ ਕੀਤਾ ਆ ਮਾਨਹਾਨੀ ਦਾ ਮਾਨਹਾਨੀ ਦਾ ਮੋਹਾਲੀ ਕੋਰਟ ਚ ਹਾਂਜੀ ਓਕੇ ਉਹ ਕੇਸ ਚੱਲਦਾ ਹੈ ਮਾਨਹਾਨੀ ਦਾ ਕਿਹਦਾ ਮਤਲਬ ਕਿੰਨੇ ਮਿਲੀਅਨ ਦਾ ਕੀਤਾ ਕਿੰਨੇ ਕਰੋੜਾਂ ਚ 2 ਕਰੋੜ ਦਾ ਕੀਤਾ ਉਹਦੇ ਉੱਤੇ 2 ਕਰੋੜ ਦਾ ਕੀਤਾ ਹੈ ਤਾਂ ਜਿਹੜਾ ਪੁਲਿਸ ਨੇ ਕਰਨਾ ਹਾਲੇ ਡਿਸਟ੍ਰਿਕਟ ਅਟਾਰਨੀ ਦੀ ਮਦਦ ਨਾਲ ਜਿਹੜਾ ਆ ਕਿ ਗਲਤ ਪਾਸਵਰਡ ਬਣਾਇਆ ਉਹ ਹਾਲੇ ਬਾਕੀ ਆ ਉਹ ਵਿੱਚ ਹੀ ਹੈ ਜੀ ਉਹ SSP ਦਫ਼ਤਰ ਮੋਹਾਲੀ ਫੈਲ ਪਈ ਹੈ ਜੀ ਬਸ ਤੇ ਇਹ ਫੋਨ ਉਹਨਾਂ ਦਾ ਪੰਜਾਬ ਆਇਆ ਹੀ ਨਹੀਂਗਾ ਆਉਂਦਾ ਹੋਊਗਾ ਜੀ ਬੁੱਢ ਜਾਂਦਾ ਹੋਊਗਾ ਪਤਾ ਨਹੀਂ ਕੁਛ ਨਹੀਂ ਪਤਾ ਨਹੀਂ ਲੱਗਦਾ ਮੈਨੂੰ ਤਾਂ ਸ਼ੋਰ ਨਹੀਂ ਆਇਆ ਜਾਂ ਨਹੀਂ ਆਇਆ ਨਹੀਂ ਜੀ ਕੁਛ ਨਹੀਂ ਪਤਾ ਲੱਗਿਆ ਕਦੇ ਜੀ ਉਹ ਪਾਸਪੋਰਟ ਦੇ ਉੱਪਰ ਡੇਟ ਆਫ ਬਰਥ ਕਿਹੜੀ ਆ ਉਹਦੇ ਉੱਪਰ ਜਿਹੜੀ ਇਹਦੇ
ਪਾਸਪੋਰਟ ਅਸਲੀ ਪਾ ਕੁਲਦੀਪ ਸਿੰਘ ਦੇ ਪਾਸਪੋਰਟ ਵਾਲੀ ਉਹ ਡੇਟ 1970 ਤੇ ਸੁੱਚਾ ਸਿੰਘ ਦੇ ਪਾਸਪੋਰਟ ਵਾਲੀ ਵੀ ਸੇਮ ਹੈ 70 ਉਹੀ ਸੇਮ ਡੇਟ ਜਿਹੜਾ ਇਹਦਾ ਪਹਿਲਾ ਪਾਸਪੋਰਟ ਸੀ ਡੇਟ ਆਫ ਬਰਥ ਫਾਦਰ ਤੇ ਐਡਰੈਸ ਹਾਂਜੀ ਸੇਮ ਹੈ ਪਰ ਨਾ ਹੀ ਬਦਲਿਆ ਕੁਲਦੀਪ ਦੀ ਬਜਾਏ ਤੇ ਸੁੱਚਾ ਸਿੰਘ ਲੈ ਦਿੱਤਾ ਹਾਂਜੀ ਹਾਂਜੀ ਜਦ ਸੈਕਿੰਡ ਟਾਈਮ ਇਹਨੇ ਪਾਸਪੋਰਟ ਕਢਾਇਆ ਆਈ ਸੀ ਨਾਲ ਕੋਈ ਕੋਈ ਡਾਕੂਮੈਂਟ ਲਾਇਆ ਹੋਗਾ ਨਾ ਸੁੱਚਾ ਸਿੰਘ ਦਾ ਫਿਰ ਹਾਂਜੀ ਇਹਨੇ ਮੇਰੇ ਸਕੂਲ ਸਕਾਲ ਤੋਂ ਕਢਾ ਲਏ ਹੋਣੇ ਕਿਸੇ ਪਾਸੇ ਤੋਂ ਨਾ ਸਰਟੀਫਿਕੇਟ ਵਗੈਰਾ ਉਹਦੇ ਚਿੱਠੀ ਉਹ 1992 ਦੇ ਵਿੱਚ ਲੋਕ ਚਿੱਠੀ ਸਿਆਹੀ ਫੇਰ ਕੇ ਗਲਤ ਕੰਮ ਕਰ ਲੈਂਦੇ ਸੀ ਨਾ ਅਲਟਰ ਕਰਕੇ ਵਗੈਰਾ ਕੀਤਾ ਹੋਊਗਾ ਨਾ ਕੁਛ ਨਾ ਕੁਛ ਉਹ ਇਹਨੂੰ ਪਤਾ ਮੈਨੂੰ ਨੀ ਇੰਨਾ ਪਤਾ ਕੀ ਕੀਤਾ ਇਹਨੇ ਮੈਨੂੰ ਇੰਨਾ ਪਤਾ ਵੀ ਵਰਤਿਆ ਮੈਂ ਫਿਰ RTI ਪਾ ਕੇ ਚੰਡੀਗੜ੍ਹ ਤੋਂ ਪਰ ਇਹਦਾ ਜਿਹੜਾ ਭਰਾ ਆ ਤੁਹਾਡੇ ਨਾਲ ਕੰਮ ਕਰਦਾ ਤੁਹਾਡੇ ਮੁੰਡੇ ਨਾਲ ਜਾਪਾਨ ਦੇ ਵਿੱਚ ਇਹਦਾ ਭਰਾ ਦੇ ਨਾਲ ਇਹਦੇ ਸੰਬੰਧ ਨਹੀਂ ਹੈ ਬੋਲ ਚੱਲਦਾ ਨਹੀਂ ਆਪਣੇ ਭਰਾ ਨਾਲ ਬਿਲਕੁਲ ਬੋਲ ਚਾਲ ਹੈ ਨੀ ਬੰਦ ਹੈ ਜੀ ਉਹ ਛੋਟਾ ਭਾਈ ਇਹਨਾਂ ਦਾ ਉਹ ਸਕਾ ਭਰਾ ਆ ਹਾਂਜੀ ਉਹ ਮੇਰੇ ਕੋਲ ਮੇਰੇ ਬੇਟੇ ਕੋਲ ਕੰਮ ਕਰਦਾ ਹੋਂਗਕੋਂਗ ਉਹਨੇ ਨੂੰ ਸਮਝਾਉਂਦਾ ਕਿ ਕਿਉਂ ਇਹੋ ਜਿਹਾ ਕੰਮ ਕਰਦਾ ਨਹੀਂ ਉਹ ਇਹਨੂੰ ਕਨੈਕਸ਼ਨ ਆਪਸ ਵਿੱਚ ਕਨੈਕਸ਼ਨ ਹੀ ਨਹੀਂ ਮੇਰੀ ਭੈਣ ਨੇ ਬੜੀ ਕੋਸ਼ਿਸ਼ ਕੀਤੀ ਹੈ ਲਾਸਟ ਨਵੰਬਰ 'ਚ ਵੀ ਤੂੰ ਆ ਜਾ ਤੂੰ ਵੀਰ ਕਹਿੰਦਾ ਵੀ ਸਹੁੰ ਚੱਕ ਲੈ ਤੈਨੂੰ ਸਾਰੇ ਕੇਸ ਤੇਰੇ ਵਾਪਸ ਲੈ ਲੂਗਾ ਇਹ ਗੱਲ ਹੀ ਨਹੀਂ ਕਰਦਾ ਠੀਕ ਹੈ ਜੇ ਹੁਣ ਤੁਹਾਡੇ ਨਾਲ ਗੱਲਬਾਤ ਕਰੇ ਤਾਂ ਤੁਸੀਂ ਮਤਲਬ ਰਾਜੀਨਾਮਾ ਕਰਨ ਨੂੰ ਤਿਆਰ ਹੋ ਕਿੰਨੇ ਪੈਸੇ ਲੈਣ ਨੂੰ ਤਿਆਰ ਹੋ ਤੁਸੀਂ ਕਹਿ ਰਹੇ ਹੋ 4 ਕਰੋੜ ਹੈ ਪਰ ਉਹ ਜੇ ਕਿੰਨੇ ਦੇ ਵਿੱਚ ਤੁਸੀਂ ਤਿਆਰ ਹੋ ਚਲੋ ਜੇ ਉਹ ਕਿਸੇ ਗੱਲ ਤੇ ਆਊਗਾ ਫਿਰ ਮੈਂ ਕੋਈ ਨਾ ਕੋਈ ਐਗਰੀਮੈਂਟ ਵੀ ਕਰ ਲੂੰਗਾ ਕੋਈ ਗੱਲ ਨਹੀਂ ਮੈਂ ਤੁਸੀਂ ਐਡਜਸਟ ਕਰਨ ਨੂੰ ਤਿਆਰ ਹੋ ਬਿਲਕੁਲ ਐਡਜਸਟ ਕਰਨ ਨੂੰ ਤਿਆਰ ਹਾਂ ਆਈ ਸੀ ਬੜੀ ਮਿਹਰਬਾਨੀ ਓਏ ਹੁਣ ਅਸੀਂ ਆਉਣ ਵਾਲੇ ਸਮੇਂ 'ਚ ਗੱਲਬਾਤ ਕਰਾਂਗੇ ਮੈਨੂੰ ਅਫਸੋਸ ਹੈ ਕਿ ਅਸੀਂ ਇਸ ਤੋਂ ਉੱਪਰ ਤੁਹਾਡੀ ਮਦਦ ਨਹੀਂ ਕਰ ਸਕਦੇ ਨਾ ਕਰਨ ਦਾ ਮਕਸਦ ਕਿਉਂਕਿ ਤੁਹਾਡੇ ਕੋਲ ਕੋਈ ਵੀ ਐਸਾ ਡਾਕੂਮੈਂਟ ਨਹੀਂ ਹੈ ਜੋ ਸਾਨੂੰ ਸਟੂਡੈਂਟ ਅੱਗੇ ਪ੍ਰੋਸੀਡ ਕਰਨ ਦੀ ਆਗਿਆ ਦੇਵੇ ਕਿਉਂਕਿ ਤੁਸੀਂ ਆਪਣੇ ਆਪ ਆਪਣਾ ਅਟਾਰਨੀ ਅਤੇ ਸਾਈਨ ਕੀਤੇ ਆ ਔਰ ਅੰਬੈਸੀ ਵਿੱਚ ਜਾ ਕੇ ਕੀਤੇ ਆ ਆਪਣੇ ਆਪ ਨੂੰ ਆਇਡੈਂਟੀਫਾਈ ਕੀਤਾ ਆ ਕਿਉਂਕਿ ਇਹ ਫਰੋਡ ਨਹੀਂ ਹੈ ਔਰ ਇਹ ਤਾਂ ਡਬਈ ਦੇ ਲਾਅ ਬੜੇ ਸਖਤ ਨੇ ਔਰ ਇੱਕ ਵਾਰੀ ਤੁਸੀਂ ਪ੍ਰੂਵ ਕਰ ਦੇਵੋ ਡਬਈ ਵਿੱਚ ਜਾ ਕੇ ਕਿ ਇਹ ਮੇਰੀ ਕੰਪਨੀ ਹੈ ਇਹਨੇ ਗਲਤ ਤਰੀਕੇ ਨਾਲ ਸਾਈਨ ਕਰਕੇ ਬਣਾਏ ਤਾਂ ਮੈਨੂੰ ਲੱਗਦਾ ਕਿ ਇਹਨੂੰ ਬਹੁਤ ਢੁਕਵੀਂ ਸਜ਼ਾ ਜਿਹੜੀ ਆ ਹੋ ਸਕਦੀ ਹੈ ਜਿੱਥੋਂ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਕਿ ਬਹੁਤ ਸਖਤ ਕਾਨੂੰਨ ਨੇ ਅਸੀਂ ਵੀ ਬਹੁਤ ਵਾਰੀ ਮਦਦ ਕੀਤੀ ਹੈ ਕਰੋੜਾਂ ਰੁਪਈਆ ਲੋਕਾਂ ਨੂੰ ਦੇਣਾ ਪੈਂਦਾ ਇਹਨੇ ਤਾਂ ਕਲਮਬੱਧ ਕਰ ਦਿੰਦੇ ਨੇ ਖੈਰ ਹਰ ਕਿਸੇ ਦੇ ਆਪਣੇ ਕਾਨੂੰਨ ਨੇ ਬੜੇ ਸੌਫਟ ਵੀ ਨੇ ਅਤੇ ਨਰਮ ਵੀ ਨੇ ਮੈਨੂੰ ਅਫਸੋਸ ਹੈ ਕਿ ਤੁਹਾਡੇ ਨਾਲ ਜੋ ਹੋਇਆ ਬੜਾ ਮਾੜਾ ਹੋਇਆ ਸੁੱਚਾ ਸਿੰਘ ਜੀ ਇਸ ਤੁਹਾਡੇ ਤੋਂ ਅੱਗੇ ਜਾ ਰਹੇ ਹਾਂ ਔਰ ਅਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਮੁਖਾਤ ਪਵਾਂਗੇ ਜੋ ਸਾਡੇ ਨਾਲ ਗੱਲਬਾਤ ਹੋਈ ਡਿਪਟੀ ਸਾਹਿਬ ਦੀ ਮੈਂ ਹੈਰਾਨ ਹਾਂ ਕਿ ਡਿਪਟੀ ਸਾਹਿਬ 20 ਟੈਲੀਫੋਨ ਜਿਹੜਾ ਆ ਉਹਨਾਂ ਨੇ ਅਟੈਂਡ ਆਪਣੇ ਗੁਰਬੀਰ ਜੀ ਡਿਪਟੀ ਸਾਹਿਬ ਫੋਨ ਅਟੈਂਡ ਕੀਤਾ ਕੱਢ ਦਿੱਤਾ ਹਾਂਜੀ ਕੱਢ ਦਿੱਤਾ ਜੀ ਉਹਨਾਂ ਨੇ ਆਹੋ ਸਕਦਾ ਕਨਫਿਊਜ਼ਨ ਬਟ ਹੀ ਸਪੋਜ਼ ਟੂ ਬੀ ਅਸੀਂ ਉਹਨੂੰ ਲਿਖ ਕੇ ਭੇਜਿਆ ਕਿ ਡਿਪਟੀ ਸਾਹਿਬ ਸਾਨੂੰ ਤੁਸੀਂ ਅਰਜੈਂਟ ਕਾਲ ਕਰੋ ਔਰ ਅਰਜੈਂਟ ਇਸ਼ੂ ਹੈ ਔਰ ਇਹ ਵੀ ਲਿਖਿਆ ਕਿ ਤੁਹਾਡੇ ਕੋਲ ਫਰੀ ਹੈ ਸਾਨੂੰ ਰਿੰਗ ਕਰੋ ਮੈਨੂੰ ਲੱਗਦਾ ਕਿ ਹੋ ਸਕਦਾ ਕਿਸੇ ਮੀਟਿੰਗ ਵਿੱਚ ਨਾ ਹੋਵੇ ਕਿਉਂਕਿ ਇਲੈਕਸ਼ਨ ਚੱਲ ਰਹੀ ਹੈ ਬਟ ਮੈਂ ਇਸ ਦੀ ਪੈਰਵਾਈ ਕਰੂੰਗਾ ਮੈਂ ਆਪ ਖੁਦ ਮੈਨੂੰ DGP ਨੂੰ ਫੋਨ ਕਰਨਾ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨਾਂ ਨੇ SSP ਤੱਕ ਪਹਿਲਾਂ ਮੈਂ ਗੱਲਬਾਤ ਕਰਾਂ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਹੈੱਡ ਆਫ ਡਿਪਾਰਟਮੈਂਟ ਗੱਲ ਕੀਤੀ ਜਾਵੇ ਮਿਹਰਬਾਨੀ ਜੀ ਮੈਂ SSP ਜਿਹੜਾ ਮੋਹਾਲੀ ਆ ਉਹਨਾਂ ਨਾਲ ਗੱਲਬਾਤ ਕਰਾਂਗਾ ਸਵੇਰ ਨੂੰ ਠੀਕ ਹੈ ਜੀ ਥੈਂਕ ਯੂ ਸਰ ਜੀ ਓਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ